Jesus. Glory, 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 glory. ਆਪਣੀ ਬਾਈਬਲ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਦੁਆ ਕਰੋ ਕਿ ਖੁਦਾਵੰਦ ਇਹ ਵਚਨ ਮੇਰੇ ਲਈ ਆ, ਇਹ ਵਚਨ ਮੇਰਾ ਰੋਟੀ ਆ, ਇਹ ਮੇਰੇ ਜੀਵਨ ਦੀ ਰੋਟੀ ਆ। ਥੈਂਕ ਯੂ ਜੀਸਸ, ਥੈਂਕ ਯੂ ਲਾਰਡ ਜੀਸਸ, ਧੰਨਵਾਦ ਪਿਤਾ ਪਰਮੇਸ਼ਰ ਜੀਸਸ, ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ। ਇਹ ਵਚਨ ਮੇਰੇ ਲਈ ਅਪਡਾਊਨ ਕਰਦਾ, ਇਸ ਵਚਨ ਦੇ ਨਾਲ ਮੇਰੀ ਨਵੀਂ ਜ਼ਿੰਦਗੀ ਹੋ ਜਾਏ। ਅੱਖਾਂ ਬੰਦ ਕਰਕੇ ਦੁਆ ਕਰੋ, ਉੱਚੀ ਆਵਾਜ਼ ਦੇ ਨਾਲ ਦੁਆ ਕਰਨੀ, ਮੂੰਹਾਂ ਨੂੰ ਖੋਲਣਾ, ਖੋਲੋ, ਖੋਲੋ, ਖੋਲੋ। ਅਸੀਂ ਤੇ ਬਰਕਤ ਪਾਵਾਂਗੇ। ਧੰਨਵਾਦ ਜੀ, ਧੰਨਵਾਦ ਹੋ, ਧੰਨਵਾਦ ਹੋ। ਉੱਚੀ ਆਵਾਜ਼ ਦੇ ਨਾਲ ਆਪਣੇ ਮੂੰਹਾਂ ਨੂੰ ਖੋਲ੍ਹ ਕੇ ਦੁਆ ਕਰੇ, ਸਭ ਜਣ ਦੁਆ ਕਰੇ ਵਚਨ ਦੇ ਲਈ। ਆਪਣੇ ਆਪ ਨੂੰ ਤਿਆਰ ਕਰੋ ਅੱਜ ਦੇ ਵਚਨ ਦੇ ਲਈ, ਆਪਣੀਆਂ ਜ਼ੁਬਾਨਾਂ ਨੂੰ ਖੋਲ੍ਹੋ, ਦੁਆ ਕਰੋ ਉੱਚੀ ਆਵਾਜ਼ ਦੇ ਨਾਲ। ਹੋਲੀ ਗੋਡ ਜੀਸਸ, ਹੋਲੀ ਗੋਡ ਜੀਸਸ, ਸਭ ਜਣ, ਸਭ ਜਣ ਅੱਖਾਂ ਨੂੰ ਬੰਦ ਕਰਕੇ ਉੱਚੀ ਆਵਾਜ਼ ਦੇ ਨਾਲ, ਉੱਚੀ ਆਵਾਜ਼ ਦੇ ਨਾਲ। Holy God Jesus, Holy God Jesus, Holy God Jesus. ਇਸ ਵਚਨ ਦੁਆਰਾ ਪਿਤਾ ਪਰਮੇਸ਼ਰ ਮੈਂ ਪਾਕ ਤੇ ਸਾਫ਼ ਹੋ ਜਾਵਾਂ। ਇਸ ਵਚਨ ਦੇ ਨਾਲ ਖੁਦਾ ਜੀ ਮੇਰੀ ਜ਼ਿੰਦਗੀ ਪਾਕ ਸਾਫ਼ ਹੋ ਜਾਵੇ, ਮੈਂ ਵਚਨ ਉੱਤੇ ਚੱਲਣ ਵਾਲਾ ਬਣ ਜਾਵਾਂ ਖੁਦਾ ਜੀ। ਧੰਨਵਾਦ ਯੇਸ਼ੂ, ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ। ਉੱਚੀ ਆਵਾਜ਼ ਦੇ ਨਾਲ, ਉੱਚੀ ਆਵਾਜ਼ ਦੇ ਨਾਲ ਤਾੜੀ ਵੀ ਜਾ ਕੇ ਦੁਆ ਕਰੋ ਇੱਕ ਮਿੰਟ ਦੇ ਲਈ। ਫਾਦਰ ਲਾਰਡ ਜੀਸਸ, ਜੀਸਸ, ਹਾਲੇਲੂਇਆ, ਹਾਲੇਲੂਇਆ। ਫੌਜੀ ਆਰਮੀ ਦੇ ਵਿੱਚ ਹੁੰਦੇ ਆ, ਫੌਜੀ ਕਾਹਦੇ ਵਿੱਚ ਹੁੰਦੇ ਆ, ਆਰਮੀ ਦੇ ਵਿੱਚ ਟ੍ਰੇਨਿੰਗ ਹੁੰਦੀ ਆ। ਸਾਰਿਆਂ ਫੌਜੀਆਂ ਦੀ ਕੀ ਹੁੰਦੀ ਆ? ਟ੍ਰੇਨਿੰਗ, ਟ੍ਰੇਨਿੰਗ ਆ। ਇੱਕ ਹੋਰ ਆਰਮੀ ਹੁੰਦੀ ਆ ਜਿਹਨੂੰ ਕਮਾਂਡੋ ਕਿਹਾ ਜਾਂਦਾ, ਕਿਹਨੂੰ ਕੀ ਕਹਿੰਦੇ ਆ? ਕਮਾਂਡੋ। ਉਹਨਾਂ ਦੀ ਸਪੈਸ਼ਲ ਕੀ ਹੁੰਦੀ ਆ? ਟ੍ਰੇਨਿੰਗ ਹੁੰਦੀ ਆ। ਉਹਨਾਂ ਦੀ ਕਿਹੜੀ ਟ੍ਰੇਨਿੰਗ ਹੁੰਦੀ ਆ? ਸਪੈਸ਼ਲ ਟ੍ਰੇਨਿੰਗ ਹੁੰਦੀ ਆ, ਉਹਨਾਂ ਨੂੰ ਹੋਰ ਜ਼ਿਆਦਾ ਸਟਰੋਂਗ ਬਣਾ ਜਾਂਦਾ। ਜੇਕਰ ਉਹਦੇ ਤੋਂ ਉੱਪਰ ਹੋਰ ਆਰਮੀ ਹੁੰਦੀ ਆ, ਨੇਵੀ ਸੀਲ ਕਹਿੰਦੇ ਜਿਹਨਾਂ ਨੂੰ, ਕੀ ਕਹਿੰਦੇ ਆ? ਉਹਨਾਂ ਦੀ ਉਦੋਂ ਵੀ ਜ਼ਿਆਦਾ ਕਠਿਨ ਟ੍ਰੇਨਿੰਗ ਹੁੰਦੀ ਆ। ਉਹ ਕੋਈ ਕੋਈ ਕਰਦਾ, ਉਹ ਕੋਈ ਕਰਦਾ ਵਾ, ਕੋਈ ਕੋਈ ਹੀ ਪਾਸ ਕਰਦਾ। ਤੇ ਜਿਹੜੇ ਉਹ ਟ੍ਰੇਨਿੰਗ ਨੂੰ ਪਾਸ ਕਰ ਲੈਂਦੇ ਆ, ਉਹ ਬਿਨਾਂ ਹਥਿਆਰ ਤੋਂ ਵੀ 100-200 ਬੰਦੇ ਨੂੰ ਮਾਰ ਦਿੰਦੇ ਆ। ਹਾਲੇਲੂਇਆ, 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 ਹਾਲੇਲੂਇਆ। ਜਿਹੜੇ ਨੇਵੀ ਸੀਲ ਸੀਗੇ, ਉਹਨਾਂ ਨੇ ਜਾ ਕੇ ਲਦੇਨ ਨੂੰ ਮਾਰਿਆ ਸੀਗਾ ਪਾਕਿਸਤਾਨ ਦੇ ਅੰਦਰ ਜਾ ਕੇ। ਹਾਲੇਲੂਇਆ, ਹਾਲੇਲੂਇਆ। ਤੇ ਅੱਜ ਤੁਸੀਂ ਕਿੱਦਾਂ ਦੇ ਫੌਜੀ ਬਣਨਾ ਚਾਹੁੰਦੇ ਹੋ? ਇੱਕ ਹੁੰਦੇ ਆ ਲੰਗਰ ਪਾਣੀ ਖਾਣ ਵਾਲੇ, ਇੱਕ ਹੁੰਦੇ ਆ ਚਮਤਕਾਰ ਵਾਲੇ, ਇੱਕ ਹੁੰਦੇ ਆ ਵਚਨ ਨੂੰ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਵਾਲੇ, ਪ੍ਰੈਕਟੀਕਲ ਕਰਨ ਵਾਲੇ। ਹਾਲੇਲੂਇਆ, ਹਾਲੇਲੂਇਆ।
ਅੱਜ ਤੁਸੀਂ ਐਦਾਂ ਦੇ ਫੌਜੀ ਬਣ ਜਾਓ, ਐਦਾਂ ਦੀ ਆਰਮੀ ਦੀ ਟ੍ਰੇਨਿੰਗ ਲਵੋ ਪਰਮੇਸ਼ਵਰ ਦੀ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਤੁਸੀਂ ਫੌਜੀ ਆ। ਤੁਸੀਂ ਕੀ ਆ? ਫੌਜੀ ਆ। ਪਰਮੇਸ਼ਵਰ ਦੇ ਕੀ ਆ? ਤੁਸੀਂ ਸਿਪਾਹੀ। ਸਿਪਾਹੀ ਆ ਤੁਸੀਂ, ਫੌਜੀ ਆ ਪਰਮੇਸ਼ਵਰ ਦੇ। ਪਰ ਜੇ ਅੱਜ ਤੁਸੀਂ ਇੰਨੀ ਕੁ ਖਤਰਨਾਕ ਪਰਮੇਸ਼ਵਰ ਦੇ ਕੋਲੋਂ ਟ੍ਰੇਨਿੰਗ ਲਓਗੇ, ਮੇਰਾ ਫੇਥ ਹੈ ਸ਼ੈਤਾਨ ਨੂੰ ਤੁਸੀਂ ਮਾਰਦੇ ਜਾਓਗੇ, ਚੀਰਦੇ ਜਾਓਗੇ ਯਿਸੂ ਕੇ ਸਵਰਥੀ ਨਾਮ ਮੈਂ। ਆਮੇਨ। ਹਾਲੇਲੂਇਆ ਹਾਲੇਲੂਇਆ। ਸ਼ਹੀਦ ਹੋਣ ਵਾਲੇ ਫੌਜੀ ਨਹੀਂ ਬਣਨਾ, ਮਾਰਨ ਵਾਲੇ ਫੌਜੀ ਬਣਨਾ ਵਾ। ਸ਼ੈਤਾਨ ਨੂੰ ਕਿਹੜੇ ਫੌਜੀ? ਸ਼ੈਤਾਨ ਨੂੰ ਮਾਰਨ ਵਾਲੇ, ਸ਼ੈਤਾਨ ਨੂੰ ਮਾਰਨ ਵਾਲੇ। ਹਾਲੇਲੂਇਆ ਹਾਲੇਲੂਇਆ। ਤੇ ਅੱਜ ਸਾਡੇ ਮਸੀਹੀ ਜਿਹੜੇ ਫੌਜੀ ਉਹ ਡਰੇ ਹੋਏ ਆ। ਫੌਜੀ ਕੀ ਹੋਏ ਹੋਏ ਆ? ਡਰੇ ਹੋਏ ਆ। ਦੁਆ ਕਰਨ ਤੋਂ ਡਰ ਲੱਗਦਾ, ਜਿੱਦਾਂ ਕਈ ਟ੍ਰੇਨਿੰਗ ਤੋਂ ਡਰਦੇ ਦੌੜ ਆਉਂਦੇ ਆ, ਟ੍ਰੇਨਿੰਗ ਤੋਂ ਡਰਦੇ ਦੌੜ ਆਉਂਦੇ ਆ। ਇੱਥੇ ਫੌਜੀ ਜਿਹੜਾ ਦੌੜ ਜਾਊਗਾ ਨਾ, ਉਹਦਾ ਹੀ ਨੁਕਸਾਨ ਆ। ਤੇ ਜਿਹੜਾ ਡਟ ਕੇ ਖੜਾ ਰਿਹਾ ਆਰਮੀ ਦੇ ਵਿੱਚ, ਜਿਹਦਾ ਪਤਾ ਨਹੀਂ ਮੈਡਲ ਮਿਲਦਾ ਕੋਈ, ਬਾਅਦ ਵਿੱਚ ਕੋਈ ਉਹਨੂੰ ਟਰੋਫੀ ਦਿੰਦੇ ਆ ਵੱਡੀ, ਜਿਹਦਾ ਨਾਮ ਨਹੀਂ ਮੈਨੂੰ ਇਸ ਵੇਲੇ ਯਾਦ। ਤੁਹਾਨੂੰ ਵੀ ਇੱਕ ਇਨਾਮ ਮਿਲਣਾ ਜਦੋਂ ਤੁਸੀਂ ਇੱਥੋਂ ਜੰਗ ਜਿੱਤ ਕੇ ਜਾਣੀ ਆ ਸਵਰਗ ਦੇ ਵਿੱਚ। ਜੀਵਨ ਦਾ ਮੁਕਟ ਮਿਲਣਾ ਤੁਹਾਨੂੰ, ਤਾਜ ਮਿਲਣਾ, ਜੀਵਨ ਦਾ ਤਾਜ ਮਿਲਣਾ ਵਾ ਤੁਹਾਨੂੰ। ਹਾਲੇਲੂਇਆ 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 ਹਾਲੇਲੂਇਆ। ਅੱਜ ਡਰਨਾ ਨਹੀਂ ਆ, ਘਬਰਾਉਣਾ ਨਹੀਂ ਆ। ਸ਼ੈਤਾਨ ਨੇ ਤੁਹਾਨੂੰ ਡਰਾਉਣਾ ਵਾ ਵੀ ਤੁਸੀਂ ਡਰ ਸਕੋ, ਘਬਰਾ ਜਾਓ, ਮਰ ਜਾਓ। ਪਰ ਯਿਸੂ ਮਸੀਹ ਜੇ ਤੁਹਾਡੇ ਨਾਲ ਆ, ਜੇ ਤੁਸੀਂ ਪੂਰੇ ਟ੍ਰੇਨਡ ਹੋ, ਤਾਂ ਮੇਰਾ ਵਿਸ਼ਵਾਸ ਹੈ ਤੁਸੀਂ ਜੰਗ ਜਿੱਤੋਗੇ ਯਿਸੂ ਕੇ ਸਮਰਥੀ ਨਾਮ ਮੈਂ। ਆਮੇਨ। ਮੈਂ ਕਹਿ ਰਿਹਾ ਜੰਗ ਜਿੱਤੂਗੇ ਯਿਸੂ ਕੇ ਸਮਰਥੀ ਨਾਮ ਮੈਂ। ਆਮੇਨ। ਕਿਉਂਕਿ ਤੁਹਾਡੀ ਜੰਗ, ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਲੜੂਗਾ ਯਿਸੂ ਕੇ ਸਮਰਥੀ ਨਾਮ ਮੈਂ। ਆਮੇਨ। ਹਾਲੇਲੂਇਆ ਹਾਲੇਲੂਇਆ। ਪੜਾਂਗੇ ਬਾਈਬਲ ਦੇ ਵਿੱਚੋਂ, ਪਹਿਲਾ ਕੋਰਿੰਥੀਆ, ਪਹਿਲਾ ਕੋਰਿੰਥੀਆ ਪਹਿਲਾ ਭਾਗ, ਉਹਦੀ 9 ਆਇਤ। ਪਹਿਲਾ ਕੋਰਿੰਥੀਆ ਪਹਿਲਾ ਭਾਗ ਉਹਦੀ 9 ਆਇਤ। ਪਰਮੇਸ਼ਵਰ ਵਫਾਦਾਰ ਹੈ, ਜਿਹਦੇ ਰਾਹੀਂ ਤੁਸੀਂ ਉਹਦੇ ਪੁੱਤਰ ਯਿਸੂ ਮਸੀਹ ਸਾਡੇ ਪ੍ਰਭੂ ਦੀ ਸੰਗਤ ਲਈ ਸੱਦੇ ਗਏ ਸੋ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਵਰ ਕੀ ਆ? ਵਫਾਦਾਰ। ਉੱਚੀ ਵਾਜ ਨਾਲ ਬੋਲੋ, ਵਫਾਦਾਰ। ਪਰਮੇਸ਼ਵਰ ਕੀ ਆ? ਵਫਾਦਾਰ। ਵਫਾਦਾਰ ਆ, ਤੁਹਾਡੇ ਨਾਲ ਧੋਖਾ ਨਹੀਂ ਕਰੂਗਾ। ਜਿੱਦਾਂ ਬੰਦਾ ਬੰਦੇ ਨਾਲ ਧੋਖਾ ਕਰ ਦਿੰਦਾ, ਪਤੀ ਪਤਨੀ ਨਾਲ, ਪਤੀ ਪਤਨੀ ਨਾਲ, ਪਤਨੀ ਪਤੀ ਦੇ ਨਾਲ ਧੋਖਾ ਦੇ ਸਕਦੀ ਆ, ਪਰ ਪਰਮੇਸ਼ਵਰ ਕਦੀ ਵੀ ਆਪਣੇ ਬੰਦਿਆਂ ਨੂੰ ਧੋਖਾ ਨਹੀਂ ਦਿੰਦਾ। ਥੋੜਾ ਜਿਹਾ ਉੱਚੀ ਆਵਾਜ਼ ਨਾਲ ਬੋਲੀ ਜਾਣਾ ਵਾ, ਨਹੀਂ ਦਿੰਦਾ। ਪਰਮੇਸ਼ਵਰ ਕਦੀ ਵੀ ਧੋਖਾ ਨਹੀਂ ਦਿੰਦਾ। ਪਰਮੇਸ਼ਵਰ ਕੀ ਆ? ਵਫਾਦਾਰ। ਪਰਮੇਸ਼ਵਰ ਕੀ ਆ? ਵਫਾਦਾਰ। ਪਰਮੇਸ਼ਵਰ ਵਫਾਦਾਰ ਆ, ਚਾਹੇ ਤੁਸੀਂ ਬਿਮਾਰੀ ਵਿੱਚ ਹੋਵੋ, ਪਰੇਸ਼ਾਨੀ ਵਿੱਚ ਹੋਵੋ, ਲਾਨਤਾਂ ਦੇ ਵਿੱਚ ਹੋਵੋ, ਪਰਮੇਸ਼ਵਰ ਕਦੀ ਵੀ ਤੁਹਾਨੂੰ ਛੱਡੇਗਾ ਨਹੀਂ। ਤੁਹਾਡੇ ਨਾਲ ਤੁਹਾਡੀ ਬਿਮਾਰੀ ਵਿੱਚ ਆ ਜਾਵੇਗਾ ਤੁਹਾਨੂੰ ਬਚਾਉਣ ਲਈ, ਪਰੇਸ਼ਾਨੀ ਚੋਂ ਬਾਹਰ ਕੱਢਣ ਲਈ, ਕਿਉਂਕਿ ਉਹ ਵਫਾਦਾਰ ਆ, ਵਫਾਦਾਰ ਪਰਮੇਸ਼ਵਰ ਆ। ਵਫਾਦਾਰ ਆ ਪਰਮੇਸ਼ਵਰ, ਉਹਦੇ ਪੁੱਤਰ ਹੋਣ ਲਈ ਅਸੀਂ ਸੱਦੇ ਗਏ ਆ। ਤੇ ਯਿਸੂ ਮਸੀਹ ਦੇ ਵਿੱਚ ਪੜੋ ਪਤਰਸ ਜੀ, ਹੈ ਪ੍ਰਭੂ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਵਾਸਤਾ। ਪਹਿਲੀ ਯਾਰ ਪੜੋ, ਪਰਮੇਸ਼ਵਰ ਵਫਾਦਾਰ ਹੈ। ਪਰਮੇਸ਼ਵਰ ਕੀ ਆ? ਵਫਾਦਾਰ। ਵਫਾਦਾਰ, ਜਿਹਦੇ ਰਾਹੀਂ ਤੁਸੀਂ ਉਹਦੇ ਪੁੱਤਰ ਯਿਸੂ ਮਸੀਹ ਸਾਡੇ ਪ੍ਰਭੂ ਦੀ ਸੰਗਤ ਲਈ
ਸਾਡੇ ਪ੍ਰਭੂ ਯੇਸੂ ਮਸੀਹ ਦੀ ਸੰਗਤ ਲਈ ਸੱਦੇ ਗਏ ਹੋ। ਕਾਹਦੇ ਵਾਸਤੇ ਸੱਦੇ ਗਏ ਸੀ? ਸੰਗਤ ਦੇ ਲਈ। ਥੋੜਾ ਜਿਹਾ ਉੱਚੀ ਆਵਾਜ਼ ਨਾਲ ਬੋਲਣਾ ਹੁਣ। ਸੰਗਤ ਕਰਨ ਲਈ। ਟੌਪਿਕ ਮੇਰਾ ਤੁਹਾਡੇ ਵਿੱਚ ਇੱਥੇ ਲੱਭ ਗਿਆ, ਬੰਦਗੀ ਦੇ ਵਿੱਚੋਂ ਇੱਥੇ ਲੱਭ ਗਿਆ ਵਾ। ਸੰਗਤ ਵਾਸਤੇ ਸੱਦੇ ਗਏ ਆ। ਕਾਹਦੇ ਵਾਸਤੇ ਸੱਦੇ ਗਏ ਆ? ਸੰਗਤ ਵਾਸਤੇ। ਫਰੈਂਡਸ਼ਿਪ ਵਾਸਤੇ ਜਾਂ ਫੋਲੋਸ਼ਿਪ ਵਾਸਤੇ? ਫੈਲੋਸ਼ਿਪ ਅਲੱਗ ਆ, ਸੰਗਤ ਫਰੈਂਡਸ਼ਿਪ ਅਲੱਗ ਆ। ਇੱਥੇ ਬਾਈਬਲ ਦੇ ਵਿੱਚ ਜੋ ਕੀ ਲਿਖਿਆ ਸੰਗਤੀ, ਤੇ ਇੰਗਲਿਸ਼ ਚ ਕੀ ਕਵਾਂਗੇ? ਫੈਲੋਸ਼ਿਪ। ਕੀ ਆ? ਫੈਲੋਸ਼ਿਪ। ਫੈਲੋਸ਼ਿਪ ਫੈਲੋਸ਼ਿਪ ਫਰੈਂਡਸ਼ਿਪ ਨਾਲੋਂ ਅੱਗੇ ਆ। ਫਰੈਂਡਸ਼ਿਪ ਹੁੰਦੀ ਆ ਜਾਰੀ ਦੋਸਤੀ, ਬਾਰ ਬਾਰ ਦੀ, ਤੇ ਫੈਲੋਸ਼ਿਪ ਹੁੰਦੀ ਆ ਹਮੇਸ਼ਾ ਹੀ ਨਾਲ ਰਹਿਣਾ। ਤੁਹਾਨੂੰ ਸੰਗਤੀ ਵਾਸਤੇ ਪਰਮੇਸ਼ਵਰ ਨੇ ਸੱਦਿਆ। ਕਾਹਦੇ ਵਾਸਤੇ? ਸੰਗਤੀ ਵਾਸਤੇ। ਕਾਹਦੇ ਵਾਸਤੇ? ਸੰਗਤ ਵਾਸਤੇ। ਕਿਹਦੀ ਸੰਗਤ ਕਰਨੀ ਆ? ਪ੍ਰਭੂ ਯੇਸੂ ਮਸੀਹ ਦੀ। ਥੋੜਾ ਜਿਹਾ ਉੱਚੀ ਆਵਾਜ਼ ਨਾਲ ਬੋਲੀ ਜਾਓ। ਪ੍ਰਭੂ ਯੇਸੂ ਮਸੀਹ ਦੀ। ਦੇਖੋ ਜਦੋਂ ਤੁਸੀਂ ਬੋਲਣਾ ਤੇ ਮੈਂ ਉਦੋਂ ਹੀ ਪ੍ਰਚਾਰ ਕਰਦੇ ਰਹਿਣਾ। ਜੇ ਤੁਸੀਂ ਜੋਸ਼ ਨਾਲ ਬੋਲੋਗੇ ਮੈਂ ਜੋਸ਼ ਨਾਲ ਬੋਲੂ, ਜੇ ਤੁਸੀਂ ਸੁਸਤੇ ਤੇ ਮੈਂ ਵੀ ਸੁਸਤ ਹੋ ਜਾਣਾ। ਥੋੜਾ ਜਿਹਾ ਜੋਸ਼ ਨਾਲ ਬੋਲਣਾ। ਪਰਮੇਸ਼ਵਰ ਦੀ ਕੀ ਕਰਨੀ ਅਸੀਂ? ਸੰਗਤ। ਸਾਨੂੰ ਪਰਮੇਸ਼ਵਰ ਨੇ ਸੱਦਿਆ ਹੀ ਇਸੇ ਲਈ ਆ, ਚੁਣਿਆ ਹੀ ਇਸੇ ਲਈ ਆ। ਸੰਗਤ। ਤੁਸੀਂ ਚੁਣੇ ਇਸੇ ਲਈ ਗਏ ਆ ਵੀ ਅਸੀਂ ਪ੍ਰਭੂ ਦੇ ਨਾਲ ਕੀ ਕਰ ਸਕੀਏ? ਸੰਗਤੀ ਕਰ ਸਕੀਏ। ਜਦੋਂ ਤੁਹਾਡੀ ਸੰਗਤੀ ਪਰਮੇਸ਼ਵਰ ਨਾਲੋਂ ਘਟ ਜਾਊਗੀ, ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਪਰਮੇਸ਼ਵਰ ਦਾ ਮਸਾ ਵੀ ਕੀ ਹੋ ਜਾਊਗਾ? ਘਟ ਜਾਊਗਾ। ਹੁਣ ਤੁਸੀਂ ਸਕੂਲ ਦੇ ਵਿੱਚ ਜਿੰਨੀ ਜ਼ਿਆਦਾ ਕਲਾਸ ਅਟੈਂਡ ਕਰੋਗੇ, ਤੁਹਾਡੀ ਨੌਲੇਜ ਕੀ ਹੋਣੀ ਆ? ਤੁਸੀਂ ਇੰਟੈਲੀਜੈਂਟ ਬਣੋਗੇ, ਵਧੋਗੇ। ਜਦੋਂ ਤੁਸੀਂ ਸਕੂਲ 'ਚੋਂ ਛੁੱਟੀਆਂ ਕਰਦੇ ਜਾਓਗੇ, ਸਕੂਲ ਦੇ ਵਿੱਚ ਅਟੈਂਡੈਂਸ ਤੁਹਾਡੀ ਐਬਸੈਂਟ ਹੋ ਜਾਊਗੀ, ਤੁਸੀਂ ਦਿਨ ਪ੍ਰਤੀ ਦਿਨ ਕੀ ਹੁੰਦੇ ਜਾਓਗੇ? ਘਟਦੇ ਜਾਓਗੇ, ਵੀਕ ਹੁੰਦੇ ਜਾਓਗੇ। ਤੇ ਅੱਜ ਸਾਡੇ ਮਸੀਹਾਂ ਦੀ ਸੰਗਤੀ ਪਰਮੇਸ਼ਵਰ ਨਾਲੋਂ ਕੀ ਆ? ਘੱਟ ਆ। ਸੰਗਤੀ ਕੀ ਆ? ਪਰਮੇਸ਼ਵਰ ਦੇ ਨਾਲ ਸਾਡੀ ਘੱਟ ਆ। ਸੰਗਤੀ ਹੈਗੀ ਆ ਪਰ ਐਤਵਾਰ ਦੀ, ਐਤਵਾਰ ਦੀ ਸੰਗਤੀ ਹੈਗੀ ਆ, ਐਤਵਾਰ ਤੇ ਐਤਵਾਰ ਦੀ ਇਹ ਸੰਗਤੀ ਆ ਸਾਡੇ ਮਸੀਹਾਂ ਦੀ। ਤੇ ਕਿੱਦਾਂ ਪਰਮੇਸ਼ਵਰ ਬਲੈਸ ਕਰ ਦੂਗਾ ਸਾਨੂੰ, ਕਿੱਦਾਂ ਪਰਮੇਸ਼ਵਰ ਆਤਮਾ ਨਾਲ ਭਰ ਦੂਗਾ ਜੇ ਸਾਡੀ ਸੰਗਤੀ ਨਹੀਂ ਪਰਮੇਸ਼ਵਰ ਦੇ ਨਾਲ? ਮਸਾ ਹੀ ਨਹੀਂ ਸਾਡਾ ਪਰਮੇਸ਼ਵਰ ਦਾ ਅੰਦਰ ਕੰਮ ਕਰਦਾ? ਕਿੱਦਾਂ ਹੀ ਪਰਮੇਸ਼ਵਰ ਦੇ ਕੋਲੋਂ, ਪਰਮੇਸ਼ਵਰ ਦੇ ਕੋਲੋਂ ਕੁਛ ਲੈ ਸਕਦੇ ਹਾਂ? ਸੰਗਤੀ, ਫੈਲੋਸ਼ਿਪ। ਜੇ ਤੁਹਾਡੀ ਫੈਲੋਸ਼ਿਪ ਨਹੀਂ ਹੈ ਨਾ ਪਰਮੇਸ਼ਵਰ ਦੇ ਨਾਲ, ਤੇ ਤੁਸੀਂ ਅਧੂਰੇ ਆ। ਤੁਸੀਂ ਕੀ ਆ? ਅਧੂਰੇ ਆ, ਖਾਲੀ ਆ। ਅੱਜ ਸੰਗਤੀ ਨਹੀਂ ਆ ਪਰਮੇਸ਼ਵਰ ਦੇ ਨਾਲ। ਜਿਹਦੀ ਜਿਹਦੀ ਸੰਗਤੀ ਟੁੱਟੀ ਪਰਮੇਸ਼ਵਰ ਦੇ ਨਾਲੋਂ, ਉਹ ਬੰਦਾ ਉਸੇ ਸਮੇਂ ਹੀ ਪਰਮੇਸ਼ਵਰ ਤੋਂ ਅੱਡ ਹੋ ਗਿਆ, ਨਾਕਾਮ ਹੋ ਗਿਆ, ਫੇਲ ਹੋ ਗਿਆ। ਕੀ ਹੋ ਗਿਆ? ਉਹ ਫੇਲ ਹੋ ਗਿਆ। ਅੱਜ ਸੰਗਤੀ ਹਜ਼ੂਰੀ ਸਾਡੀ ਜ਼ਿੰਦਗੀ ਹੋਣੀ ਕੀ ਆ? ਬਹੁਤ ਜ਼ਰੂਰੀ ਆ। ਸੰਗਤੀ ਪਰਮੇਸ਼ਵਰ ਦੇ ਨਾਲ ਹੋਣੀ ਕੀ ਆ? ਬਹੁਤ ਜ਼ਰੂਰੀ ਆ। ਮਾੜੇ ਬੰਦੇ ਨਾਲ ਸੰਗਤੀ ਹੋ ਜੂਗੀ ਤੇ ਸਾਡਾ ਚਾਲ ਚੱਲਣ ਵੀ ਕੀ ਹੋ ਜਾਊਗਾ? ਘਰ ਦੇ ਕਈ ਕਹਿੰਦੇ ਨਾ ਮੇਰੇ ਮੁੰਡੇ ਦੀ ਮਾੜੀ ਸੰਗਤ ਆ। ਮੇਰੇ ਮੁੰਡੇ ਦੀ ਕੀ ਆ? ਮਾੜੀ ਸੰਗਤ ਆ, ਕਿਉਂਕਿ ਉੱਠਣਾ ਪੈਂਦਾ ਉਹਨਾਂ ਨਾਲ, ਖਾਂਦਾ ਪੀਂਦਾ ਉਹਨਾਂ ਨਾਲ, ਰਹਿੰਦਾ ਉਹਨਾਂ ਨਾਲ, ਜੋ ਕੁਛ ਉਹ ਬੋਲਦੇ ਉਹੀ ਇਹ ਬੋਲਦਾ, ਜੋ ਸੁਣਦੇ ਕਰਦੇ ਉਹੀ ਇਹ ਚੀਜ਼ਾਂ ਕਰਦਾ। ਸੰਗਤ ਦਾ ਪ੍ਰਭਾਵ ਪੈਂਦਾ। ਸੰਗਤ ਦਾ ਕੀ ਪੈਂਦਾ ਵਾ? ਪ੍ਰਭਾਵ ਪ੍ਰਭਾਵ ਪੈਂਦਾ ਵਾ ਸਾਡੇ ਉੱਤੇ। ਤੇ ਜੇ ਤੁਹਾਡੀ ਸੰਗਤੀ ਯੇਸੂ ਮਸੀਹ ਦੇ ਨਾਲ ਹੋ ਗਈ ਆ, ਤੇ ਉਹਦਾ ਵੀ ਪ੍ਰਭਾਵ ਤੁਹਾਡੀਆਂ ਜ਼ਿੰਦਗੀਆਂ ਤੇ ਪੈਣਾ, ਤੁਹਾਡੀਆਂ ਜ਼ਿੰਦਗੀਆਂ ਬਦਲ ਜਾਣੀਆਂ ਯੇਸੂ ਕਿਸਮ ਦੇ ਨਾਮ ਹੈ। ਆਮੇਨ। ਹਾਲੇਲੂਇਆ, ਹਾਲੇਲੂਇਆ। ਤੇ ਜੇ ਤੁਹਾਡੀ ਸੰਗਤੀ ਸ਼ੈਤਾਨੀ ਲੋਕਾਂ ਦੇ ਨਾਲ ਆ, ਤੇ ਤੁਹਾਡੀ ਸੰਗਤ ਜੇ ਸ਼ੈਤਾਨੀ ਲੋਕਾਂ ਨਾਲ ਆ, ਤੇ ਸ਼ੈਤਾਨੀ ਪ੍ਰਭਾਵ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਆਉਣਾ। ਹਾਲੇਲੂਇਆ, ਹਾਲੇਲੂਇਆ। ਦੁਸ਼ਟ ਆਤਮਾ ਬੰਦੇ ਨੂੰ 100% ਦੁਸ਼ਟ ਬਣਾ ਦਿੰਦੀ ਆ। 100% ਕੀ ਬਣਾ ਦਿੰਦੀ ਆ? ਦੁਸ਼ਟ ਦੁਸ਼ਟ ਬਣਾ ਦਿੰਦੀ ਆ। 100% ਕੀ ਬਣਾ ਦਿੰਦੀ ਆ? ਦੁਸ਼ਟ ਬਣਾ ਦਿੰਦੀ ਆ।
ਜਿਹੜਾ ਮਰਨ ਮਰਾਉਣ ਤੱਕ ਚਲਾ ਗਿਆ ਸਮਝੋ ਕੀ ਬਣ ਗਿਆ 100% ਦੁਸ਼ਟ। ਐਦਾਂ ਦੀ ਦੁਸ਼ਟ ਆਤਮਾ 100% ਬੰਦੇ ਨੂੰ ਦੁਸ਼ਟ ਬਣਾ ਦਿੰਦੀ ਆ, ਸੰਗਤੀ ਮਾੜੀ ਤੁਹਾਨੂੰ ਦੁਸ਼ਟ ਬਣਾ ਦਿੰਦੀ ਆ। ਕਈ ਤੁਸੀਂ ਅੱਤਵਾਦੀ ਦੇਖੇ ਹੋਣਗੇ ਜਿਨ੍ਹਾਂ ਦੇ ਮਾਇੰਡ ਇੰਨੇ ਕੁ ਜ਼ਿਆਦਾ ਦੁਸ਼ਟ ਹੋ ਜਾਂਦੇ ਵੀ ਕਹਿੰਦੇ ਮੈਂ ਆਪਣੀ ਬਾਡੀ ਤੇ ਬੰਬ ਬੰਨ ਕੇ ਜਿੱਥੇ ਭਰੀੜ ਆ ਉੱਥੇ ਜਾ ਕੇ ਆਪਣੇ ਆਪ ਨੂੰ ਕੀ ਕਰ ਲੈਣਾ ਵਾ, ਖਤਮ ਕਰ ਲੈਣਾ, ਕੀ ਕਰ ਲੈਣਾ ਵਾ, ਕਿਉਂਕਿ ਉਹਦੇ ਮਾਇੰਡ ਉਹਦੀ ਸੰਗਤੀ ਇੰਨੀ ਮਾੜੀ ਆ ਵੀ ਉਹਦੇ ਮਾਇੰਡ ਨੂੰ ਦੁਸ਼ਟ ਕਰ ਦਿੱਤਾ ਪੂਰਾ ਹੀ। ਆਪ ਤਾਂ ਮਰਨ ਨਾਲ ਦੂਜਿਆਂ ਨੂੰ ਵੀ ਮਾਰਨ ਲੱਗਾ। ਇਹ ਸੰਗਤੀ ਦਾ ਅਸਰ ਹੁੰਦਾ, ਕਾਹਦਾ ਅਸਰ ਹੁੰਦਾ ਇਹ ਸੰਗਤ ਦਾ ਅਸਰ। ਦੇਖੋ ਬੰਦੇ ਦੇ ਕਿੰਨਾ ਮਾਇੰਡ ਵਾਸ਼ ਕੀਤਾ ਗਿਆ ਉਹਦਾ, ਕਿੰਨਾ ਉਹਨੂੰ ਦੁਸ਼ਟ ਆਤਮਾ ਨੇ ਦੁਸ਼ਟ ਬਣਾਤਾ, 100% ਦੁਸ਼ਟ ਬਣ ਗਿਆ ਉਹ ਜਿਹੜਾ ਇਹ ਸੋਚਦਾ ਪਿਆ ਵੀ ਮੈਂ ਆਪਣੀ ਬਾਡੀ ਤੇ ਬੰਬ ਬਣ ਕੇ ਬਣ ਲਈ ਆ, ਮੈਂ ਬੈਲਟ ਬੰਬ ਵਾਲੀ, ਮੈਂ ਭੀੜ ਦੇ ਵਿੱਚ ਜਾ ਕੇ ਕੀ ਕਰ ਲੈਣਾ ਆਪਣੇ ਆਪ ਨੂੰ ਖਤਮ ਕਰ ਲੈਣਾ ਤੇ ਦੂਜਿਆਂ ਨੂੰ ਵੀ ਕੀ ਕਰ ਦੇਣਾ ਵਾ, ਖਤਮ ਕਰ ਦੇਣਾ ਵਾ। ਇਹ ਆ ਦੁਸ਼ਟ 100%। ਪਰ ਪਵਿੱਤਰ ਆਤਮਾ ਅੱਜ ਦੇ ਸਮੇਂ ਦੇ ਵਿੱਚ 15% ਵੀ ਮਸੀਹ ਪਾਕ ਨਹੀਂ ਬਣ ਸਕਦੇ, ਪਵਿੱਤਰ ਆਤਮਾ 15% ਵੀ ਪਾਕ ਨਹੀਂ ਬਣਾ ਸਕਦਾ। ਦੁਸ਼ਟ ਆਤਮਾ 100% ਬੰਦੇ ਨੂੰ ਕੀ ਬਣਾ ਦਿੰਦੀ ਆ, ਬੋਲੀ ਜਾਓ ਜੀ ਵਾਈ ਨਾ ਦੁਸ਼ਟ। ਪਰ ਪਵਿੱਤਰ ਆਤਮਾ 15% ਵੀ ਬੰਦੇ ਨੂੰ ਪਵਿੱਤਰ ਨਹੀਂ ਬਣਾਉਂਦਾ। ਪਵਿੱਤਰ ਆਤਮਾ ਦਾ ਕਸੂਰ ਨਹੀਂ ਆ, ਪਵਿੱਤਰ ਆਤਮਾ ਦਾ ਕਸੂਰ ਨਹੀਂ ਆ। ਉਹ ਪੂਰੀ ਜ਼ੋਰ ਲਾਉਂਦਾ, ਪੂਰੀ ਕੋਸ਼ਿਸ਼ ਕਰਦਾ, ਪੂਰਾ ਬੰਦੇ ਨੂੰ ਬੂਸਟ ਅਪ ਕਰਦਾ। ਪਰ ਸਾਡੀਆਂ ਆਦਤਾਂ, ਸਾਡੀ ਗੰਦੀ ਸੰਗਤੀ ਸਾਨੂੰ ਕੀ ਕਰ ਦਿੰਦੀ ਆ, ਖਰਾਬ। ਇੱਥੇ ਤੁਸੀਂ ਪਵਿੱਤਰ ਆਤਮਾ ਨੇ ਜ਼ੋਰ ਮਾਰਨਾ ਤੈਨੂੰ, ਛੱਡ ਦੇ ਮਾੜੇ ਕੰਮ, ਛੱਡ ਦੇ ਗੰਦੇ ਕੰਮ, ਛੱਡ ਦੇ। ਪਵਿੱਤਰ ਆਤਮਾ ਜ਼ੋਰ ਮਾਰਦਾ ਚਰਚ ਚੋਂ ਬਾਹਰ ਨਿਕਲਦੇ ਸਾਰੀ ਗੰਦੀ ਆਦਤ ਨੇ, ਗੰਦੀ ਸੰਗਤੀ ਨੇ, ਯਾਰਾਂ ਦੋਸਤਾਂ ਨੇ, ਸ਼ੈਤਾਨ ਦੀਆਂ ਗੰਦੀਆਂ ਮਾੜੀਆਂ ਆਦਤਾਂ ਨੇ, ਤੈਨੂੰ ਫਿਰ ਦੁਬਾਰਾ ਗੰਦਗੀ ਦੇ ਵਿੱਚ ਕੀ ਕਰ ਦੇਣਾ ਵਾ, ਲੈ ਜਾਣਾ ਵਾ। ਹਾਲੇਲੂਇਆ, ਹਾਲੇਲੂਇਆ। ਅੱਜ ਗੰਦੀ ਸੰਗਤੀ, ਗੰਦੀ ਦੁਸ਼ਟ ਆਤਮਾ 100% ਸਾਨੂੰ ਦੁਸ਼ਟ ਬਣਾ ਦਿੰਦੀ ਆ, ਪਰ ਪਵਿੱਤਰ ਆਤਮਾ ਸਾਨੂੰ 15% ਵੀ ਪਾਕ ਸਾਫ ਨਹੀਂ ਕਰ ਸਕਦਾ। ਉਹ ਤਾਂ ਜ਼ੋਰ ਲਾਉਂਦਾ ਪਰ ਬੰਦਾ ਆਪਣੀ ਸੰਗਤੀ ਨਹੀਂ ਛੱਡਦਾ, ਬੰਦਾ ਆਪਣੀ ਸੰਗਤੀ ਨਹੀਂ ਛੱਡਦਾ। ਅੱਜ ਜੇ ਤੁਸੀਂ ਬਲੈਸ ਹੋਣਾ ਚਾਹੁੰਦੇ ਆ, ਪਾਕ ਪਵਿੱਤਰ ਹੋਣਾ ਚਾਹੁੰਦੇ ਆ, ਪਹਿਲਾਂ ਮਾੜੀ ਸੰਗਤੀ ਨੂੰ ਛੱਡਣਾ ਪੈਣਾ ਤੇ ਯਿਸੂ ਮਸੀਹ ਦੇ ਨਾਲ ਕੀ ਕਰਨੀ ਪੈਣੀ ਆ, ਸੰਗਤ ਕਰਨੀ ਪੈਣੀ ਆ। 2 ਘੰਟੇ ਦੀ ਸੰਗਤੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਕਰ ਸਕਦੀ ਵੀ 2 ਘੰਟੇ ਲਈ ਤੁਸੀਂ ਚਰਚ ਆ ਜਾਓ, ਇੱਥੇ ਬਾਈਬਲ ਪੜ੍ਹ ਲਓ, ਪਵਿੱਤਰ ਆਤਮਾ ਨਾਲ ਭਰ ਜਾਓ, ਸਾਰਾ ਦਿਨ ਮੁੜ ਕੇ 2 ਘੰਟੇ ਤੋਂ ਬਾਅਦ 22 ਘੰਟੇ ਤੁਸੀਂ ਮਾੜੇ ਕੰਮ ਕਰੋ ਤਾਂ ਕਹੋ ਵੀ ਮੇਰੀ ਸੰਗਤੀ ਯਿਸੂ ਮਸੀਹ ਦੇ ਨਾਲ ਆ, ਉਹ ਅਸਰ ਨਹੀਂ ਕਰਨੀ। ਇਹੀ ਤਾਂ ਚੀਜ਼ ਆ ਜੇ ਪਵਿੱਤਰ ਆਤਮਾ ਕਿਉਂ 15% ਹੀ ਮਸੀਹ ਪਾਕ ਤੇ ਪਵਿੱਤਰ ਹੁੰਦੇ ਆ, ਕਿਉਂਕਿ ਤੁਹਾਡੀ ਸੰਗਤੀ ਨਹੀਂ ਟੁੱਟਦੀ, ਦੂਜੇ ਬੰਨੇ ਸੰਗਤੀ ਨਹੀਂ ਟੁੱਟਦੀ। ਹੁਸ਼ਿਆਰ ਵੀ ਉਹੀ ਬੱਚਾ ਹੁੰਦਾ ਜਦੋਂ ਨਲਾਇਕ ਬੱਚਿਆਂ ਨਾਲੋਂ ਕੀ ਕਰਦਾ, ਸੰਗਤੀ ਤੋੜਦਾ ਤੋੜਦਾ ਵਾ, ਮਾੜੇ ਲੋਕਾਂ ਨਾਲੋਂ ਸੰਗਤੀ ਤੋੜਦਾ ਤੋੜਦਾ। ਤਾਂ ਅੱਜ ਜੇ ਤੁਸੀਂ ਸੰਗਤੀ ਪਰਮੇਸ਼ਵਰ ਨਾਲ ਕਰਨੀ ਆ ਤੇ ਦੁਨੀਆਦਾਰੀ ਨਾਲੋਂ ਸੰਗਤੀ ਕੀ ਕਰਨੀ ਪੈਣੀ ਆ, ਤੋੜਨੀ ਪੈਣੀ, ਤੋੜਨੀ ਪੈਣੀ ਆ। ਰਿਲੇਸ਼ਨਸ਼ਿਪ ਦੁਨੀਆਦਾਰੀ ਨਾਲੋਂ ਤੋੜਨੀ ਪੈਣੀ, ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਸੰਗਤੀ ਲਈ ਸੱਦਿਆ ਵੀ ਤੁਸੀਂ ਯਿਸੂ ਮਸੀਹ ਦੇ ਨਾਲ ਕੀ ਕਰ ਸਕੋ, ਸੰਗਤ ਕਰ ਸਕੋ। ਜਦੋਂ ਸੰਗਤ ਫਿਰ ਤੁਹਾਡੇ ਉੱਤੇ ਰੰਗਤ ਹੋ ਜੂਗੀ, ਕੀ ਹੋ ਜੂਗੀ, ਰੰਗਤ, ਰੰਗ ਚੜ ਜੂਗਾ, ਕੀ ਚੜ ਜੂਗਾ, ਯਿਸੂ ਮਸੀਹ ਦਾ ਰੰਗ ਚੜ ਜਾ, ਰੰਗ ਚੜ ਜੂਗਾ, ਰੰਗ ਛੱਡਿਆ ਏ ਮੈਨੂੰ, ਰੰਗ ਛੱਡਿਆ ਏ ਆਪਣੇ ਲਹੂ ਦੇ ਨਾਲ, ਰੰਗ ਛੱਡਿਆ ਏ ਯਿਸੂ ਮਸੀਹ ਨੇ ਆਪਣੇ ਲਹੂ ਨਾਲ ਉਦੋਂ ਰੰਗਣਾ ਜਦੋਂ ਤੁਸੀਂ ਸੰਗਤ ਯਿਸੂ ਮਸੀਹ ਨਾਲ ਕਰੋਗੇ। ਜੇ ਤੁਹਾਡੀ ਸੰਗਤ ਹੀ ਯਿਸੂ ਮਸੀਹ ਨਾਲ ਨਹੀਂ ਆ, ਕਿੱਦਾਂ ਰੰਗ ਚੜੇ ਯਿਸੂ ਮਸੀਹ ਦਾ, ਕਿੱਦਾਂ ਤੁਹਾਨੂੰ ਪਾਕ ਤੇ ਪਵਿੱਤਰ ਕਰੇ। ਹੁਣ ਡੱਬ ਖੜੱਬੇ ਬਣ ਜਾਓ, ਉਹ ਤੁਹਾਡੀ ਮਰਜ਼ੀ ਆ, ਅੱਧਾ ਰੰਗ ਸ਼ੈਤਾਨ ਦਾ ਤੇ ਅੱਧਾ ਰੰਗ ਯਿਸੂ ਮਸੀਹ ਦਾ, ਡੱਬ ਖੜੱਬੇ ਹੋ ਜਾਓ, ਉਹ ਤੁਹਾਡੀ ਮਰਜ਼ੀ ਆ। ਪਰ ਮੈਂ ਤੇ ਚਾਹੁੰਦਾ ਵੀ ਯਿਸੂ ਮਸੀਹ ਦੇ ਲਹੂ ਨਾਲ ਕੀ ਹੋ ਜਾਓ, ਰੰਗੇ ਜਾਓ, ਰੰਗ ਹੋ ਜਾਵੇ ਤੁਹਾਨੂੰ, ਰੰਗ ਚੜ ਜਾਵੇ।
ਪਵਿੱਤਰ ਆਤਮਾ ਦਾ ਯਿਸੂ ਮਸੀਹ ਦਾ ਕੀ ਚੜ ਜਾਵੇ ਤੁਹਾਨੂੰ ਰੰਗ ਚੜ ਜਾਵੇ। ਜਦ ਤੱਕ ਤੁਸੀਂ ਸੰਗਤੀ ਨਹੀਂ ਯਿਸੂ ਮਸੀਹ ਨਾਲ ਕਰੋਗੇ ਉਹਦਾ ਰੰਗ ਨਹੀਂ ਚੜਨਾ ਤੁਹਾਡੇ ਉੱਤੇ। ਹਾਲੇਲੂਇਆ ਹਾਲੇਲੂਇਆ। ਕਿਉਂਕਿ ਜਿਹਨਾਂ ਜਿਹਨਾਂ ਨੇ ਸੰਗਤੀ ਕੀਤੀ ਹੈ ਯਿਸੂ ਮਸੀਹ ਨਾਲ ਉਹਨਾਂ ਦੇ ਉੱਤੇ ਯਿਸੂ ਮਸੀਹ ਦਾ ਕੀ ਚੜ ਗਿਆ, ਰੰਗ ਚੜ ਗਿਆ। ਸੰਤ ਪੈਲੂਸ ਨੇ ਸੰਗਤੀ ਕੀਤੀ ਆ ਪਵਿੱਤਰ ਆਤਮਾ ਦੇ ਨਾਲ ਤੇ ਉਹਦੇ ਉੱਤੇ ਕੀ ਚੜ ਗਿਆ, ਰੰਗ ਚੜ ਗਿਆ ਯਿਸੂ ਮਸੀਹ ਦੇ ਲਹੂ ਦਾ। ਫਿਰ ਲਹੂ ਬੋਲਦਾ ਉਹਦੇ ਵਿੱਚ ਦੀ, ਸੰਤ ਪੈਲੂਸ ਨਹੀਂ ਬੋਲਦਾ ਉਹਦੇ ਵਿੱਚ ਦੀ, ਪਵਿੱਤਰ ਆਤਮਾ ਤੇ ਯਿਸੂ ਮਸੀਹ ਦਾ ਲਹੂ ਬੋਲਦਾ। ਹਾਲੇਲੂਇਆ ਹਾਲੇਲੂਇਆ। ਬਾਰੀ ਕਰੋ ਯਿਸੂ ਮਸੀਹ ਦੇ ਲਈ। ਧੰਨਵਾਦ ਯਿਸੂ, ਧੰਨਵਾਦ ਹੋ, ਧੰਨਵਾਦ ਹੋ, ਤੇਰੀ ਤਾਰੀਫ ਹੋ, ਤੇਰੀ ਤਾਰੀਫ ਹੋ, ਤੇਰੀ ਤਾਰੀਫ ਹੋ। ਹਾਲੇਲੂਇਆ ਹਾਲੇਲੂਇਆ। ਬੋਲੀ ਦੀ ਬਹੁਤ ਖੇਲਦੇ ਆਪਾਂ, ਇੱਕ ਦੂਜੇ ਨੂੰ ਰੰਗ ਵੀ ਲਾਉਂਦੇ ਆ ਗੱਲਾਂ ਨੂੰ। ਕਾਲਾ ਰੰਗ ਲਾਤਾ, ਲਾਲ ਰੰਗ ਲਾਤਾ, ਪੀਲਾ ਰੰਗ ਲਾਤਾ, ਕਦੀ ਯਿਸੂ ਮਸੀਹ ਦਾ ਰੰਗ ਲਾਉਂਦੇ ਆ? ਬੋਲੋ ਜੀ ਵਾਈ ਨਾ ਨਹੀਂ। ਸਾਡੀ ਸੰਗਤੀ ਨਹੀਂ ਹੈ ਤਾਂ ਰੰਗ ਕਿੱਥੋਂ ਚੜ੍ਹਨਾ? ਸੰਗਤ ਹੋਊਗੀ ਤਾਂ ਰੰਗ ਚੜ੍ਹਨਾ? ਅੱਜ ਸਾਡੇ ਲੋਕ ਕੀ ਆ, ਸ਼ੈਤਾਨ ਦੇ ਰੰਗੇ ਹੋਏ ਜ਼ਿਆਦੇ ਆ ਜੀ, ਯਿਸੂ ਮਸੀਹ ਦੇ ਰੰਗੇ ਹੋਏ ਘੱਟ ਆ। ਪਵਿੱਤਰ ਆਤਮਾ ਤੁਹਾਡੇ ਉੱਤੇ ਰੰਗ ਚਾੜਦਾ। ਕੌਣ ਚਾੜਦਾ ਰੰਗ ਸਾਡੇ ਤੇ? ਪਵਿੱਤਰ ਆਤਮਾ। ਪਵਿੱਤਰ ਆਤਮਾ ਜਦੋਂ ਸਾਡੀ ਜ਼ਿੰਦਗੀਆਂ ਦੇ ਵਿੱਚ ਆਉਂਦਾ ਵਾ ਤੇ ਯਿਸੂ ਮਸੀਹ ਦੇ ਵਰਗਾ ਸਾਨੂੰ ਬਣਾ ਦਿੰਦਾ ਵਾ। ਹਾਲੇਲੂਇਆ ਹਾਲੇਲੂਇਆ। ਅੱਜ ਸੰਗਤੀ ਸਾਡੀ ਮਾੜੇ ਲੋਕਾਂ ਨਾਲ, ਅਸੀਂ ਕਿੱਦਾਂ ਬਲੈਸ ਹੋ ਜਾਵਾਂਗੇ? ਪਰਮੇਸ਼ੁਰ ਨੇ ਅਬਰਾਹਮ ਨੂੰ ਕਿਹਾ, ਆਪਣੇ ਕੁਟੁੰਬ ਨੂੰ ਛੱਡ, ਆਪਣੇ ਲੋਕਾਂ ਨੂੰ ਛੱਡ, ਉਹਨਾਂ ਵਿੱਚੋਂ ਬਾਹਰ ਨਿਕਲ ਜਾ, ਕਿਉਂਕਿ ਉਹ ਆਪਣੇ ਜਿੰਨੀ ਦੇਰ ਲੋਕਾਂ ਦੇ ਵਿੱਚ ਸੀ ਉਹਨਾਂ ਲੋਕਾਂ ਦਾ ਪਾਪ ਦਾ ਰੰਗ ਚੜਿਆ ਹੋਇਆ ਸੀਗਾ, ਪਾਪ ਦਾ ਰੰਗ ਚੜਿਆ ਹੋਇਆ। ਕਿਉਂਕਿ ਬਾਈਬਲ ਦੇ ਵਿੱਚ ਵੀ ਲਿਖਿਆ, ਜੇ ਤੇਰਾ ਰੰਗ ਕਹਿੰਦਾ ਕਿਰਮਿਚ ਵਰਗਾ ਲਾਲ ਸੂਆ ਵਾ ਤਾਂ ਪਰਮੇਸ਼ੁਰ ਧੋ ਕੇ ਬਰਫ਼ ਵਰਗਾ ਚਿੱਟਾ ਕੱਢ ਦੇਵੇਗਾ। ਹਾਲੇਲੂਇਆ 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 ਹਾਲੇਲੂਇਆ। ਤੇ ਅੱਜ ਸਾਡੇ ਤੇ ਰੰਗ ਸ਼ੈਤਾਨ ਦਾ, ਮਾੜੀ ਸੰਗਤ ਦਾ ਰੰਗ ਆ, ਤੇ ਜੇ ਰੰਗ ਨੂੰ ਲਾਉਣਾ ਵਾ ਤੇ ਯਿਸੂ ਮਸੀਹ ਨਾਲ ਕੀ ਕਰਨੀ ਪੈਣੀ ਆ? ਸੰਗਤ ਕਰਨੀ ਪੈਣੀ ਆ। ਸੰਗਤ ਉਹ ਚੰਗੀ ਜਿੱਥੇ ਆਉਂਦਾ ਹੋਵੇ ਆਤਮਾ, ਹੁੰਦਾ ਹੈ ਮੌਜੂਦ ਉੱਥੇ ਆਪ ਪਰਮਾਤਮਾ। ਹਾਲੇਲੂਇਆ ਹਾਲੇਲੂਇਆ। ਅੱਜ ਮੇਰੇ ਭੈਣੋ ਤੇ ਭਰਾਵੋ, ਇਹ ਸੰਗਤ ਨਹੀਂ ਮੈਂ ਕਹਿ ਰਿਹਾ ਚਰਚ ਵਾਲੀ, ਯਿਸੂ ਮਸੀਹ ਵਾਲੀ ਸੰਗਤ ਕਹਿ ਰਿਹਾ ਮੈਂ। ਪਰਮੇਸ਼ਵਰ ਨਾਲ ਤੁਹਾਡੀ ਸੰਗਤ ਹੋਣੀ ਚਾਹੀਦੀ ਆ। ਸੰਗਤ ਜਦੋਂ ਤੁਹਾਡੀ ਪਰਮੇਸ਼ਵਰ ਨਾਲ ਹੋਊਗੀ, ਤੁਹਾਨੂੰ ਸਿਖਾਵੇਗਾ ਉਹ, ਤੁਹਾਡੀ ਟ੍ਰੇਨਿੰਗ ਚੱਲੇਗੀ ਕਿਸ ਤਰ੍ਹਾਂ ਸ਼ੈਤਾਨ ਨਾਲ ਤੁਸੀਂ ਕੀ ਕਰਨੀ ਆ, ਫਾਈਟ ਕਰਨੀ ਆ। ਹਾਲੇਲੂਇਆ ਹਾਲੇਲੂਇਆ। ਜਦੋਂ ਦਾਊਦ ਦੀ ਸੰਗਤ ਪਰਮੇਸ਼ਵਰ ਦੇ ਨਾਲ ਸੀਗੀ ਤਾਂ ਦਾਊਦ ਨੇ 66 ਲੜਾਈਆਂ ਜਿੱਤੀਆਂ। ਕਿੰਨੀਆਂ ਲੜਾਈਆਂ ਜਿੱਤੀਆਂ? 66 ਜਦੋਂ ਉਹਦੀ ਸੰਗਤ ਕੀ ਆ, ਪਰਮੇਸ਼ਵਰ ਦੇ ਨਾਲ ਆ। ਗੋਲੀਅਤ ਨੂੰ ਮਾਰਿਆ, ਕਿਉਂ ਮਾਰਿਆ? ਕਿਉਂਕਿ ਉਹਦੀ ਸੰਗਤ ਪਰਮੇਸ਼ਵਰ ਨਾਲ, ਪਰਮੇਸ਼ਵਰ ਦੇ ਨਾਲ ਆ। ਜੇ ਤੁਹਾਡੀ ਸੰਗਤ ਪਰਮੇਸ਼ਵਰ ਦੇ ਨਾਲ ਨਹੀਂ ਆ ਤਾਂ ਤੁਸੀਂ ਸ਼ੈਤਾਨ ਨੂੰ ਵੀ ਹਰਾ ਨਹੀਂ ਸਕਦੇ, ਨਹੀਂ ਸਕਦੇ। ਸ਼ੈਤਾਨ ਜਿੱਤੇਗਾ ਤੁਹਾਡੇ ਤੋਂ, ਤੁਸੀਂ ਹਰ ਜਾਓਗੇ ਜੇ ਤੁਹਾਡੀ ਰਿਲੇਸ਼ਨਸ਼ਿਪ ਨਹੀਂ ਆ, ਜੇ ਤੁਹਾਡੀ ਫੈਲੋਸ਼ਿਪ ਨਹੀਂ ਆ ਪਰਮੇਸ਼ਵਰ ਦੇ ਨਾਲ। ਅੱਜ ਸੰਗਤੀ ਜ਼ਰੂਰੀ ਆ ਪਰਮੇਸ਼ਵਰ ਦੇ ਨਾਲ, ਕਿਉਂਕਿ ਰਸੂਲਾਂ ਦੇ ਵੀ ਕਰਤੱਬ ਦੇ ਵਿੱਚ ਲਿਖਿਆ, ਇਕੱਠੇ ਹੋਣ ਤੋਂ ਕਦੀ ਵੀ ਬਾਜ ਨਾ ਆਓ, ਇਕੱਠੇ ਹੁੰਦੇ ਰਹੋ। ਇੱਥੇ ਵੀ ਲੋਕਾਂ ਨੇ ਲਿਖੀ ਰਸੂਲਾਂ ਦੇ ਕਰਤੱਬ, ਲੋਕਾਂ ਕੀ ਕਹਿ ਰਿਹਾ ਵਾ, ਇਕੱਠੇ ਹੁੰਦੇ ਰਹੋ। ਕੀ ਹੁੰਦੇ ਰਹੋ? ਇਕੱਠੇ ਹੁੰਦੇ ਰਹੋ, ਇਕੱਠੇ ਹੁੰਦੇ ਰਹੋ। ਅੱਜ ਪਰਮੇਸ਼ਵਰ ਸਾਨੂੰ ਵੀ ਕਹਿ ਰਿਹਾ ਵੀ ਅਸੀਂ ਵੀ ਪਰਮੇਸ਼ਵਰ ਨਾਲ ਕੀ ਹੋਈਏ, ਇਕੱਠੇ ਅਸੀਂ ਵੀ ਯਿਸੂ ਮਸੀਹ ਨਾਲ ਕੀ ਹੋਈਏ, ਇਕੱਠੇ ਹੋਈਏ, ਇਕੱਠੇ ਹੋਈਏ। ਕਿਉਂਕਿ ਬਾਈਬਲ 'ਚ ਲਿਖਿਆ ਮੱਤੀ ਦੀ ਅੰਜੀਲ 18 ਪਾਗੋ ਦੀ 20 ਹੈ, ਜਿੱਥੇ ਦੋ ਜਾਂ ਤਿੰਨ ਮੌਜੂਦ ਆ
ਵਾਅਦੇ ਮੁਤਾਬਕ ਯਿਸੂ ਮਸੀਹ ਵਿਚਕਾਰ ਆ। ਜਦੋਂ ਤੁਸੀਂ ਦੋ ਜਾਂ ਤਿੰਨ ਇਕੱਠੇ ਹੁੰਦੇ ਆ ਤੇ ਯਿਸੂ ਮਸੀਹ ਦੀ ਸੰਗਤੀ ਉੱਥੇ ਹੁੰਦੀ ਆ, ਉੱਤਰ ਆਉਂਦੀ ਆ। ਹਾਲੇਲੂਇਆ ਹਾਲੇਲੂਇਆ। ਜੇ ਤੁਹਾਡੀ ਸੰਗਤੀ ਨਹੀਂ ਆ ਪਰਮੇਸ਼ੁਰ ਨਾਲ, ਤੁਸੀਂ ਇਕੱਠੇ ਨਹੀਂ ਆ, ਇਕੱਠੇ ਹੋਣ ਨੂੰ ਦੇਖੋ ਇੱਕ ਦੋ ਤਿੰਨ ਇਹ ਵੀ ਹੋ ਸਕਦੇ ਆ, ਮੈਂ ਜਾਂ ਕੋਈ ਹੋਰ ਭਾਈ ਇਹ ਵੀ ਆ, ਤੁਸੀਂ ਵੀ ਇਕੱਠੇ ਆ। ਤੁਹਾਡਾ ਮਨ, ਦਿਲ ਔਰ ਜਿਸਮ, ਸਰੀਰ, ਆਤਮਾ ਤੇ ਪ੍ਰਾਣ, ਇਹ ਕਿੰਨੇ ਆ? ਤਿੰਨ। ਬਾਡੀ ਦੇ ਤਿੰਨ ਪੋਰਸ਼ਨ ਆ, ਸਰੀਰ ਆ, ਆਤਮਾ ਵਾ, ਤੇ ਤੀਸਰਾ ਕੀ ਆ? ਪ੍ਰਾਣ। ਤੀਸਰਾ ਕੀ ਆ? ਪ੍ਰਾਣ। ਪ੍ਰਾਣ ਆ। ਇਹ ਤਿੰਨੇ ਜਦੋਂ ਇਕੱਠੇ ਹੋ ਜਾਣਗੇ ਤੇ ਪਰਮੇਸ਼ੁਰ ਦੀ ਕੀ ਉਤਰ ਆਉਣੀ ਆ? ਸੰਗਤ ਸੰਗਤ ਉਤਰ ਆਉਣੀ ਆ। ਹਾਲੇਲੂਇਆ ਹਾਲੇਲੂਇਆ। ਤੇ ਜੇ ਤਿੰਨੇ ਇਕੱਠੇ ਨਹੀਂ ਤੇ ਫਿਰ ਨੀਂਦ ਉਤਰ ਆਉਣੀ ਆ। ਫਿਰ ਕੀ ਉਤਰ ਆਉਣੀ ਆ? ਨੀਂਦ ਉਤਰ ਆਉਣੀ। ਫਿਰ ਕੀ ਉਤਰ ਆਉਣੀ ਆ? ਨੀਂਦ। ਆਤਮਾ ਨੇ ਕਹਿਣਾ ਦੁਆ ਕਰ, ਸਰੀਰ ਨੇ ਕਹਿਣਾ ਸੌਂ ਜਾ ਸੌਂ ਜਾ ਸੌਂ ਜਾ, ਬੰਦਗੀ ਚੱਲਦੀ ਪਈ, ਵਿੱਚੇ ਹੀ ਸੌਂ ਜਾ, ਘਲਾਟ ਲੈ ਲਾ, ਰਾਤ ਸੁੱਤਾ ਨਹੀਂ, ਪਹਿਰਾ ਦਿੰਦਾ ਰਿਹਾ, ਤੂੰ ਸੌਂ ਜਾ। ਹਾਲੇਲੂਇਆ ਹਾਲੇਲੂਇਆ। ਤੇ ਜਿਹਨਾਂ ਨੂੰ ਹੁਣ ਨੀਂਦ ਚੜ੍ਹਦੀ ਪਈ ਆ, ਹਿਸਾਬ ਲੈ ਲਓ, ਕਿਉਂਕਿ ਉਹ ਇਕੱਠੇ ਨਹੀਂ ਆ। ਉਹ ਇਕੱਠੇ ਨਹੀਂ ਆ, ਇਕੱਠੇ ਨਹੀਂ ਆ। ਤੇ ਜਿਹੜੇ ਇਕੱਠੇ ਹੋ ਜਾਂਦੇ ਆ, ਉੱਥੇ ਪਰਮੇਸ਼ੁਰ ਦੀ ਸੰਗਤੀ ਉੱਤਰ ਆਉਂਦੀ ਆ, ਉੱਤਰ ਆਉਂਦੀ ਆ, ਉੱਤਰ ਆਉਂਦੀ ਆ। ਸੰਗਤੀ ਨੂੰ ਆਪਾਂ ਪ੍ਰੈਜੈਂਸ ਵੀ ਕਹਿ ਸਕਦੇ ਆ, ਪ੍ਰੈਜੈਂਸ ਆ ਜਾਂਦੀ ਆ, ਹਜ਼ੂਰੀ ਆ ਜਾਂਦੀ ਆ। ਪਰਮੇਸ਼ੁਰ ਦੀ ਕੀ ਆ ਜਾਂਦੀ ਆ? ਹਜ਼ੂਰੀ ਆ ਜਾਂਦੀ ਆ ਜਾਂਦੀ ਆ। ਤੇ ਜਦੋਂ ਤੁਸੀਂ ਪਰਮੇਸ਼ੁਰ ਦੀ ਸੰਗਤੀ ਤੋਂ ਬਾਹਰ ਆ, ਫਿਰ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਸ਼ਰਾਬ ਵੀ ਆਉਂਦੇ ਆ। ਕੀ ਆਉਂਦੇ ਆ? ਸ਼ਰਾਬ। ਸ਼ਰਾਬ ਆ ਜਾਂਦੇ ਤੁਹਾਡੀ ਲਾਈਫ ਦੇ ਵਿੱਚ, ਡਿਸਟਰਬੈਂਸ ਲਾਈਫ ਹੋ ਜਾਂਦੀ, ਤੁਹਾਡੀ ਡਿਸਟਰਬ ਹੋ ਜਾਂਦੀ ਆ। ਪੜ੍ਹੋ ਪਹਿਲਾਂ ਸੈਮੂਅਲ, ਚਾਰ ਭਾਗ ਉਹਦੀ, ਦੋ ਤੇ ਤਿੰਨ ਚਾਰ। ਪਹਿਲਾ ਸੈਮੂਅਲ ਉਹਦਾ ਚਾਰ ਭਾਗ ਦੋ ਤੇ ਤਿੰਨ ਹੈ। ਤਾਂ ਫਲਿਸਤੀਆਂ ਨੇ ਇਸਰਾਇਲ ਦਾ ਸਾਹਮਣਾ ਕਰਨ ਨੂੰ ਆਪਣੀ ਪਾਲ ਬੰਨੀ ਅਤੇ ਜਾਂ ਲੜਾਈ ਖਿਲਰ ਗਈ, ਤਾਂ ਇਸਰਾਇਲ ਫਲਿਸਤੀਆਂ ਅੱਗੇ ਹਾਰ ਗਏ ਅਤੇ ਉਹਨਾਂ ਨੇ ਉਹਨਾਂ ਦੀ ਫੌਜ ਵਿੱਚੋਂ ਜੋ ਮੈਦਾਨ ਵਿੱਚ ਸੀ 4,000 ਮਨੁੱਖ ਵੱਢ ਸੁੱਟੇ। ਜਾਂ ਲੋਕ ਡੇਰੇ ਵਿੱਚ ਮੁੜ ਆਏ ਸਨ, ਤਾਂ ਇਸਰਾਇਲ ਦੇ ਬਜ਼ੁਰਗਾਂ ਨੇ ਆਖਿਆ, ਭਾਈ ਯਹੋਵਾ ਨੇ ਸਾਨੂੰ ਫਲਿਸਤੀਆਂ ਦੇ ਅੱਗੇ ਅੱਜ ਹਾਰ ਕਿਉਂ ਦਿੱਤੀ? ਆਓ ਅਸੀਂ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਸ਼ੀਲੋਹ ਤੋਂ ਆਪਣੇ ਕੋਲ ਲੈ ਆਈਏ, ਭਾਈ ਉਹ ਸਾਡੇ ਵਿਚਕਾਰ ਹੋ ਕੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਛਡਾਵੇ। ਹਾਲੇਲੂਇਆ ਹਾਲੇਲੂਇਆ। ਇੱਥੇ ਪਰਮੇਸ਼ਵਰ ਦੇ ਨਾਲ ਇਹਨਾਂ ਦੀ ਸੰਗਤੀ ਨਹੀਂ ਆ। ਪਰਮੇਸ਼ਵਰ ਦੀ ਸੰਗਤੀ ਇਹਨਾਂ ਦੇ ਨਾਲ ਨਹੀਂ ਆ। ਹਜ਼ੂਰੀ ਇਹਨਾਂ ਦੇ ਨਾਲ ਪਰਮੇਸ਼ਵਰ ਦੀ ਨਹੀਂ ਆ। ਤੇ ਕੀ ਹੋ ਗਿਆ ਲੋਕ? ਕੀ ਹੋ ਗਿਆ? ਹਾਰ ਗਏ ਆ। ਕੀ ਹੋ ਗਿਆ ਲੋਕ? ਹਾਰ ਗਏ। ਥੋੜਾ ਜਿਹਾ ਉੱਚੀ ਆਵਾਜ਼ ਨਾਲ ਬੋਲੀ ਜਾਓ, ਹਾਰ ਗਏ। ਤੂੰ ਜੇ ਥੋੜੀ ਜਿਹੀ ਆਵਾਜ਼ ਤਾਂ ਚੱਕ ਕੇ ਰੱਖ, ਜੇ ਤੂੰ ਢਿੱਲਾ ਢਿੱਲਾ ਰਹਿਣਾ ਸੌਂ ਜਾ।
ਹਰ ਗਏ ਆ। ਪਹਿਲਾਂ ਸਾਮੂਅਲ 4 ਪਾਗ ਪੜਾਇਆ ਵਾ, ਹੁਣ ਮੈਂ ਵੀ ਉਹ ਲੋਕ ਹਰ ਗਏ। ਕਿਉਂ ਹਰੇ? ਕਿਉਂਕਿ ਪਰਮੇਸ਼ਵਰ ਦੀ ਸੰਗਤੀ ਉਹਨਾਂ ਦੇ, ਹਜ਼ੂਰੀ ਉਹਨਾਂ ਦੇ ਨਹੀਂ, ਪ੍ਰੈਜ਼ੈਂਸ ਉਹਨਾਂ ਦੇ ਨਾਲ ਨਹੀਂ ਸੀ, ਨਾਲ ਨਹੀਂ ਸੀ। ਤਾਂ ਕੀ ਹੋ ਗਿਆ? ਉਹ ਲੋਕ ਹਾਰ ਗਏ, ਹਾਰ ਗਏ। ਤੇ ਯਿਸੂ ਜੀ ਨੇ ਸਾਨੂੰ ਕਿਉਂ ਸੱਦਿਆ? ਵੀ ਅਸੀਂ ਯਿਸੂ ਜੀ ਨਾਲ ਕੀ ਕਰ ਸਕੀਏ? ਸੰਗਤ, ਥੋੜਾ ਜਿਹਾ ਉੱਚੀ ਆਵਾਜ਼ ਨਾਲ ਬੋਲ ਦਿਓ, ਸੰਗਤ, ਸੰਗਤ ਕਰ ਸਕੀਏ। ਤੇ ਜਦੋਂ ਤੁਹਾਡੀ ਸੰਗਤੀ ਪਰਮੇਸ਼ਵਰ ਦੇ ਨਾਲ ਨਹੀਂ ਆ, ਫਿਰ ਤੁਸੀਂ ਕੀ ਹੋ ਜਾਓਗੇ ਜ਼ਿੰਦਗੀ ਦੇ ਵਿੱਚ? ਹਾਰ ਗਏ, ਥੋੜਾ ਜਿਹਾ ਉੱਚੀ ਆਵਾਜ਼ ਨਾਲ, ਹਾਰ ਜਾਓਗੇ, ਹਾਰ ਜਾਓਗੇ ਜੇ ਤੁਹਾਡੀ ਸੰਗਤੀ ਪਰਮੇਸ਼ਵਰ ਨਾਲ ਹੀ। ਹੁਣ ਤੁਸੀਂ ਇੱਕ ਚੀਜ਼ ਪੁੱਛਣੀ ਵੀ ਸੰਗਤੀ ਕਰਨੀ ਕਿੱਦਾਂ ਵਾ? ਪਰਮੇਸ਼ਵਰ ਨੂੰ ਸ਼ਰਾਬੀ ਲੋਕ ਵੀ ਪਸੰਦ ਨਹੀਂ ਆ, ਝੂਠ ਬੋਲਣ ਵਾਲੇ ਵੀ ਪਸੰਦ ਨਹੀਂ ਆ, ਕਿਉਂਕਿ ਪਰਮੇਸ਼ਵਰ ਪਵਿੱਤਰ ਹੈ। ਤਾਂ ਤੁਸੀਂ ਪਵਿੱਤਰ ਬਣਨਾ ਜੇ ਪਰਮੇਸ਼ਵਰ ਨਾਲ ਕੀ ਕਰਨੀ ਆ? ਸੰਗਤੀ ਕਰਨੀ ਆ। ਜੇ ਤੁਸੀਂ ਸੰਗਤੀ ਕਰਨਾ ਚਾਹੁੰਦੇ ਆ ਪਰਮੇਸ਼ਵਰ ਨਾਲ, ਆਪਣੀਆਂ ਆਦਤਾਂ ਨੂੰ ਬਦਲੋ, ਕਿਉਂਕਿ ਫਿਲਪੀਆਂ 2:5 ਵਿੱਚ ਲਿਖਿਆ ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਿਸੂ ਦਾ ਵਿੱਚ। ਯਿਸੂ ਦੀ ਦਾ ਸੁਭਾਅ ਸ਼ਰਾਬ ਪੀਣ ਵਾਲਾ ਨਹੀਂ ਆ, ਯਿਸੂ ਦੀ ਗਾਲਾਂ ਨਹੀਂ ਕਰਦਾ, ਯਿਸੂ ਦੀ ਚੋਰੀ ਨਹੀਂ ਕਰਦਾ, ਯਿਸੂ ਦੀ ਚੁਗਲੀ ਨਹੀਂ ਕਰਦਾ। ਤੇ ਜੇ ਤੁਸੀਂ ਬਾਈਬਲ ਵੀ ਪੜ੍ਹਦੇ ਆ, ਪ੍ਰਾਰਥਨਾ ਵੀ ਕਰਦੇ ਆ, ਗਾਲਾਂ ਚੁਗਲੀ ਘੇਰਾ ਫੇਰੀ ਕਰਦੇ ਆ, ਤੇ ਤੁਹਾਡੀ ਸੰਗਤੀ ਪਰਮੇਸ਼ਵਰ ਨਾਲ ਨਹੀਂ ਆ, ਨਹੀਂ ਆ, ਫਿਰ ਹਾਰ ਜਾਓਗੇ ਜ਼ਿੰਦਗੀ ਦੇ ਵਿੱਚ। ਕੀ ਹੋ ਜਾਓਗੇ? ਹਾਰ ਜਾਓਗੇ, ਹਾਰ ਜਾਓਗੇ ਫਿਰ ਤੁਸੀਂ। ਤੇ ਜੇ ਸੰਗਤੀ ਪਰਮੇਸ਼ਵਰ ਨਾਲ, ਫਿਰ ਚਾਰਾਂ ਦਿਸ਼ਾਵਾਂ ਚੋਂ ਜਿੱਤੂਗੇ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ, ਹਾਲੇਲੂਇਆ, ਹਾਲੇਲੂਇਆ। ਪੜੋ ਪਤਰਸ ਜੀ, ਫਿਰ ਉਹ ਕਹਿੰਦੇ ਕੀ ਕਹਿੰਦੇ ਆ ਵੀ ਆਪਾਂ ਪਰਮੇਸ਼ਵਰ ਤੋਂ ਕੀ ਲੈ ਕੇ ਆਈਏ? ਨੇਮ ਦਾ ਸੰਦੂਕ। ਪਰਮੇਸ਼ਵਰ ਦੇ ਨਾਲ ਸੰਗਤੀ ਕਰੀਏ। ਪੁਰਾਣੇ ਸਮੇਂ ਦੇ ਵਿੱਚ ਜਿਹੜੀ ਸੰਗਤੀ ਸੀ ਨਾ ਪਰਮੇਸ਼ਵਰ ਨਾਲ, ਉਹ ਸੰਦੂਕ ਦੇ ਦੁਆਰਾ ਹੁੰਦੀ ਸੀਗੀ। ਕਾਹਦੇ ਦੁਆਰਾ ਹੁੰਦੀ ਸੀਗੀ? ਸੰਦੂਕ ਦੁਆਰਾ, ਕਿਉਂਕਿ ਬਰਾਨੀਆਂ 6 ਭਾਗ ਲਿਖਿਆ। ਸੰਦੂਕ ਦੇ ਵਿੱਚ ਕੀ ਸੀਗਾ? ਮੰਨਾ ਸੀਗਾ, ਹਰੂਨ ਦੀ ਛੜੀ ਸੀਗੀ, ਜਿਹੜੀ ਫੋਟ ਆਈ ਸੀਗੀ, ਜਿਹਨੂੰ ਲੰਗੂਰ ਕਰਕੇ ਲਿਖਿਆ ਨਾਮ ਲੱਗੇ ਹੋਏ ਸੀਗੇ, ਔਰ ਇੱਕ ਸੋਨੇ ਦਾ ਡੱਬਾ ਸੀਗਾ, ਔਰ ਪਰਮੇਸ਼ਵਰ ਦੇ ਹੱਥ ਦੀਆਂ ਲਿਖੀਆਂ ਹੋਈਆਂ ਫੱਟੀਆਂ ਸੀਗੀਆਂ, ਇਹ ਚੀਜ਼ਾਂ ਸੀਗੀਆਂ ਸੰਦੂਕ 'ਚ। ਤੇ ਜਿੱਥੇ ਜਿੱਥੇ ਸੰਦੂਕ ਜਾਂਦਾ ਸੀ ਪਰਮੇਸ਼ਵਰ ਦੀ ਸੰਗਤੀ ਉੱਥੇ ਉੱਥੇ ਉਹਨਾਂ ਦੇ ਨਾਲ ਜਾਂਦੀ ਸੀਗੀ। ਸਮਝ ਕੇ ਅੰਡਰਸਟੈਂਡ ਕਰ ਰਹੇ ਹੋ ਮੇਰੀ ਗੱਲ ਨੂੰ? ਜਿੱਥੇ ਜਿੱਥੇ ਸੰਦੂਕ ਜਾਂਦਾ ਸੀ ਪਰਮੇਸ਼ਵਰ ਦੀ ਸੰਗਤੀ ਨਾਲ ਸੀਗੀ। ਤੇ ਇਹਨਾਂ ਨੇ ਸੰਦੂਕ ਛੱਡ ਦਿੱਤਾ ਸੀਗਾ, ਪਰਮੇਸ਼ਵਰ ਦੀ ਸੰਗਤੀ ਨੂੰ ਛੱਡ ਦਿੱਤਾ। ਤਾਂ ਕੀ ਹੋ ਗਏ? ਲੋਕ ਹਾਰ ਗਏ। ਬੋਲੀ ਜਾਓ, ਕੀ ਹੋ ਗਏ? ਲੋਕ ਹਾਰ ਗਏ। ਜਦੋਂ ਹਾਰ ਗਏ, ਹਰਨ ਤੋਂ ਬਾਅਦ ਇਹਨਾਂ ਨੇ ਕੀ ਡਿਸਾਈਡ ਕੀਤਾ ਪਤਰਸ ਜੀ? ਸੋ ਉਹਨਾਂ ਨੇ ਸ਼ਿਲੋ ਵਿੱਚ ਲੋਕ ਕੱਲੇ, ਉਹਦੇ ਉੱਪਰਲੀ ਆਇਤ ਪੜੋ, ਹਰਨ ਤੋਂ ਬਾਅਦ ਕੀ ਡਿਸਾਈਡ ਕੀਤਾ? ਜਾਂ ਲੋਕ ਡੇਰੇ ਵਿੱਚ ਮੁੜ ਆਏ ਸਨ ਤਾਂ ਇਸਰਾਇਲ ਦੇ ਬਜ਼ੁਰਗਾਂ ਨੇ ਆਖਿਆ, ਭਾਈ ਯਹੋਵਾ ਨੇ ਸਾਨੂੰ ਫਿਲਿਸਤੀਆਂ ਦੇ ਅੱਗੇ ਅੱਜ ਹਾਰ ਕਿਉਂ ਦਿੱਤੀ? ਸਾਨੂੰ ਪਰਮੇਸ਼ਵਰ ਨੇ ਕਿਉਂ ਹਰਾਤਾ? ਕਹਿੰਦਾ ਫਿਲਿਸਤੀਆਂ ਦੇ ਅੱਗੇ ਕਿਉਂ ਹਰਾਤਾ? ਆਓ ਅਸੀਂ ਪਰਮੇਸ਼ਵਰ ਦੇ ਨੇਮ ਦਾ ਸੰਦੂਕ, ਆਓ ਅਸੀਂ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਸ਼ਿਲੋ ਤੋਂ ਆਪਣੇ ਕੋਲ ਲੈ ਆਈਏ। ਮਤਲਬ ਕਿ ਪਰਮੇਸ਼ਵਰ ਦੀ ਹਜ਼ੂਰੀ ਛੱਡ ਕੇ ਜਾ ਚੁੱਕੀ ਸੰਗਤੀ ਤੋਂ ਬਾਹਰ ਸੀਗੇ, ਹੁਣ ਕਹਿੰਦੇ ਆ ਪਰਮੇਸ਼ਵਰ ਦੀ ਸੰਗਤੀ ਨੂੰ ਸ਼ਿਲੋ ਤੋਂ ਆਪਣੇ ਕੋਲ ਲੈ ਆਈਏ, ਲੈ ਆਈਏ। ਜੇ ਪਰਮੇਸ਼ਵਰ ਦੀ ਹਜ਼ੂਰੀ ਤੁਹਾਡੀ ਜ਼ਿੰਦਗੀ ਚੋਂ ਅੱਡ ਹੋ ਜਾਂਦੀ ਆ, ਜੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਤੁਹਾਡੀ ਲਾਈਫ ਚੋਂ ਅੱਡ ਹੋ ਗਈ ਆ, ਜੇ ਤੁਹਾਡੀ ਜ਼ਿੰਦਗੀ ਵਿੱਚ ਸੰਗਤੀ ਨਹੀਂ ਆਈ ਯਿਸੂ ਮਸੀਹ ਦੇ ਨਾਲ, ਤੁਹਾਡੀ ਜ਼ਿੰਦਗੀ 'ਚ ਹਜ਼ੂਰੀ ਨਹੀਂ ਆਈ ਯਿਸੂ ਮਸੀਹ ਦੇ ਨਾਲ, ਤੇ ਤੁਸੀਂ ਹਾਰ ਜਾਓਗੇ। ਕੀ ਹੋ ਜਾਓਗੇ ਤੁਸੀਂ? ਹਾਰ ਜਾਓਗੇ। ਜੇ ਤੁਸੀਂ ਬਿਜ਼ਨਸ ਖੋਲਣ ਦੀ ਕੋਸ਼ਿਸ਼ ਕਰੋਗੇ, ਬਿਜ਼ਨਸ 'ਚ ਵੀ ਕੀ ਹੋ ਜਾਓਗੇ? ਹਾਰ ਜਾਓਗੇ। ਜੇ ਤੁਹਾਡੀ ਜ਼ਿੰਦਗੀ 'ਚ ਬਿਮਾਰੀ ਆ ਗਈ, ਬਿਮਾਰੀ ਦੇ ਮੋਹਰੇ ਵੀ ਕੀ ਹੋ ਜਾਓਗੇ? ਹਾਰ ਜਾਵਾਂਗੇ। ਜੇ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ, ਤੇ ਗਰੀਬੀ ਦੇ ਮੋਹਰੇ ਕੀ ਹੋ ਜਾਓਗੇ? ਹਾਰ ਜਾਵਾਂਗੇ। ਜੇ ਪਾਪ ਹੈ ਤੁਹਾਡੀ ਜ਼ਿੰਦਗੀ ਦੇ, ਪਾਪ ਤੋਂ ਕੀ ਹੋ ਜਾਓਗੇ? ਹਾਰ ਜਾਓਗੇ। ਤੇ ਤੁਸੀਂ ਜਿੱਤਣਾ ਚਾਹੁੰਦੇ ਆ, ਤੇ ਤੁਹਾਡੀ ਜ਼ਿੰਦਗੀ ਵਿੱਚ ਕੀ ਹੋਣੀ ਚਾਹੀਦੀ ਆ? ਸੰਗਤ, ਉੱਚੀ ਆਵਾਜ਼ ਨਾਲ ਬੋਲੋ, ਉੱਚੀ ਹਜ਼ੂਰੀ ਬੋਲੋ, ਉੱਚੀ ਆਵਾਜ਼ ਨਾਲ ਪਰਮੇਸ਼ਵਰ ਨਾਲ ਕੀ ਹੋਣੀ ਚਾਹੀਦੀ ਆ? ਆਵਾਜ਼ ਨਹੀਂ ਸੁਣ ਰਹੀ, ਮੂਲੀਆਂ ਵਾਲੇ ਪਰੌਂਠੇ ਖਾਂਦੇ, ਆਵਾਜ਼ ਨਹੀਂ ਨਿਕਲਦੀ, ਉੱਚੀ ਆਵਾਜ਼ ਨਾਲ ਬੋਲੋ, ਪਰਮੇਸ਼ਵਰ ਨਾਲ ਸੱਚੀ ਚਾਹੀਦੀ ਆ, ਪ੍ਰੈਜ਼ੈਂਸ ਚਾਹੀਦੀ ਆ ਪਰਮੇਸ਼ਵਰ ਦੀ, ਪ੍ਰੈਜ਼ੈਂਸ ਚਾਹੀਦੀ ਆ ਪਰਮੇਸ਼ਵਰ ਦੀ। ਹਾਲੇਲੂਇਆ, 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 ਹਾਲੇਲੂਇਆ। ਜੇ ਤੁਹਾਡੀ ਲਾਈਫ ਦੇ ਵਿੱਚ ਪਰਮੇਸ਼ਵਰ ਦੀ ਪ੍ਰੈਜ਼ੈਂਸ ਨਹੀਂ ਆ, ਤੁਸੀਂ ਹਰ
ਜਿਹੜੇ ਆਨਲਾਈਨ ਵੀ ਮੈਨੂੰ ਦੇਖ ਰਿਹਾ, ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਸੰਗਤ ਹੋਣੀ ਚਾਹੀਦੀ ਪਰਮੇਸ਼ਵਰ ਦੇ ਨਾਲ। ਜਿੱਦਾਂ ਮਾੜੇ ਦੋਸਤਾਂ ਨਾਲ ਸੰਗਤੀ ਹੈ, ਚਾਰ ਜਣੇ ਬਹਿ ਕੇ ਸ਼ਰਾਬ ਪੀਂਦੇ ਆ, ਸੰਗਤੀ ਕਰਦੇ ਆ ਜੋ ਬੈਠੀ ਹੈ ਮਾੜੀ ਸੰਗਤ, ਤੇ ਜੇ ਕਿਤੇ ਤੁਸੀਂ ਚਾਰ ਜੀ ਬਹਿ ਕੇ ਪ੍ਰਭੂ ਯਿਸੂ ਜੀ ਨਾਲ ਸੰਗਤੀ ਕਰੋਗੇ, ਘਰ ਪਰਿਵਾਰ ਬਦਲ ਜਾਊਗਾ, ਹਾਲਾਤ ਬਦਲ ਜਾਣਗੇ, ਜ਼ਿੰਦਗੀ ਬਦਲ ਜਾਊਗੀ। ਤਾਰੀਫ ਕਰੋ ਯਿਸੂ ਮਸੀਹ ਦੀ, ਤੇਰੀ ਤਾਰੀਫ ਹੋ, ਹਾਲੇਲੂਇਆ ਹਾਲੇਲੂਇਆ। ਜਦੋਂ ਯਿਸੂ ਮਸੀਹ ਨਾਲ ਕੀ ਹੋ ਜਾਊਗੀ? ਸੰਗਤੀ, ਸੰਗਤੀ ਹੋ ਜਾਊਗੀ। ਅੱਜ ਜਦ ਤੱਕ ਯਿਸੂ ਮਸੀਹ ਨਾਲ ਸੰਗਤੀ ਨਹੀਂ, ਅਸੀਂ ਹਰ ਜਾਵਾਂਗੇ। ਕੀ ਹੋ ਜਾਵਾਂਗੇ? ਹਰ ਜਾਵਾਂਗੇ, ਹਰ ਜਾਵਾਂਗੇ। ਮਾੜੇ ਦੋਸਤਾਂ ਨਾਲ ਸੰਗਤ ਹੋ ਜਾਵੇ ਨਾ, ਉਹਨਾਂ ਨੇ ਸਾਨੂੰ ਵੀ ਮਾੜਾ ਬਣਾ ਦੇਣਾ। ਸਾਨੂੰ ਵੀ ਕੀ ਬਣਾ ਦੇਣਾ? ਮਾ ਮਾੜਾ ਇੱਕ ਮੱਝ ਲਿਬੜੀ ਹੋਵੇ ਤੇ ਦੂਜਿਆਂ ਨੂੰ ਵੀ ਪੂਛ ਮਾਰ ਮਾਰ ਕੇ ਲਬੇੜ ਦਿੰਦੀ ਹੈ। ਇਹਦੇ ਨਾਲੋਂ ਲਿਬੜੀ ਮੱਝ ਨਾਲੋਂ ਸਾਈਡ ਤੇ ਹੋ ਜਾਓ, ਲਿਬੜੀ ਮੱਝ ਨਾਲੋਂ, ਮਾੜੇ ਬੰਦੇ ਨਾਲੋਂ, ਮਾੜੀ ਸੰਗਤ ਨਾਲੋਂ, ਮਾੜੀ ਸੰਗਤ ਨਾਲੋਂ। ਤੇ ਕਿਹਦੇ ਨਾਲ ਸੰਗਤ ਕਰੋ? ਚੰਗੇ ਲੋਕਾਂ ਨਾਲ, ਚੰਗੇ ਬੰਦਿਆਂ ਨਾਲ, ਤੇ ਚੰਗੇ ਪਰਮੇਸ਼ਵਰ ਨਾਲ ਸੰਗਤੀ ਕਰੋ। ਹਾਲੇਲੂਇਆ 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 ਹਾਲੇਲੂਇਆ। ਪੜੋ ਪਤਰਸ ਜੀ ਅੱਗੇ ਸੰਦੂਕ ਬਾਰੇ। ਆਓ ਅਸੀਂ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਸ਼ਿਲੋਹ ਤੋਂ ਆਪਣੇ ਕੋਲ ਲੈ ਆਈਏ, ਭਈ ਉਹ ਸਾਡੇ ਵਿਚਕਾਰ ਹੋ ਕੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਛੁਡਾਵੇ। ਸੋ ਉਹਨਾਂ ਨੇ ਸ਼ਿਲੋਹ ਵਿੱਚ ਲੋਕ ਕੱਲੇ, ਜੋ ਸੈਨਾ ਦੇ ਯਹੋਵਾ ਦੇ ਨੇਮ ਦਾ ਸੰਦੂਕ ਨੂੰ ਜੋ ਦੋਹਾਂ ਕਰੂਪੀਆਂ ਦੇ ਵਿਚਕਾਰ ਟਿਕਦਾ ਹੈ ਉੱਥੋਂ ਲੈ ਆਉਣ, ਅਤੇ ਏਲੀ ਦੇ ਦੋਵੇਂ ਪੁੱਤਰ ਹਾਫਨੀ ਅਤੇ ਫਿਨਹਾਸ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਕੋਲ ਉੱਥੇ ਸਨ। ਅਤੇ ਜਿਸ ਵੇਲੇ ਯਹੋਵਾ ਦੇ ਨੇਮ ਦਾ ਸੰਦੂਕ ਡੇਰੇ ਵਿੱਚ ਆ ਪੁੱਜਾ, ਤਾਂ ਸਾਰੇ ਇਸਰਾਇਲ ਨੇ ਵੱਡੀ ਆਵਾਜ਼ ਨਾਲ ਜੈਕਾਰਾ ਬੁਲਾਇਆ, ਹਾਲੇਲੂਇਆ ਹਾਲੇਲੂਇਆ। ਹੁਣ ਗੌਰ ਕਰਨਾ ਵਚਨ ਦੇ ਉੱਤੇ, ਇਹਨਾਂ ਨੇ ਕੀ ਕੀਤਾ? ਪਰਮੇਸ਼ਵਰ ਦੇ ਸੰਦੂਕ ਨੂੰ ਲੈ ਆਏ, ਪਰਮੇਸ਼ਵਰ ਦੀ ਸੰਗਤੀ ਨੂੰ ਲੈ ਆਏ। ਥੋੜਾ ਜਿਹਾ ਉੱਚੀ ਬਾਣਾ ਬੋਲੀ ਜਾਓ, ਲੈ ਆਏ ਆਪਣੇ ਕੋਲ। ਲੈ ਆਂਦਾ ਉਹਦੇ ਵਿੱਚ ਏਲੀ ਜਾਜਕ ਹੈ, ਜਿਹਦੇ ਕੋਲ ਹੰਨਾ ਰੋਂਦੀ ਸੀਗੀ। ਹੰਨਾ ਕੀ ਕਰਦੀ ਸੀ? ਜਿਹਦੇ ਕੋਲ ਏਲੀ ਜਾਜਕ ਦੇ ਦੋ ਬੇਟੇ ਆ। ਕਿੰਨੇ ਬੇਟੇ ਆ? ਦੋ ਬੇਟੇ, ਦੋ ਬੇਟੇ ਆ। ਉੱਥੇ ਦੇ ਜਿਹੜੇ ਪ੍ਰਧਾਨ ਆ, ਲੀਡਰ ਆ, ਜਾਜਕ ਆ, ਦੋ ਬੇਟੇ ਆ। ਇਹਨਾਂ ਨੇ ਸੰਦੂਕ ਲੈ ਆਂਦਾ, ਜਦੋਂ ਸੰਦੂਕ ਲੈ ਆਂਦਾ ਪੁੱਤਰ ਗਏ। ਕੀ ਹੋ ਗਿਆ ਹੁਣ? ਪੁੱਤਰ ਗਏ, ਬੜਕਾ ਮਾਰਨ ਲੱਗ ਪਏ, ਲਲਕਾਰੇ ਮਾਰੇ ਆ ਇਹਨਾਂ ਨੇ ਤੰਬੂਆਂ ਦੇ ਵਿੱਚ। ਕੀ ਮਾਰੇ ਆ? ਲਲਕਾਰੇ। ਜਦੋਂ ਇਹਨਾਂ ਨੇ ਇੱਧਰ ਲਲਕਾਰੇ ਮਾਰੇ ਆ, ਜਿਹੜੇ ਫਿਲਿਸਤੀਨੀ ਸੀਗੇ ਉਹ ਕੀ ਹੋ ਗਏ? ਡਰ ਗਏ, ਉਹ ਡਰ ਗਏ ਤੇ ਉਹ ਘਬਰਾ ਗਏ। ਉਹਨਾਂ ਨੇ ਸੋਚਿਆ, ਉਹਨਾਂ ਨੇ ਕਿਹਾ ਵੀ ਪਰਮੇਸ਼ਵਰ ਦਾ ਸੰਦੂਕ ਉਹਨਾਂ ਦੇ ਤੰਬੂਆਂ ਦੇ ਵਿੱਚ, ਪਰਮੇਸ਼ਵਰ ਦੀ ਸੰਗਤੀ ਉਹਨਾਂ ਦੇ ਤੰਬੂਆਂ ਦੇ ਵਿੱਚ ਆ ਚੁੱਕੀ, ਆ ਚੁੱਕੀ ਆ। ਹਾਂਜੀ, ਬੜੋ ਪੱਤਰ ਸੀ। ਜੈਕਾਰਾ ਬੁਲਾਇਆ, ਅਜਿਹਾ ਜੋ ਧਰਤੀ ਕੰਬ ਉੱਠੀ, ਅਤੇ ਜਦ ਫਲਿਸਤੀਆਂ ਨੇ ਜੈਕਾਰੇ ਦੀ ਆਵਾਜ਼ ਸੁਣੀ ਤਾਂ ਬੋਲੇ, ਭਾਈ ਇਹਨਾਂ ਇਬਰਾਨੀਆਂ ਦੇ ਡੇਰੇ ਵਿੱਚ ਇਹ ਜੈਕਾਰੇ ਦੀ ਕਹੀ ਆਵਾਜ਼ ਹੈ। ਫਿਰ ਉਹਨਾਂ ਨੇ ਜਾਤਾ ਕਿ ਯਹੋਵਾ ਦੇ ਨੇਮ ਦਾ ਸੰਦੂਕ ਡੇਰੇ ਵਿੱਚ ਅਪੜ ਪਿਆ ਹੈ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਵਰ ਦਾ ਜਦੋਂ ਸੰਦੂਕ, ਜਦੋਂ ਸੰਗਤੀ ਉਹਨਾਂ ਦੇ ਵਿੱਚ ਆਈ ਆ, ਦੁਸ਼ਮਣਾਂ ਨੂੰ ਵੀ ਡਰ ਲੱਗ ਗਿਆ। ਦੁਸ਼ਮਣ ਵੀ ਕੀ ਹੋ ਗਿਆ? ਡਰ ਗਏ, ਡਰ ਗਏ ਆ। ਦੁਸ਼ਮਣ ਕੀ ਹੋ ਗਿਆ? ਡਰ ਗਏ, ਡਰ ਗਏ ਆ ਵੀ ਪਰਮੇਸ਼ਵਰ ਦਾ ਸੰਦੂਕ ਡੇਰੇ ਦੇ ਵਿੱਚ ਆ ਚੁੱਕਾ ਵਾ। ਜਦੋਂ ਤੁਹਾਡੇ ਵਿੱਚ ਸੰਗਤੀ ਪਰਮੇਸ਼ਵਰ ਦੀ ਆਉਂਦੀ ਆ, ਜਿਹੜਾ ਸ਼ੈਤਾਨ ਤੁਹਾਡੇ ਘਰ ਦੇ ਚਾਰੋਂ ਪਾਸੇ ਮੋਰਚਾ ਲਾ ਕੇ ਬੈਠਾ, ਉਹ ਡਰ ਜਾਵੇਗਾ, ਥਰ ਥਰ ਕੰਬੇਗਾ, ਕਿਉਂਕਿ ਉਹਨੂੰ ਪਤਾ ਲੱਗ ਜਾਵੇ ਵੀ ਸੰਗਤੀ ਪਰਮੇਸ਼ਵਰ ਦੀ ਉੱਤਰ ਆਈ ਆ, ਹਜ਼ੂਰੀ ਪਰਮੇਸ਼ਵਰ ਦੀ ਉੱਤਰ ਆਈ ਆ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ।
ਹਾਲੇਲੂਯਾ ਤੇ ਜੇ ਤੁਹਾਡੇ ਵਿੱਚ ਪਰਮੇਸ਼ਵਰ ਦੀ ਸੰਗਤੀ ਨਹੀਂ ਆ ਹਜ਼ੂਰੀ ਨਹੀਂ ਆ ਸ਼ੈਤਾਨ ਵੀ ਤੁਹਾਡੇ ਕੋਲੋਂ ਡਰੇਗਾ ਨਹੀਂ ਨਹੀਂ ਡਰੇਗਾ ਤੁਹਾਡੇ ਕੋਲੋਂ ਅੱਜ ਪਰਮੇਸ਼ਵਰ ਦੀ ਹਜ਼ੂਰੀ ਦਾ ਹੋਣਾ ਸਾਡੀ ਜ਼ਿੰਦਗੀ ਦੇ ਵਿੱਚ ਸੰਗਤੀ ਦਾ ਹੋਣਾ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ ਹਾਲੇਲੂਯਾ ਹਾਲੇਲੂਯਾ ਸਮਝ ਆ ਰਹੀ ਵਚਨ ਦੀ ਕੀ ਸੁਣਾ ਰਿਹਾ ਮੈਂ ਵੀ ਇੱਕ ਪਿਆਸਾ ਕਾਊਆ ਸੀਗਾ ਉਹਨੂੰ ਪਿਆਸ ਲੱਗੀ ਵੱਡੇ ਸਿੱਟੇ ਪਾਣੀ ਤਾਹਨੂੰ ਆ ਗਿਆ ਇਹ ਕੀ ਸੁਣਾ ਰਿਹਾ ਫਿਰ ਮੈਂ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੇ ਨਾਲ ਕੀ ਹੋਣੀ ਚਾਹੀਦੀ ਆ ਸੰਗਤ ਹੋਣੀ ਚਾਹੀਦੀ ਹਜ਼ੂਰੀ ਹੋਣੀ ਚਾਹੀਦੀ ਆ ਪ੍ਰੈਜੈਂਸ ਹੋਣੀ ਚਾਹੀਦੀ ਆ ਪਹਿਲਾਂ ਵਰਸ ਕੀ ਪੜ੍ਹਾਈ ਸੀਗੀ ਮੈਂ ਨਹੀਂ ਉਹ ਤਾਂ ਪੜ੍ਹਾਈ ਮੈਨੂੰ ਕਿਤਾਬ ਦਾ ਨਾਮ ਦੱਸੋ ਪਹਿਲਾ ਕਰੰਥੀਆ ਇੱਕ ਭਾਗ ਫਿਰ ਦੂਸਰੀ ਆਇਤ ਦੱਸ ਦਿਓ ਮੈਨੂੰ ਕਿਤਾਬ ਦਾ ਨਾਮ ਲੈ ਕੇ ਕਈ ਬੜੇ ਨਕਲ ਮਾਰਨ ਵਾਲੇ ਸ਼ਿਆਰੀ ਕਿਤਾਬਾਂ 'ਤੇ ਲਿਖਿਆ ਆਹ ਦੇਖੋ ਇਹ ਹੁਣੇ ਦੱਸ ਦਿੰਦੇ ਪੜ੍ਹ ਕੇ ਪਹਿਲਾ ਸਮੂਹ 4 ਭਾਗ ਜੀ 2 ਅਤੇ 3 ਅਤੇ 4 ਆਇਤ ਚਲੋ ਵਧੀਆ ਗੱਲ ਆ ਨਕਲ ਵੀ ਅਗਲਾ ਵਾਲਾ ਹੀ ਮਾਰ ਸਕਦਾ ਹਾਲੇਲੂਯਾ ਹਾਲੇਲੂਯਾ ਮੈਂ ਤਾਂ ਪੁੱਛਦਾ ਪਤਾ ਤਾਂ ਲੱਗਿਆ ਕਿਤੇ ਸ਼ੈਤਾਨ ਆ ਕੇ ਤੁਹਾਡੇ ਮਨ 'ਚੋਂ ਵਚਨ ਤਰੀ ਚੋਰੀ ਕਰ ਕਰਕੇ ਲਈ ਜਾਂਦਾ ਵਚਨ ਤਰੀ ਚੁਰਾਈ ਜਾਂਦਾ ਤੁਹਾਡੀ ਜ਼ਿੰਦਗੀਆਂ 'ਚੋਂ ਵੀ ਉਹਨੇ ਵਚਨ ਚੁਰਾ ਕੇ ਲੈ ਜਾਣਾ ਪੈਸੇ ਤੁਹਾਡੀ ਜ਼ਿੰਦਗੀ 'ਚ ਰੱਖ ਜਾਣੇ ਵਚਨ ਚੁਰਾ ਕੇ ਲੈ ਜਾਣਾ ਸੋਨਾ ਤੁਹਾਡੀ ਜ਼ਿੰਦਗੀ 'ਚ ਰੱਖ ਜਾਣਾ ਬਿਜ਼ਨਸ ਤੇਰੀ ਜ਼ਿੰਦਗੀ 'ਚੋਂ ਨਹੀਂ ਰੱਖਣਾ ਕਿਤੇ ਮੇਰੇ ਬਿਜ਼ਨਸ 'ਚੋਂ ਘਾਟੇ ਨਾ ਪੈ ਜਾਵੇ ਅੱਜ ਮੈਂ ਕਿਰਾਇਆ ਕਿੱਥੋਂ ਦਊਂਗਾ ਮੈਨੂੰ ਕਿਤੇ ਕਿਸ਼ਤ ਆਉਣ ਵਾਲੀ ਆ ਪ੍ਰਭੂ ਜੀ ਕਿਸ਼ਤ ਦਾ ਇੰਤਜ਼ਾਮ ਕਰ ਦੇ ਇੱਥੇ ਵਚਨ ਚੱਲੀ ਜਾਂ ਤੈਨੂੰ ਕਿਸ਼ਤਾਂ ਦਾ ਰੌਲਾ ਪਿਆ ਜਦੋਂ ਵਚਨ ਤੇਰੇ ਅੰਦਰ ਬੀਜਿਆ ਗਿਆ ਕਿਸ਼ਤਾਂ ਆਪੇ ਉਹ ਗੋਣੀਆਂ ਯਿਸੂ ਦੇ ਸਮਰਤੀ ਨਾਮ ਮੈਂ ਆਮੇਨ ਹਾਲੇਲੂਯਾ 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 ਕਿਉਂਕਿ ਸ਼ੈਤਾਨ ਨੇ ਤੁਹਾਡੀ ਜ਼ਿੰਦਗੀਆਂ ਦੇ ਵਿੱਚੋਂ ਕੀ ਚੋਰੀ ਕਰਕੇ ਲੈ ਕੇ ਜਾਣਾ ਵਾ ਵਚਨ ਵਚਨ ਚੋਰੀ ਕਰਕੇ ਲੈ ਕੇ ਜਾਣਾ ਵਾ ਤੇ ਜੇ ਵਚਨ ਨੂੰ ਤੁਸੀਂ ਸਾਂਭ ਲਿਆ ਸੰਭਾਲ ਕੀਤੀ ਹੁਣੇ ਇਸੇ ਸਮੇਂ ਫਿਰ ਤੁਸੀਂ ਅੱਜ ਬੰਦਗੀ ਤੋਂ ਬਾਹਰ ਜਾਂਦੇ ਸਾਰੀ ਜਿੱਤੂਗੇ ਯਿਸੂ ਦੇ ਸਮਰਤੀ ਨਾਮ ਮੈਂ ਆਮੇਨ ਹਾਲੇਲੂਯਾ ਹਾਲੇਲੂਯਾ ਕਿਉਂਕਿ ਸੰਗਤੀ ਪਰਮੇਸ਼ਵਰ ਦੇ ਨਾਲ ਜਦੋਂ ਹੁੰਦੀ ਆ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਆ ਬੰਦੇ ਦੀ ਜ਼ਿੰਦਗੀ ਜਦ ਤੱਕ ਸੰਗਤੀ ਤੁਹਾਡੀ ਪਰਮੇਸ਼ਵਰ ਦੇ ਨਾਲ ਨਹੀਂ ਜਿਹੜੇ ਭੈਣਾਂ ਇੱਥੇ ਬੈਠੀਆਂ ਜਿਹਨਾਂ ਦੇ ਪਤੀ ਚਰਚ 'ਚ ਆਉਂਦੇ ਜੇ ਮੰਨ ਲਓ ਤੁਹਾਡਾ ਪਤੀ ਅੱਜ ਵੀ ਗਾਲਾਂ ਕੱਢਦਾ ਅੱਜ ਵੀ ਗੁੱਸੇ ਨਾਲ ਲਾਲ ਪੀਲਾ ਹਰਾ ਹੋ ਜਾਂਦਾ ਸਮਝੋ ਉਹਦੀ ਸੰਗਤੀ ਪਰਮੇਸ਼ਵਰ ਦੇ ਨਾਲ ਥੋੜ੍ਹਾ ਜਿਹਾ ਉੱਚੀ ਆਵਾਜ਼ ਨਾਲ ਬੋਲ ਦਿਓ ਜੇ ਤੁਹਾਡਾ ਪਤੀ ਅੱਜ ਵੀ ਸ਼ਰਾਬ ਪੀਂਦਾ ਵਾ ਤਾਂ ਸਮਝੋ ਦੀ ਸੰਗਤੀ ਪਰਮੇਸ਼ਵਰ ਦੇ ਨਾਲ ਜੇ ਤੁਹਾਡਾ ਪਤੀ ਸ਼ਰਾਬ ਪੀਂਦਾ ਵਾ ਬਾਈਬਲ ਨਹੀਂ ਪੜ੍ਹਦਾ ਦੁਆ ਨਹੀਂ ਕਰਦਾ ਨਸ਼ੇ ਕਰਦਾ ਵਾ ਗੰਦੀਆਂ ਫਿਲਮਾਂ ਦੇਖਦਾ ਤਾਂ ਸਮਝੋ ਦੀ ਸੰਗਤੀ ਹੱਲੇ ਵੀ ਪਰਮੇਸ਼ਵਰ ਦੇ ਨਾਲ ਕਿਉਂਕਿ ਜਿਹਨਾਂ ਦੀ ਸੰਗਤੀ ਪਰਮੇਸ਼ਵਰ ਦੇ ਨਾਲ ਹੋ ਜਾਂਦੀ ਆ ਉਹਨਾਂ ਦਾ ਸਭ ਤੋਂ ਪਹਿਲਾਂ ਸੁਭਾਅ ਬਦਲਦਾ ਵਾ ਕੀ ਬਦਲਦਾ ਵਾ ਪਹਿਲੂਸ ਦੀ ਜ਼ਿੰਦਗੀ ਦੇ ਵਿੱਚ ਜਦੋਂ ਯਿਸੂ ਮਸੀਹ ਨਾਲ ਸੰਗਤੀ ਹੋਈ ਤਾਂ ਉਹਦਾ ਕੀ ਬਦਲ ਗਿਆ ਪਹਿਲਾਂ ਮਾਰਨ ਵੱਢਣ ਵਾਲਾ ਹੀ ਫਿਰ ਕੀ ਬਣ ਗਿਆ ਮਾਰ ਖਾਣ ਵਾਲਾ ਮਾਰ ਖਾਣ ਵਾਲਾ ਬਣ ਗਿਆ ਹਾਲੇਲੂਯਾ ਹਾਲੇਲੂਯਾ ਤੇ ਅੱਜ ਐਦਾਂ ਦੇ ਮਸੀਹ ਵੀ ਆ ਸੰਗਤੀ ਦਿਖਾਉਂਦੇ ਆ ਮੇਰੀ ਯਿਸੂ ਮਸੀਹ ਨਾਲ ਹੈਗੀ ਘਰ ਜਾਂਦੇ ਸਰ ਘਰ ਵਾਲੀ ਦੇ ਦੁਆਲੇ ਛਿੱਤਰ ਲੈ ਕੇ ਹੋ ਜਾਂਦੇ ਆ ਘਰ ਵਾਲੀ ਨੂੰ ਗਾਲਾਂ ਕੱਢਦੇ ਆ ਬੱਚਿਆਂ ਦਾ ਕਟਾਪਾ ਸ਼ਰਾਬਾਂ ਪੀਂਦੇ ਆ ਵਿਆਹ ਆ ਕੇ ਜੇ ਹੁਣ ਜਿਹਦਾ ਸੀਜ਼ਨ ਹੈ ਨਾ ਵਿਆਹਾਂ ਦਾ ਚਲੋ ਮੇਰੇ ਸਾਲੇ ਦਾ ਵਿਆਹ ਥੋੜ੍ਹੀ ਥੋੜ੍ਹੀ ਪੀ ਲੈਂਦੇ ਆ ਮੇਰੇ ਮਾਮੇ ਦਾ ਵਿਆਹ ਪੀ ਲੈਂਦੇ ਆ ਮੇਰੇ ਜੀਜੀ ਨੇ ਸੱਦਿਆ ਸੀ ਪਾਰਟੀ ਕਰਨ ਲਈ ਚਲੋ ਪੀ ਲੈਂਦੇ ਆ ਐਦਾਂ ਦੇ ਮਸੀਹ ਵੀ ਹੈਗੇ ਆ ਤੇ ਉਹਨਾਂ ਦੀ ਯਿਸੂ ਮਸੀਹ ਨਾਲ ਸੰਗਤੀ ਨਹੀਂ ਆ ਨਹੀਂ ਆ ਕਿਉਂਕਿ ਜੇ ਤੁਹਾਡੀ ਲਾਈਫ 'ਚ ਸੰਗਤੀ ਨਹੀਂ ਤੁਸੀਂ ਹਰ ਜਾਣਾ ਵਾ ਕੀ ਹੋ ਜਾਣਾ ਵਾ ਹਰ ਜਾਣਾ ਵਾ ਸੰਗਤ ਜ਼ਰੂਰੀ ਆ ਸ਼ੈਤਾਨ ਨਾਲ ਤਾਂ ਸੰਗਤੀ ਬਹੁਤ ਆ ਕਦੀ ਯਿਸੂ ਮਸੀਹ ਨਾਲ ਯਾਰੀ ਲਾ ਕੇ ਤਾਂ ਦੇਖੋ ਦੋਸਤੀ ਤਾਂ ਪਾ ਕੇ ਦੇਖੋ ਯਿਸੂ ਮਸੀਹ ਨਾਲ ਸੰਗਤ ਤਾਂ ਕਰਕੇ ਦੇਖੋ ਯਿਸੂ ਮਸੀਹ ਨਾਲ
ਤੁਹਾਡੀਆਂ ਚਾਰ ਪੀੜ੍ਹੀਆਂ ਬਦਲ ਕੇ ਰੱਖ ਦੂਗਾ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ, ਹਾਲੇਲੂਇਆ, ਹਾਲੇਲੂਇਆ। ਤੁਹਾਡੇ ਦਾਦਿਆਂ ਪੜਦਾਦਿਆਂ ਨੇ ਉਦੋਂ ਦੀਆਂ ਬਰਕਤਾਂ ਨਹੀਂ ਦੇਖੀਆਂ ਹੋਣੀਆਂ ਜਿਦਾਂ ਦੀਆਂ ਤੁਸੀਂ ਦੇਖੋਗੇ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ, ਬੜਾ ਆਮੇਨ ਢਿੱਲਾ ਵਾਏ। ਆਮੇਨ, ਹਾਲੇਲੂਇਆ, ਹਾਲੇਲੂਇਆ। ਢਿੱਲੇ ਜੇ ਮੂੰਹ ਚ ਜਦੋਂ ਆਮੇਨ ਨਿਕਲਦਾ ਉਹ ਵੀ ਢਿੱਲਾ ਵਾ, ਥੋੜੇ ਟੈਟ ਹੋ ਕੇ ਬੈਠੋ, ਆਮੇਨ ਵੀ ਟੈਟ ਨਿਕਲੂਗਾ। ਆਮੇਨ, ਆਮੇਨ, ਹਾਲੇਲੂਇਆ, ਹਾਲੇਲੂਇਆ। ਕਿਉਂਕਿ ਦੇਖੋ ਮੇਰੇ ਦੋਸਤੋ, ਤੁਹਾਡੀ ਫੈਲੋਸ਼ਿਪ ਪਰਮੇਸ਼ਵਰ ਨਾਲ ਹੋਣੀ ਚਾਹੀਦੀ ਹੈ, ਮੇਰੇ ਨਾਲ ਨਹੀਂ, ਯਿਸੂ ਮਸੀਹ ਨਾਲ। ਜੇ ਤੁਹਾਡੀ ਦੋਸਤੀ ਅੱਜ ਤੱਕ ਯਿਸੂ ਮਸੀਹ ਨਾਲ ਨਹੀਂ, ਮੰਨ ਲਓ ਤੁਸੀਂ ਦੁਆ ਕਰਦੇ ਆ, ਬਾਈਬਲ ਪੜ੍ਹਦੇ ਆ, ਵਚਨ ਪੜ੍ਹਦੇ ਆ, ਤੇ ਫਿਰ ਦੋਸਤੀ ਤੁਹਾਡੀ ਹਲੇ ਵੀ ਸ਼ੈਤਾਨ ਦੇ ਨਾਲ ਹੀ ਆ। ਮੰਨ ਲਓ ਉਹਨੂੰ ਬੁਲਾਉਂਦੇ ਨਹੀਂ ਆ, ਜਾਂਦੇ ਜਾਂਦੇ ਹੈਲੋ ਹੈ ਕਰੀ ਜਾਂਦੇ ਸ਼ੈਤਾਨ ਨਾਲ, ਜਾਂਦੇ ਜਾਂਦੇ ਹੈਲੋ ਹੈ ਕਰੀ ਜਾਂਦੇ ਆ। ਕਿਉਂ ਕਰਦੇ ਆ ਹੈਲੋ ਹੈ ਵੀ ਕਿਉਂ ਕਰਦੇ ਸ਼ੈਤਾਨ ਨਾਲ? ਲੋੜ ਹੀ ਨਹੀਂ ਸ਼ੈਤਾਨ ਨਾਲ ਸੰਗਤੀ ਰੱਖਣ ਦੀ, ਜਿਹੜੇ ਪਿੰਡ ਜਾਣਾ ਨਹੀਂ ਉਹਦਾ ਰਾਹ। ਬੋਲੋ ਤੇ ਭਾਈ ਸਾਹਿਬ, ਦਿੱਲੀ ਨੂੰ ਕਿਹੜਾ ਰਸਤਾ ਜਾਂਦਾ? ਤੁਸੀਂ ਕਿਤੇ ਨਹੀਂ ਜਾਣਾ ਨਹੀਂ, ਮੈਂ ਉਦਾਂ ਹੀ ਪੁੱਛਦਾ। ਹੈ ਦਿਮਾਗ ਖਰਾਬ ਹੋਇਆ, ਜੇ ਜਾਣਾ ਨਹੀਂ ਤਾਂ ਪੁੱਛਣ ਵੀ ਕਿਉਂ ਡਿਆ? ਪੁੱਛਦਾ ਵੀ ਸ਼ਰਾਬ ਕਿੰਨੇ ਕੁ ਦੀ ਆ ਜਾਂਦੀ ਹੈ ਬੋਤਲ? ਪੀਣੀ ਤੂੰ ਨਹੀਂ ਪੀਣੀ ਤੇ ਨਹੀਂ, ਉਦਾਂ ਹੀ ਪੁੱਛ ਕਿਆ ਤੋਂ ਪੁੱਛਣ ਡਿਆ ਹੋਏ ਜਦੋਂ ਪੀਣੀ ਨਹੀਂ ਆ। ਹਾਲੇਲੂਇਆ, ਹਾਲੇਲੂਇਆ। ਉਹ ਸੰਗਤੀ ਕਿਉਂ ਮਾੜੀ ਮੋਟੀ? ਹੈਲੋ ਹੈ ਵੀ ਕਿਉਂ ਰੱਖਣੀ ਸ਼ੈਤਾਨ ਨਾ? ਮੈਂ ਪੀਂਦਾ ਨਹੀਂ, ਫਿਰ ਮੈਂ ਪਲਾਉਣਾ ਜ਼ਰੂਰ ਆ। ਕਿਹਨੂੰ? ਜਦੋਂ ਮੇਰਾ ਫੁੱਫੜ ਆ ਜਾਵੇ, ਚੀਜ਼ਾਂ ਆ ਜਾਵੇ, ਉਹਨੂੰ ਰਿਪਲਾਈ ਦੀ ਤਾਂ ਰੱਖੀ ਦੀ ਹੈ ਜੀ ਘਰੇ। ਇਹ ਹੈਲੋ ਹਾਏ ਆ ਸ਼ੈਤਾਨ ਨਾਲ ਕੀ ਆ? ਇਹ ਹੈਲੋ ਹਾਏ ਸ਼ੈਤਾਨ ਨਾਲ ਕੀ ਆ? ਇਹ ਹੈਲੋ ਹਾਏ। ਜਦ ਤੂੰ ਪੀਂਦਾ ਹੀ ਨਹੀਂ ਘਰੇ, ਕਿਉਂ ਰੱਖੀ ਆ? ਫੁੱਫੜ ਪੀਂਦਾ ਨੂੰ ਬਾਹਰ ਜੂਗਾ, ਪੀਆ ਭਰਾ ਇਹਦੇ ਰਾਹ ਜਿੰਨੇ ਠੇਕੇ ਤੇ ਪੀ ਕੇ ਡਿੱਗ ਪਾ, ਸਾਨੂੰ ਫੋਨ ਆਉਗਾ ਅਸੀਂ ਤੈਨੂੰ ਆਪੇ ਚੱਕ ਕੇ ਲੈ ਜਾਵਾਂਗੇ। ਵੀ ਜੇ ਡਿੱਗ ਜਾ ਕੇ ਤੇ ਪੀ ਕੇ, ਸਾਨੂੰ ਕਿਉਂ ਫੋਨ ਕਰਦਾ? ਸਾਨੂੰ ਕਿਉਂ ਤੰਗ ਕਰਦਾ ਵੀ ਮੈਨੂੰ ਘਰੇ ਪਲਾਓ, ਮੈਨੂੰ ਘਰੇ ਪਲਾਓ, ਮੈਨੂੰ ਘਰੇ ਪਲਾਓ? ਹੈਲੋ ਹਾਏ ਵੀ ਸ਼ੈਤਾਨ ਨਾਲ ਨਹੀਂ ਰੱਖਣੀ। ਨਿਆਣੇ ਅੱਜ ਕੱਲ੍ਹ ਕਦੋਂ ਦਿੰਦੇ ਕੀ ਕਦੋਂ ਦਿੰਦੇ ਆ? ਕੱਟੀ ਆ, ਕਰਨਾ ਕੀ ਆ? ਕੱਟੀ ਕਹਿੰਦੇ ਜਾਂ ਕੱਚੀ ਕਹਿੰਦੇ ਆ, ਮੈਨੂੰ ਨਹੀਂ ਪਤਾ ਕੀ ਕਹਿੰਦੇ ਆ ਨਿਆਣੇ ਅੱਜ ਕੱਲ੍ਹ। ਕੱਟੀ ਸ਼ੈਤਾਨ ਨਾਲ ਕੀ ਕਰਨੀ ਆ? ਹਾਲੇਲੂਇਆ, ਹਾਲੇਲੂਇਆ। ਦੋਸਤੀ ਨਾ ਬਹੁਤ ਸ਼ੈਤਾਨ ਨਾ, ਕਿਉਂਕਿ ਜਦੋਂ ਉਹਨੇ ਦੋਸਤੀ ਪਾਲੀ ਨਾ ਤੁਸੀਂ ਸ਼ੈਤਾਨ ਨਾ, ਉਹਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕਰਨੀ ਆ? ਐਂਟਰੀ ਕਰ ਜਾਣੀ ਆ। ਕੀ ਕਰ ਜਾਣੀ ਆ? ਐਂਟਰੀ, ਐਂਟਰੀ ਕਰ ਜਾਣੀ ਆ। ਫਿਰ ਤੁਹਾਨੂੰ ਐਂਟਰੀ ਕਰ ਜਾਣੀ, ਜਦੋਂ ਉਹਨੇ ਜ਼ਿੰਦਗੀ 'ਚ ਤੁਹਾਨੂੰ ਐਂਟਰੀ ਕਰਕੇ ਉਹਨੇ ਘਰੋਂ ਕੀ ਕਰ ਦੇਣਾ ਵਾ? ਬਾਹਰ ਕੱਢਣਾ। ਕਈ ਹੁੰਦੇ ਨਾ ਇੱਥੇ ਕਿਰਾਏਦਾਰ ਢੀਠ, ਜਦੋਂ ਘਰਾਂ 'ਚ ਆ ਜਾਣ ਮੁੜ ਕੇ ਨਿਕਲਦੇ ਨਹੀਂ, ਕਹਿੰਦੇ ਜੀ ਬੰਦਾ ਮਾਲਕ ਕਹਿੰਦਾ ਮੇਰੀ ਜਗ੍ਹਾ ਕਿੱਥੇ ਆ? ਇਹ ਇੱਥੇ ਕਿਤੇ ਹੋਣੀ, ਥੱਲੇ ਇੱਕ ਭਰਾ ਸਾਡੇ, ਉਹ ਥੱਲੇ ਆ, ਉੱਪਰ ਤਾਂ ਸਾਡਾ ਘਰ ਆ। ਏਦਾਂ ਹੀ ਸ਼ੈਤਾਨ ਹੈ, ਜਦੋਂ ਤੁਸੀਂ ਉਹਨੂੰ ਘਰ 'ਚ ਸੱਦ ਲੈਂਦੇ ਹੋ ਫਿਰ ਨਿਕਲਦਾ ਨਹੀਂ ਆ, ਉਹ ਘਰ 'ਚੋਂ ਨਿਕਲਦਾ ਨਹੀਂ, ਨਿਕਲਦਾ ਨਹੀਂ ਆ, ਕਿਉਂਕਿ ਸੰਗਤ ਦੀ ਤਰ੍ਹਾਂ ਪਿਆਰ ਮੁਹੱਬਤ ਇੰਨਾ ਹੋ ਗਿਆ, ਉਹ ਨਿਕਲਦਾ ਨਹੀਂ ਤੁਹਾਡੀ ਜ਼ਿੰਦਗੀ 'ਚੋਂ। ਫਿਰ ਉਹਨੂੰ ਕੱਢਣ ਵਾਸਤੇ ਪਰਮੇਸ਼ਵਰ ਨਾਲ ਕੀ ਪਾਉਣੀ ਪੈਣੀ ਆ ਸਾਨੂੰ? ਸੰਗਤ। ਬੋਲੋ ਸੰਗਤੀ। ਪਰਮੇਸ਼ਵਰ ਨਾਲ ਕੀ ਕਰਨੀ ਪੈਣੀ ਆ? ਸੰਗਤ। ਕਿਉਂਕਿ ਸ਼ੈਤਾਨ ਨੂੰ ਕੱਢਣ ਦਾ ਅਧਿਕਾਰ ਸਿਰਫ ਔਰ ਸਿਰਫ ਪ੍ਰਭੂ ਯਿਸੂ ਮਸੀਹ ਤੋਂ ਆ, ਸਿਰਫ ਔਰ ਸਿਰਫ ਪ੍ਰਭੂ ਯਿਸੂ ਮਸੀਹ ਕੋਲ ਆ। ਕਿਹਦੇ ਕੋਲ ਆ? ਪ੍ਰਭੂ ਯਿਸੂ ਮਸੀਹ ਕੋਲ, ਯਿਸੂ ਮਸੀਹ ਦੇ ਕੋਲ ਆ। ਤੁਹਾਡੇ ਦਿਮਾਗ ਚੋਂ, ਤੁਹਾਡੇ ਦਿਲ ਚੋਂ ਸ਼ੈਤਾਨ ਨਿਕਲੂਗਾ ਉਦੋਂ ਜਦੋਂ ਤੁਹਾਡੀ ਯਿਸੂ ਮਸੀਹ ਨਾਲ ਕੀ ਹੋ ਜਾਊਗੀ? ਸੰਗਤ, ਸੰਗਤ ਹੋਊਗੀ। ਫਿਰ ਸ਼ੈਤਾਨ ਤੁਹਾਡੀ ਜ਼ਿੰਦਗੀ ਚੋਂ ਨਿਕਲੂਗਾ, ਤੁਹਾਡੇ ਘਰ ਚੋਂ ਨਿਕਲੂਗਾ, ਤੁਹਾਡੇ ਪਰਿਵਾਰ ਚੋਂ, ਤੁਹਾਡੇ ਬੱਚਿਆਂ ਚੋਂ, ਤੁਹਾਡੇ ਪਤੀ ਚੋਂ, ਤੁਹਾਡੀ ਪਤਨੀ ਚੋਂ, ਤੁਹਾਡੀ ਪੂਰੀ ਫੈਮਿਲੀ ਚੋਂ ਸ਼ੈਤਾਨ ਦੌੜੂਗਾ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ, ਹਾਲੇਲੂਇਆ, 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 ਹਾਲੇਲੂਇਆ। ਤੇ ਜਦੋਂ ਅਸੀਂ ਪਰਮੇਸ਼ਵਰ ਦੀ ਸੰਗਤੀ ਤੋਂ ਬਾਹਰ ਹੋ ਜਾਂਦੇ ਆ, ਹੁਕਮ ਨੂੰ ਤੋੜ ਦਿੰਦੇ ਆ, ਸੰਗਤੀ ਤੋਂ ਅੱਡ ਹੋ ਜਾਂਦੇ ਆ, ਫਿਰ ਸਾਡੀ ਜ਼ਿੰਦਗੀ ਦੇ ਵਿੱਚ ਸ਼ਰਾਬ ਵੀ ਆ ਜਾਂਦੇ ਆ। ਕੀ ਆ ਜਾਂਦੇ ਆ? ਸ਼ਰਾਬ, ਸ਼ਰਾਬ ਵੀ ਆ ਜਾਂਦੇ ਆ। ਦੇਖੋ ਹਜ਼ੂਰੀ ਆ ਗਈ, ਸੰਦੂਕ ਆ ਗਿਆ, ਨਾਰੇ ਲਾਉਣ ਲੱਗ ਪਿਆ। ਕੀ ਲਾਉਣ ਲੱਗ ਪਿਆ? ਨਾਰੇ, ਨਾਰੇ ਲਾਉਣ ਲੱਗ ਪਿਆ, ਲਲਕਾਰੇ ਮਾਰਨ ਲੱਗ ਪਿਆ, ਭੂਤਰ ਗਿਆ, ਕੀ ਹੋ ਗਿਆ?
ਪੁੱਤਰ ਕਹਿ ਕਈ ਏਦਾਂ ਦੇ ਮਸੀਹ ਵੀ ਹੁੰਦੇ ਆ ਕਿਤੇ ਜ਼ਿਆਦਾ ਜ਼ਿਆਦਾ ਮਸਾਂ ਮਿਲ ਜਾਓ ਨਾ ਮਾਸਟਰ ਜੀ, ਮੈਨੂੰ ਭਵਿੱਖਬਾਣੀ ਕਰਨ ਵਾਲਾ ਮਸਾਂ ਮਿਲ ਗਿਆ, ਮੈਨੂੰ ਪ੍ਰਭੂ ਨਾਮ ਦੱਸਦਾ ਪਿਆ, ਨਾਮ ਮੈਨੂੰ ਅਵਦਰਸ਼ਨ ਹੋਣ ਲੱਗ ਪਿਆ ਮਾਸਟਰ ਜੀ, ਉਹ ਭੈਣ ਪੁੱਤਰ ਕੀ, ਭੈਣ ਕੀ ਹੋ ਗਈ ਆ, ਪੁੱਤਰ ਕੀ, ਹੁਣ ਮੈਨੂੰ ਲੋੜ ਨਹੀਂ ਕਹੇ ਦੀ, ਇੱਥੇ ਇੱਥੇ ਮੈਂ ਇੱਦਾਂ ਕਰ ਦੂੰ ਉੱਦਾਂ ਕਰ ਦੂੰ, ਚੰਬਲ ਗਈ, ਕੀ ਹੋ ਗਈ ਆ, ਚੰਬਲ ਗਿਆ ਨਾ, ਨਵਾਂ ਨਵਾਂ ਮਸਾਂ ਮਿਲ ਗਿਆ, ਨਵੀਂ ਨਵੀਂ ਸੰਦੂਕ ਜਿਹਾ ਮਿਲ ਗਿਆ ਪਰਮੇਸ਼ੁਰ ਦਾ, ਕੀ ਹੋ ਗਈ ਆ, ਉਹ ਨਾ ਪੰਜਾਬੀ ਬੋਲਿਆ ਕਰੋ, ਕੀ ਹੋ ਗਈ ਆ, ਚਾਂਬਲ ਗਿਆ, ਉਹ ਚਾਂਬਲ ਗਿਆ, ਚਾਂਬਲ ਗਿਆ ਮਸੀਹ, ਚਾਂਬਲ ਗਈ ਵਿਸ਼ਵਾਸਣ, ਯਸੂ ਮਸੀਹ ਨੇ ਮੈਨੂੰ ਮਸਾ ਦੇਤਾ, ਉਹ ਪਤਾ ਹੀ ਨਾ ਲੱਗੇ ਬਾਅਦ ਚ ਕੀ ਹੋਇਆ ਕੀ ਨਹੀਂ ਹੋਇਆ, ਇਹ ਵੀ ਚਾਂਬਲ ਗਿਆ, ਮਸੀਹ ਕੀ ਹੋ ਗਿਆ, ਸੰਦੂਕ ਆ ਗਿਆ, ਕੀ ਹੋ ਗਿਆ, ਲਲਕਾਰੇ ਮਾਰਨ ਲੱਗ ਪਿਆ, ਕੀ ਮਾਰਨ ਲੱਗ ਪਿਆ, ਲਲਕਾਰੇ, ਹੁਣ ਥੋੜੀ ਦੇਰ ਤੱਕ ਦੇਖੋ ਇਹਨਾਂ ਦੀ ਜੁੱਤੀ ਵੀ ਫਿਰਨੀ ਆ, ਪੜੋ ਪੱਤਰ ਸੀ, ਤਾਂ ਫਲਿਸਤੀ ਡਰ ਗਏ ਕਿਉਂ ਜੋ ਉਹਨਾਂ ਨੇ ਆਖਿਆ ਪਰਮੇਸ਼ਵਰ ਡੇਰੇ ਵਿੱਚ ਆਇਆ ਹੈ, ਅਤੇ ਬੋਲੇ ਹਾਏ ਸਾਨੂੰ ਕਿਉਂ ਜੋ ਅੱਜ ਕੱਲ੍ਹ ਅਜਿਹੀ ਗੱਲ ਕਦੀ ਨਹੀਂ ਆਈ, ਹਾਏ ਸਾਨੂੰ ਅਜਿਹੇ ਬਲਵੰਤ ਦੇਵਾਂ ਦੇ ਹੱਥੋਂ ਕੌਣ ਸਾਨੂੰ ਬਚਾਵੇਗਾ, ਸ਼ੈਤਾਨ ਦਾ ਡਰਨ ਲੱਗ ਪਿਆ, ਸ਼ੈਤਾਨ ਡਰਨ ਲੱਗ ਪਿਆ, ਸ਼ੈਤਾਨ ਕੀ ਹੋ ਗਿਆ, ਥੋੜ੍ਹਾ ਜਿਹਾ ਉੱਚੀ ਆਵਾਜ਼ ਨਾਲ ਬੋਲਦੇ ਹੋ, ਕਿਉਂਕਿ ਕਿਤੇ ਕਿਤੇ ਨਮਕ ਲੱਗਦਾ ਪਿਆ ਵਾ, ਸ਼ੈਤਾਨ ਨੂੰ ਅੱਗ ਲੱਗ ਗਈ, ਸ਼ੈਤਾਨ ਡਰ ਗਿਆ, ਸ਼ੈਤਾਨ ਇਸ ਤੋਂ ਡਰ ਗਿਆ, ਕਹਿੰਦਾ ਹਾਏ ਓਏ ਏਦਾਂ ਦੇ ਦੇਵਤੇ ਤੋਂ ਸਾਨੂੰ ਕੌਣ ਛਡਾਊਗਾ, ਐਡੇ ਵੱਡੇ ਪਰਮੇਸ਼ਵਰ ਤੋਂ ਸਾਨੂੰ ਕੌਣ ਛਡਾਊਗਾ, ਇਹ ਉਹੀ ਪਰਮੇਸ਼ਵਰ ਆ ਜਿਹੜਾ ਮੂਸਾ ਦੇ ਨਾਲ ਖੜਾ ਸੀਗਾ, ਜਿਹਦੀ ਸੰਗਤੀ ਮੂਸਾ ਨਾਲ ਸੀ, ਜਿਹਨੇ ਸਮੁੰਦਰ ਦੋ ਪਾਕ ਕਰ ਦਿੱਤਾ, ਜਿਹਨੇ ਚਟਾਨ ਚੋਂ ਪਾਣੀ ਬਾਹਰ ਕਰ ਦਿੱਤਾ, ਜਿਹਨੇ ਸਮਾਨ ਦੇ ਵਿੱਚੋਂ ਮੰਨਾ ਭਰਾ ਦਿੱਤਾ, ਇਹ ਉਹੀ ਪਰਮੇਸ਼ਵਰ ਆ, ਹਾਲੇਲੂਇਆ ਹਾਲੇਲੂਇਆ, ਸ਼ੈਤਾਨ ਕੀ ਹੋ ਗਿਆ, ਡਰ ਗਿਆ, ਡਰ ਗਿਆ, ਸ਼ੈਤਾਨ ਕੀ ਹੋ ਗਿਆ, ਡਰ ਗਿਆ, ਥੋੜਾ ਜਿਹਾ ਉੱਚੀ ਆਵਾਜ਼ ਨਾਲ ਬੋਲੋ, ਡਰ ਗਿਆ, ਸ਼ੈਤਾਨ ਡਰ ਗਿਆ, ਲੋਕ ਡਰ ਗਏ, ਵੀ ਪਰਮੇਸ਼ਵਰ ਦੀ ਸੰਗਤ ਹੋ ਗਈ ਇਹਨਾਂ ਨਾਲ, ਪਰਮੇਸ਼ਵਰ ਦੀ ਸੰਗਤ ਇਹਨਾਂ ਦੇ ਵਿੱਚ ਆ ਗਈ, ਹਜ਼ੂਰੀ ਇਹਨਾਂ ਦੇ ਵਿੱਚ ਆ ਗਈ ਆ, ਪ੍ਰੈਜੈਂਸ ਇਹਨਾਂ ਦੇ ਵਿੱਚ ਆ ਗਈ ਆ, ਡਰ ਗਿਆ ਸ਼ੈਤਾਨ, ਕੀ ਹੋਇਆ, ਡਰ ਗਿਆ, ਲੋਕ ਕੀ ਹੋ ਗਏ ਨੇ, ਡਰ ਗਏ, ਜਿਹਨਾਂ ਭੈਣਾਂ ਨੇ ਸਿਰ ਤੇ ਚੁੰਨੀਆਂ ਨਹੀਂ ਲਈਆਂ, ਚੁੰਨੀਆਂ ਲੈ ਕੇ ਬੈਠੋ, ਤੁਸੀਂ ਕਹਿੰਦੇ ਵਿਆਹ ਸ਼ਾਦੀ 'ਚ ਥੋੜੋ ਆਈਆਂ ਹੋਈਆਂ, ਇੱਥੇ ਲਵੋ ਚੁੰਨੀਆਂ, ਇੱਦਾਂ ਬੈਠੀਆਂ ਤਾਂ ਮੇਲੇ 'ਚ ਆਈਆਂ ਹੋਈਆਂ, ਸਿਰ ਵਾਲ ਕੱਕੇ ਭੂਰੇ ਕਰਕੇ ਦਿਖਾਉਣ, ਸਿਰ ਤੇ ਚੁੰਨੀਆਂ ਲੈ ਕੇ ਬੈਠੋ, ਸਿਰ ਢੱਕ ਕੇ, ਵਚਨ ਚੱਲਣ ਡਿਆ, ਵਚਨ ਦੀ ਬੇਅਦਬੀ ਕਰਨ ਡਿਆ, ਤੁਸੀਂ ਗੁਰਦੁਆਰੇ ਦੇ ਵਿੱਚ ਕੋਈ ਨੰਗੇ ਸਿਰ ਨਹੀਂ ਜਾ ਸਕਦਾ, ਉਹਦੇ ਨਿਹੰਗ ਭਾਈ ਖੜਦਾ, ਵਰਸ਼ਾ ਮਾਰਦਾ ਵੱਖੀ ਦੇ ਵਿੱਚ, ਓਏ ਉਹ ਭੰਨ ਦਿੱਤਾ, ਲੈ ਲੈਂਦੇ ਜੀ ਚੁੰਨੀ ਹੁਣੇ ਲੈ ਲੈਂਦੇ ਆ, ਤੇ ਇੱਥੇ ਜਿੱਦਾਂ ਕਿਤੇ ਮਾਮਾ ਜੀ ਦੇ ਵਿਆਹ ਹੁੰਦੇ ਆਹ ਮੇਰੇ ਵਾਲ ਦੇਖਦੇ ਨਾ, ਮੈਥੋਂ ਪ੍ਰੋਮ ਕਰਾਏ ਹੋਏ ਆ, ਸਿਰ ਤੇ ਚੁੰਨੀ ਲੈ ਕੇ ਬੈਠੋ, ਪਰਮੇਸ਼ਵਰ ਦੀ ਹਜ਼ੂਰੀ 'ਚ ਬੈਠੀਆਂ ਵਾ, ਇਹ ਪਾਸਟਰ ਉਹ ਨਹੀਂ ਆ ਭਵਾਈ ਤੇ ਨੰਗੇ ਸਿਰ ਬੈਠੋ, ਖੁੱਲੇ ਵਾਲ ਛੱਡ ਕੇ ਬਰਾਂ ਰਿਬੌਂਡਿੰਗ ਕਰਾ ਕੇ ਸਟ੍ਰੇਟ ਕਰਾ ਕੇ, ਉਹ ਯੈ ਇੱਧਰ ਨੂੰ ਮਾਰਨੇ, ਇੱਧਰ ਨੂੰ ਮਾਰਨੇ ਆ, ਜੁਲਫਾਂ ਜੀਆਂ ਫੂਕਾਂ ਨਾ ਡਾਉਣੀਆਂ, ਕੱਟ ਦੇਣੀਆਂ ਇੱਥੇ ਕੈਂਚੀ ਨਾਲ, ਹਾਲੇਲੂਇਆ ਹਾਲੇਲੂਇਆ, ਇਹ ਰੱਬ ਦੀ ਹਜ਼ੂਰੀ ਵਿੱਚ ਆਏ ਆ, ਪਰਮੇਸ਼ਰ ਦੇ ਭਵਨ ਦੇ ਵਿੱਚ ਆਏ ਆ, ਵਿਆਹ 'ਚ ਨਹੀਂ ਆਏ, ਮੇਲੇ 'ਚ ਨਹੀਂ ਆਏ, ਇੱਥੇ ਇਹ ਪਾਸਟਰ ਬੜੇ ਕੱਬੇ ਸੁਭਾਅ ਦਾ ਹੀ, ਉਹ ਮੈਂ ਮਸੀਹ ਸਿੱਧੇ ਕਰਨੇ ਆ, ਪਾਸਟਰ ਕੀ ਠੰਡ ਲੱਗਦੀ ਤਾਂ ਕੰਨ ਢੱਕਿਆ, ਤੈਨੂੰ ਹੀ ਜ਼ਿਆਦਾ ਲੱਗਦੀ ਆ ਠੰਡ, ਤੇਰੇ ਕੰਨਾਂ ਨੂੰ ਜਿਹੜੀ ਜ਼ਿਆਦਾ ਲੱਗਦੀ, ਜਦੋਂ ਯਿਸੂ ਮਸੀਹ ਨੇ ਇੱਦਾਂ ਕੰਨ ਰਗੜੇ ਨਾ, ਐਂ ਕਰਕੇ ਲਾਲ ਹੋ ਜਾਣੇ, ਸੇਕ ਨਿਕਲਣਾ ਪੂਰਾ, ਇਹ ਵਚਨ ਨੇ ਕੰਨ ਰਗੜਨੇ ਆ ਤੁਹਾਡੇ, ਹਾਲੇਲੂਇਆ ਹਾਲੇਲੂਇਆ, ਮੈਂ ਦੱਸਿਆ ਸੀਗਾ ਵੇਲਣੇ ਵਿੱਚ ਦੀ ਨੰਗਣਾ ਪੈਣਾ ਵਾ, ਚੱਕੀ ਵਿੱਚ ਪੀ ਹੋਣਾ ਵਾ, ਫਿਰ ਖਾਣ ਵਾਲਾ ਆਟਾ ਬਣਦਾ ਵਾ, ਫਿਰ ਪੀਸਿਆ ਹੋਇਆ ਮੈਦਾ ਬਣਦਾ, ਤੇ ਜਦ ਤੱਕ ਮਸੀਹ ਵੇਲਣੇ ਵਿੱਚ ਦੀ ਚੱਕੀ ਵਿੱਚ ਦੀ ਨੰਗੂਗਾ ਨਹੀਂ, ਤਾਂ ਪਰਮੇਸ਼ਵਰ ਦੇ ਲਾਇਕ ਨਹੀਂ ਬਣੂਗਾ, ਹਾਲੇਲੂਇਆ ਹਾਲੇਲੂਇਆ, ਤਾਰੀਫ ਕਰੋ ਯਿਸੂ ਮਸੀਹ ਦੀ, ਹੋਲੀ ਗੋਡ ਜੀਸਸ ਜੀਸਸ, ਤੇਰੀ ਤਾਰੀਫ ਹੋ, ਹਾਲੇਲੂਇਆ ਹਾਲੇਲੂਇਆ, ਹੋਲੀ ਗੋਡ ਜੀਸਸ, ਧੰਨਵਾਦ ਯਿਸੂ, ਧੰਨਵਾਦ ਧੰਨਵਾਦ, ਹਾਲੇਲੂਇਆ ਹਾਲੇਲੂਇਆ, ਸਮਝ ਆਈ ਬਚਨ ਦੀ, ਪੂਤਰ ਗਿਆ, ਕੀ ਹੋ ਗਿਆ, ਉਹ ਪੂਤਰ ਗਿਆ, ਪੂਤਰ ਗਿਆ, ਹੁਣ ਪੜੋ ਪੂਤਰਿਆਂ ਪੂਤਰਿਆਂ ਨੇ ਕੀ ਕਰਾ ਲਿਆ, ਇਹ ਉਹ ਦਿਓ ਹਨ
ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਪ੍ਰਕਾਰ ਦੀਆਂ ਬਵਾਂ ਨਾਲ ਮਾਰਿਆ। ਹੈ ਫਲਿਸਤੀਓ, ਤੁਸੀਂ ਤਕੜੇ ਹੋਵੋ ਅਤੇ ਮਰਦ ਬਣੋ, ਜੋ ਤੁਸੀਂ ਇਬਰਾਨੀਆਂ ਦੇ ਗੁਲਾਮ ਨਾ ਬਣੋ, ਜੇਕਰ ਉਹ ਤੁਹਾਡੇ ਗੁਲਾਮ ਬਣੇ ਸਨ, ਸਗੋਂ ਮਰਦ ਬਣੋ ਅਤੇ ਲੜੋ। ਸੋ ਫਲਿਸਤੀ ਲੜੇ ਅਤੇ ਇਸਰਾਇਲ ਹਾਰ ਗਿਆ, ਅਤੇ ਆਪੋ ਆਪਣੇ ਤੰਬੂਆਂ ਵੱਲ ਨੱਠੇ, ਅਤੇ ਉੱਥੇ ਡਾਢੀ ਵਾੜ ਹੋਈ, ਕਿਉਂ ਜੋ 30,000 ਇਸਰਾਇਲੀ ਪਿਆਦੇ ਮਾਰੇ ਗਏ, ਅਤੇ ਪਰਮੇਸ਼ਵਰ ਦਾ ਸੰਦੂਕ ਲੁੱਟਿਆ ਗਿਆ। ਹਾਲੇਲੂਇਆ, ਹਾਲੇਲੂਇਆ। ਜਦੋਂ ਸੰਦੂਕ ਆਇਆ, ਮੰਨ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਆ ਗਿਆ? ਸੰਦੂਕ ਪੁਰਾਣੇ ਸਮੇਂ ਦਾ, ਅੱਜ ਸੰਗਤੀ ਆ ਪ੍ਰਭੂ ਦੀ। ਅੱਜ ਕੀ ਆ ਸਾਡੀ ਜ਼ਿੰਦਗੀ 'ਚ? ਸੰਗਤੀ। ਜਦੋਂ ਉਹਨਾਂ ਦੇ ਵਿੱਚ ਸੰਦੂਕ ਆਇਆ, ਉਹਨਾਂ ਨੇ ਜਕਾਰੇ ਮਾਰੇ, ਬੋਲੋ ਜੀਵਨ ਹਾਲੇਲੂਇਆ, ਹਾਲੇਲੂਇਆ। ਆਵਾਜ਼ ਨਹੀਂ ਨਿਕਲੀ, ਥੋੜ੍ਹਾ ਜਿਹਾ ਉੱਚੀ ਆਵਾਜ਼ ਨਾ। ਜਦੋਂ ਇੱਦਾਂ ਉਹਨਾਂ ਨੇ ਜਕਾਰੇ ਛੱਡੇ ਆ, ਸ਼ੈਤਾਨ ਕੀ ਹੋ ਗਿਆ? ਡਰ ਗਿਆ। ਡਰ ਗਿਆ ਸ਼ੈਤਾਨ, ਕੀ ਹੋ ਗਿਆ? ਡਰ ਗਿਆ। ਕਿਉਂ ਹਰੇ ਆ ਇਜ਼ਰਾਈਲੀ, ਕਿਉਂ ਹਰੇ ਆ ਇਜ਼ਰਾਈਲੀ? ਸੰਦੂਕ ਹੋਣ ਦੇ ਬਾਵਜੂਦ ਵੀ, ਸੰਗਤੀ ਹੋਣ ਦੇ ਬਾਵਜੂਦ ਵੀ, ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੀ ਸੰਗਤੀ ਨੂੰ ਗਲਤ ਕੰਮ ਲਈ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਨੇ ਸੋਚਿਆ ਵੀ ਜੇ ਯਿਸੂ ਮਸੀਹ ਦਾ, ਜੇ ਪਰਮੇਸ਼ਵਰ ਦਾ ਸੰਦੂਕ ਸਾਡੇ ਵਿੱਚ ਹੋਊਗਾ, ਤੇ ਅਸੀਂ ਜੰਗ ਜਿੱਤਾਂਗੇ, ਅਸੀਂ ਜੰਗ ਜਿੱਤਾਂਗੇ। ਉਹਨਾਂ ਨੇ ਇਸ ਲਈ ਸੰਦੂਕ ਨਹੀਂ ਲੈ ਕੇ ਆਉਂਦਾ ਵੀ ਅਸੀਂ ਪਰਮੇਸ਼ਵਰ ਨਾਲ ਵਫਾਦਾਰੀ ਨਾਲ ਚੱਲੀਏ। ਉਹਨਾਂ ਨੇ ਸੰਦੂਕ ਸੰਗਤੀ ਇਸ ਲਈ ਆਪਣੇ ਵਿੱਚ ਲੈ ਕੇ ਆਉਂਦੀ ਆ ਵੀ ਅਸੀਂ ਜਿੱਤੀਏ, ਅਸੀਂ ਕੀ ਹੋਈਏ, ਉਹਨਾਂ ਲੋਕਾਂ ਨੂੰ ਮਾਰ ਦਈਏ। ਪਰ ਪਰਮੇਸ਼ਵਰ ਨੇ ਕੀ ਕੀਤਾ? ਉਹਨਾਂ ਨੂੰ ਹਰਾ ਦਿੱਤਾ ਵਾ, ਉਹਨਾਂ ਨੂੰ ਹਰਾ ਦਿੱਤਾ। ਅੱਜ ਇਦਾਂ ਦੇ ਮਸੀਹ ਆ ਜਿਹਨਾਂ ਨੂੰ ਮਸਾ ਮਿਲਦਾ, ਪਰ ਮਸੇ ਨੂੰ ਪਰਮੇਸ਼ਵਰ ਲਈ ਘੱਟ ਇਸਤੇਮਾਲ ਕਰਦੇ ਆ, ਆਪਣੇ ਮਕਸਦ ਲਈ ਜ਼ਿਆਦਾ ਇਸਤੇਮਾਲ ਕਰਦੇ ਆ। ਸੰਗਤੀ ਯਿਸੂ ਮਸੀਹ ਦੀ ਮਿਲਦੀ ਆ ਆਪਣੇ ਮਕਸਦ ਲਈ ਇਸਤੇਮਾਲ ਕਰਨ ਲਈ, ਆਪਣੇ ਮਕਸਦ ਲਈ ਇਸਤੇਮਾਲ ਕਰਦੇ ਆ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ, ਆਪਣੇ ਮਕਸਦ ਲਈ, ਆਪਣੇ ਮਕਸਦ ਲਈ ਇਸਤੇਮਾਲ ਕਰਦੇ ਆ ਪਰਮੇਸ਼ਵਰ ਦੀ ਹਜ਼ੂਰੀ ਨੂੰ, ਫਿਰ ਹਰ ਜਾਉਂਗੇ, ਹਰ ਜਾਉਂਗੇ। ਜੇ ਆਪਣੇ ਮਕਸਦ ਲਈ ਇਸਤੇਮਾਲ ਕਰਦੇ ਆ, ਹਾਲੇਲੂਇਆ, ਹਾਲੇਲੂਇਆ। ਇਹਨਾਂ ਨੇ ਕੀ ਕੀਤਾ? ਪ੍ਰਭੂ ਯਿਸੂ ਮਸੀਹ ਦੇ ਸੰਦੂਕ ਨੂੰ, ਪਰਮੇਸ਼ਵਰ ਦੀ ਸੰਗਤੀ ਨੂੰ ਆਪਣੇ ਮਕਸਦ ਲਈ ਕੀ ਕੀਤਾ ਵਾ? ਇਸਤੇਮਾਲ। ਥੋੜਾ ਜਿਹਾ ਉੱਚੀ ਆਵਾਜ਼ ਨਾ, ਇਸਤੇਮਾਲ। ਅੱਜ ਕਈਆਂ ਨੂੰ ਮਸਾ ਮਿਲਦਾ, ਸੰਗਤੀ ਆਉਂਦੀ ਹੈ, ਯਿਸੂ ਮਸੀਹ ਦੀ ਪ੍ਰੈਜ਼ੈਂਸ ਆ ਗਈ, ਉਸ ਅਭਿਸ਼ੇਕ ਨੂੰ, ਪਰਮੇਸ਼ਵਰ ਦੀ ਹਜ਼ੂਰੀ ਨੂੰ, ਪ੍ਰੈਜ਼ੈਂਸ ਨੂੰ ਆਪਣੇ ਮਕਸਦ ਲਈ ਕੀ ਕਰਦੇ ਆ? ਇਸਤੇਮਾਲ। ਵੀ ਮੈਂ ਅਮੀਰ ਹੋ ਜਾਵਾਂ, ਮੈਂ ਪਰਮੇਸ਼ਵਰ ਦਾ ਨਾਮ ਲੈ ਕੇ ਕੀ ਹੋ ਜਾਵਾਂ? ਅਮੀਰ ਹੋ ਜਾਵਾਂ। ਪ੍ਰਭੂ ਦਾ ਕੰਮ ਵਧੇ ਨਾ ਵਧੇ, ਮੇਰਾ ਨਾਮ ਉੱਚਾ ਹੋਣਾ ਚਾਹੀਦਾ, ਮੇਰਾ ਘਰ ਵੱਡਾ ਹੋਣਾ ਚਾਹੀਦਾ, ਮੇਰਾ ਬਿਜ਼ਨਸ ਹੋਣਾ ਚਾਹੀਦਾ, ਪਰ ਨਹੀਂ, ਕਿਉਂਕਿ ਜੇ ਤੁਸੀਂ ਪਰਮੇਸ਼ਵਰ ਦੇ ਮਸੇ ਨੂੰ, ਪਰਮੇਸ਼ਵਰ ਦੀ ਹਜ਼ੂਰੀ ਨੂੰ ਆਪਣੇ ਕੰਮਾਂ ਲਈ ਇਸਤੇਮਾਲ ਕਰੋਗੇ, ਤਾਂ ਹਰ ਜਾਓਗੇ। ਯਿਸੂ ਦੀ ਸਮਰਥੀ ਨਾਮ ਹੈ, ਹਰ ਜਾਓਗੇ। ਕੀ ਹੋ ਜਾਓਗੇ? ਹਰ ਜਾਓਗੇ। ਬੋਲੋ ਕੀ ਹੋ ਜਾਓਗੇ? ਹਰ ਜਾਓਗੇ, ਹਰ ਜਾਓਗੇ। ਇਹ ਉਹ ਮਸੀਹਾ ਜਿਹੜੇ ਸਿਰਫ ਚੰਗੇ ਹੋਣ ਲਈ ਸੰਗਤ ਕਰਦੇ ਆ ਯਿਸੂ ਮਸੀਹ ਦੀ, ਜਿਹੜੇ ਪੈਸਿਆਂ ਦੇ ਨਾਲ ਅਮੀਰ ਹੋਣ ਲਈ ਸੰਗਤ ਕਰਦੇ ਆ ਪਰਮੇਸ਼ਵਰ ਦੀ, ਜਿਹੜੇ ਕਹਿੰਦੇ ਆ ਵੀ ਬਸ ਮੈਂ ਚਰਚ ਇਸ ਲਈ ਜਾਣਾ, ਇਸ ਲਈ ਸੰਗਤ ਕਰਦੀ ਆ ਜਾਂ ਕਰਦਾ ਵਾਂ, ਮੈਂ ਠੀਕ ਹੋ ਜਾਵਾਂ, ਮੇਰਾ ਘਰ ਬਣ ਜਾਵੇ, ਮੇਰਾ ਮੁੰਡਾ ਇੰਗਲੈਂਡ ਚਲ ਜਾਵੇ, ਮੈਂ ਪੈਸੇ ਵਾਲਾ ਬਣ ਜਾਵਾਂ, ਤੇ ਉਦੋਂ ਬਾਅਦ ਸੰਗਤ ਖਤਮ ਆ, ਫਿਰ ਤੁਸੀਂ ਹਰ ਜਾਓਗੇ। ਕੀ ਹੋ ਜਾਓਗੇ? ਤੇ ਜੇ ਤੁਸੀਂ ਸੰਗਤ ਇਸ ਲਈ ਕਰਦੇ ਆ, ਪ੍ਰਭੂ ਯਿਸੂ ਮਸੀਹ ਜੀ ਮੈਂ ਸੰਗਤ ਇਸ ਲਈ ਕਰਦਾ, ਇਹ ਦੁਨੀਆ ਤੇ ਨਹੀਂ, ਮੈਂ ਸਵਰਗ ਵਿੱਚ ਤੇਰੇ ਨਾਮ ਨੂੰ ਜਲਾਲ ਦਵਾਂ, ਤੇਰੇ ਨਾਮ ਨੂੰ ਉੱਚਾ ਕਰਾਂ, ਫਿਰ ਧਰਤੀ ਤੇ ਜਿੱਤੂਗਾ ਯਿਸੂ ਦੇ ਸਮਰਥੀ ਨਾਮ ਮੈਂ, ਆਮੇਨ। ਜਿੱਤੂਗਾ ਯਿਸੂ ਦੇ ਸਮਰਥੀ ਨਾਮ ਮੈਂ, ਆਮੇਨ। ਉੱਚੀ ਆਵਾਜ਼ ਨਾਲ ਬੋਲ ਦਿਓ, ਆਮੇਨ, ਹਾਲੇਲੂਇਆ, ਹਾਲੇਲੂਇਆ। ਜਦੋਂ ਮਸਾ ਮਿਲਦਾ ਤਾਂ ਕੀ ਹੋ ਜਾਂਦੇ ਆ? ਮਸੀਹ ਸਾਡੇ ਚੰਬੜ ਜਾਂਦੇ ਆ।
ਮੈਨੂੰ ਆਤਮਾ ਨੇ ਕਿਹਾ ਹੁਣੇ ਹੁਣੇ ਮੈਨੂੰ ਪਵਿੱਤਰ ਆਤਮਾ ਦਰਸ਼ਨ ਦਿੱਤਾ। ਪਵਿੱਤਰ ਆਤਮਾ ਵੀ ਦਰਸ਼ਨ ਦਿੰਦਾ, ਤੁਹਾਡਾ ਆਪਣਾ ਆਤਮਾ ਵੀ ਦਰਸ਼ਨ ਦਿੰਦਾ। ਹਾਲੇਲੂਇਆ। ਸੰਤ ਪੈਲੂਸ ਗ੍ਰੰਥੀਆਂ ਦੇ ਵਿੱਚ ਕਹਿੰਦਾ ਤੁਸੀਂ ਕਿਤੇ ਦੂਜੇ ਯੇਸੂ ਮਸੀਹ ਦਾ ਪ੍ਰਚਾਰ ਤਾਂ ਨਹੀਂ ਕਰੀ ਜਾਂਦੇ, ਦੂਜੇ ਯੇਸੂ ਦਾ ਪ੍ਰਚਾਰ ਤਾਂ ਨਹੀਂ ਕਰਦੇ, ਤੁਹਾਨੂੰ ਕੋਈ ਦੂਜਾ ਆਤਮਾ ਤਾਂ ਨਹੀਂ ਮਿਲ ਗਿਆ? ਦੂਜਾ ਯੇਸੂ ਵੀ ਹੈਗਾ ਬਾਈਬਲ ਦੇ ਵਿੱਚ, ਉਹ ਮਸੀਹ ਨਹੀਂ ਹੈ ਪਰ ਆਪਣਾ ਨਾਲ ਯੇਸੂ ਮਸੀਹ ਆ, ਉਹ ਦੂਜਾ ਯੇਸੂ ਕਹਿ ਰਿਹਾ। ਸੰਤ ਪੈਲੂਸ ਕਿਹੜਾ ਕਹਿ ਰਿਹਾ? ਦੂਜਾ ਯੇਸੂ ਗ੍ਰੰਥੀਆਂ ਦੇ ਵਿੱਚ ਕਹਿ ਰਿਹਾ ਤੁਸੀਂ ਦੂਜੇ ਯੇਸੂ ਦਾ ਪ੍ਰਚਾਰ ਤਾਂ ਨਹੀਂ ਕਰੀ ਜਾਂਦੇ, ਦੂਜੇ ਯੇਸੂ ਦਾ ਆਤਮਾ ਤਾਂ ਨਹੀਂ ਤੁਹਾਨੂੰ ਮਿਲ ਗਿਆ, ਸ਼ੈਤਾਨੀ ਆਤਮਾ ਤਾਂ ਨਹੀਂ ਮਿਲ ਗਿਆ, ਕਿਉਂਕਿ ਸ਼ੈਤਾਨ ਵੀ ਵਿਜ਼ਨ ਦਿਖਾਉਂਦਾ ਵਾ। ਸ਼ੈਤਾਨ ਵੀ ਕੀ ਦਿਖਾਉਂਦਾ ਵਾ? ਦਰਸ਼ਨ, ਵਿਜ਼ਨ ਦਿਖਾਉਂਦਾ ਵਾ। ਤੇ ਅੱਜ ਸਾਡੀਆਂ ਕੋਈ ਭੈਣਾਂ ਵਿਸ਼ਵਾਸੀ ਮਸੀਹ ਦੇ ਨਵੇਂ ਨਵੇਂ ਜੋੜਦੇ ਆ, ਪਵਿੱਤਰ ਆਤਮਾ ਮਿਲ ਗਿਆ, ਹਾਂ ਨਾਲ ਹੀ ਮੈਨੂੰ ਪਵਿੱਤਰ ਆਤਮਾ ਮਿਲ ਗਿਆ, ਮੈਨੂੰ ਮਿਲ ਗਿਆ ਪਵਿੱਤਰ ਆਤਮਾ, ਮੈਂ ਜਾਣਾ ਉਹਦੇ ਘਰੇ, ਮੈਂ ਜਾਣਾ ਇਹਦੇ ਘਰੇ, ਮੈਂ ਉੱਥੇ ਪ੍ਰਚਾਰ ਕਰਨਾ, ਇੱਥੇ ਕਰਨਾ। ਜਦੋਂ ਸ਼ੈਤਾਨ ਨੇ ਕਹਿਣਾ ਮੋਹਰੇ ਮੈਂ ਪਾਸਟਰ ਸ਼ਮੋਨ ਨੂੰ ਵੀ ਜਾਣਦੀ ਹਾਂ, ਯਿਸੂ ਮਸੀਹ ਨੂੰ ਜਾਣਦੀ, ਤੂੰ ਕੌਣ ਆ? ਮੈਂ ਕਿਹੜਾ ਮਜੌਦਰੀ ਆ? ਕੱਪੜੇ ਲਾ ਕੇ ਦੜਾਉਣਾ ਹੀ ਉਹ ਸ਼ੈਤਾਨ ਨੇ ਕੁੱਟ ਕੁੱਟ ਕੇ। ਹਾਲੇਲੂਇਆ, 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 ਹਾਲੇਲੂਇਆ। ਇਸ ਲਈ ਚੰਬਲ ਹੋਣਾ, ਕਿਉਂਕਿ ਸੰਗਤੀ ਨੂੰ ਪਰਮੇਸ਼ਵਰ ਦੀ ਨੂੰ ਆਪਣੇ ਲਈ ਇਸਤੇਮਾਲ ਨਾ ਕਰੋ। ਲੋਕਾਂ ਨੂੰ ਪਤਾ ਲੱਗ ਜਾਵੇ ਪਿੰਡ ਵਿੱਚ ਮੇਰੇ ਤੋਂ ਵੱਧ ਕੋਈ ਬੋਲ ਨਹੀਂ ਸਕਦਾ, ਪਤਾ ਲੱਗ ਜਾਵੇ ਲੋਕਾਂ ਨੂੰ ਮੇਰੇ ਨਾਲ ਯਿਸੂ ਮਸੀਹ ਆ, ਪਤਾ ਲੱਗ ਜਾਵੇ ਲੋਕਾਂ ਨੂੰ ਮੈਨੂੰ ਬਹੁਤ ਆਤਮਾ ਛੂੰਦਾ। ਜਦੋਂ ਤੁਸੀਂ ਆਪਣੇ ਮਤਲਬ ਲਈ ਪਰਮੇਸ਼ਵਰ ਨੂੰ ਇਸਤੇਮਾਲ ਕਰੋਗੇ ਕੀ ਹੋ ਜਾਓਗੇ? ਹਾਰ ਜਾਓਗੇ। ਮੈਨੂੰ ਆਵਾਜ਼ ਨਹੀਂ ਸੁਣਦੀ ਹੁੰਦੀ, ਹਾਰ ਜਾਓਗੇ ਜਦੋਂ ਆਪਣੇ ਮਕਸਦ ਲਈ ਇਸਤੇਮਾਲ ਕਰਨ ਡੇ। ਪਹਿਲਾਂ ਟ੍ਰੇਨਿੰਗ ਲਵੋ, ਪਹਿਲਾਂ ਕੀ ਲਵੋ? ਮੈਨੂੰ ਉਹ ਪਾਦਰੀ ਜੀ ਨੇ ਕਿਹਾ ਤੂੰ ਭਵਿੱਖਬਾਣੀ ਕਰ ਸਕਦੀ ਆ, ਮੈਨੂੰ ਪਾਦਰੀ ਜੀ ਨੇ ਕਿਹਾ ਤੂੰ ਪ੍ਰਚਾਰ ਕਰ ਸਕਦੀ ਆ। ਜਿਹੜਾ ਸਾਈਕਲ ਤੇ ਤੁਰਿਆ ਫਿਰਦਾ ਵਿਚਾਰਾ ਝੋਲੀ ਚੱਕ ਕੇ, ਹਾਲੇਲੂਇਆ, ਸਮਝੋ ਮਸੇ ਨੂੰ, ਹਜ਼ੂਰੀ ਨੂੰ, ਸੰਗਤੀ ਨੂੰ। ਜਦੋਂ ਪਰਮੇਸ਼ਵਰ ਦੀ ਸੰਗਤੀ ਤੁਹਾਡੇ ਨਾਲ ਹੋਊਗੀ ਨਾ, ਤੁਹਾਨੂੰ ਰੌਲੀ ਪਾਉਣ ਦੀ ਲੋੜ ਨਹੀਂ ਆ, ਤੁਹਾਡੀ ਰੌਲੀ ਯਿਸੂ ਮਸੀਹ ਪਵਾਊਗਾ ਆਪੇ। ਹਾਲੇਲੂਇਆ, ਲੋਕੀ ਗਵਾਹੀਆਂ ਦੇਣਗੇ ਤੁਹਾਡੀਆਂ। ਹਾਲੇਲੂਇਆ, 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 ਹਾਲੇਲੂਇਆ। ਕਿਉਂਕਿ ਜਦੋਂ ਕਿਤੇ ਦੀਵਾ ਜਗਦਾ ਹੋਵੇ ਤਾਂ ਉਹਦਾ ਚਾਨਣ ਫੈਲਦਾ ਵਾ, ਉਹਦਾ ਚਾਨਣ ਕੀ ਹੁੰਦਾ ਵਾ? ਫੈਲਦਾ, ਫੈਲਦਾ। ਤੇ ਆਪਣੀ ਮਰਜ਼ੀ ਨਾਲ ਬਾਈਬਲਾਂ ਚੱਕ ਕੇ ਤੁਰੇ ਫਿਰੋ। ਅੱਜ ਜੀ ਅਸੀਂ ਉਹਦੇ ਘਰ ਦੇ ਭੈਣ ਦੇ ਘਰੇ ਚੱਲੇ ਆ, ਵਚਨ ਸ਼ੁਰੂ ਕਰ ਲਿਆ, ਮੁੜ ਕੇ ਸਾਂਭਿਆ ਨਹੀਂ ਗਿਆ, ਮੁੜ ਕੇ ਇਕੱਠਾ ਕਰਨਾ ਔਖਾ ਹੋ ਜਾਂਦਾ, ਮੁੜ ਕੇ ਕੀ ਹੋ ਜਾਂਦਾ ਇਕੱਠਾ ਕਰਨਾ? ਔਖਾ, ਔਖਾ ਹੋ ਜਾਂਦਾ। ਫਿਰ ਇਹਨੂੰ ਫੋਨ ਕਰ, ਕਦੀ ਉਹਨੂੰ ਫੋਨ ਕਰ, ਕਦੀ ਉਹਨੂੰ ਫੋਨ ਕਰ, ਕਦੀ ਇਹਨੂੰ ਫੋਨ ਕਰ। ਤੇ ਅੰਕਲ ਜੀ ਮੈਨੂੰ ਦੱਸਿਓ ਕਿੱਥੇ ਲਿਖਿਆ ਹੋਇਆ ਸੀਗਾ, ਕਿੱਦਾਂ ਸੀਗਾ? ਪਾਪਾ ਜੀ ਦੱਸਿਓ ਕਿੱਥੇ ਸੀਗਾ, ਕਿੱਦਾਂ ਸੀਗਾ, ਕਿੱਦਾਂ ਸੀਗਾ, ਕਿੱਦਾਂ ਪੂਰਨ ਕਿੱਦਾਂ ਕਰਨਾ? ਫੜੇ ਗਿਆ ਫਿਰ, ਕਿਉਂਕਿ ਬਾਈਬਲ 'ਚ ਲਿਖਿਆ ਮੇਰੇ ਗਿਆਨ ਦੇ ਕਾਰਨ ਪਰਜਾ ਕੀ ਹੁੰਦੀ ਆ? ਨਾਸ਼। ਨਾ, ਗਿਆਨ ਦੇ ਕਾਰਨ ਕੀ ਹੁੰਦੀ ਆ? ਨਾਸ਼। ਕਿਸੇ ਨੂੰ ਇੱਕ ਐਦਾ ਮਤਲਬ ਪਤਾ ਲੱਗ ਜਾਣਾ, ਮੱਤੀ 7:7 ਮੰਗੋਗੇ ਤੁਹਾਨੂੰ ਦਿੱਤਾ ਜਾਊਗਾ, ਭੈਣ ਜੀ ਤੂੰ ਦੁਆ ਕਰਿਆ ਕਰ, ਮੰਗਿਆ ਕਰ, ਜੇ ਸਭ ਕੁਝ ਮਿਲ ਜਾਣਾ ਤੂੰ ਬੇਫਿਕਰ ਹੈ। ਉਹੀ ਐ ਸੁਣਾਈ ਜਾਨੀ, ਉਹੀ ਐ ਸੁਣਾਈ ਜਾਨੀ, ਉਹੀ ਐ ਸੁਣਾਈ ਜਾਨੀ, ਉਦੋਂ ਅੱਗੇ ਵੀ ਕੁਛ ਹੈਗਾ ਵਾ। ਹਾਲੇਲੂਇਆ। ਇਸ ਲਈ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਨੂੰ, ਕਦੀ ਸੰਗਤੀ ਨੂੰ ਆਪਣੇ ਮਤਲਬ ਲਈ ਇਸਤੇਮਾਲ ਨਾ ਕਰੋ। ਮੰਨ ਲਓ ਅੱਜ ਪ੍ਰਭੂ ਨੇ ਮੈਨੂੰ ਮਸਾ ਦਿੱਤਾ, ਮੈਂ ਮਸੇ ਨੂੰ ਆਪਣੇ ਕੰਮਾਂ ਲਈ ਇਸਤੇਮਾਲ ਨਹੀਂ ਕਰਦਾ, ਵੀ ਮੈਂ ਤੇਲ ਵੇਚਣ ਲੱਗ ਪਵਾਂ, ਇੱਥੇ ਪਾਣੀ ਵੇਚਣ ਲੱਗ ਪਵਾਂ, 1000-1000 ਦੀ ਬੋਤਲ, 200-200 ਦਾ ਤੇਲ ਲੈ ਜਾਓ, ਲੈ ਜਾਓ, ਲੈ ਜਾਓ, ਕੰਧਾਂ 'ਤੇ ਲਾ ਲਓ, ਘਰਾਂ ਵਿੱਚ ਲਾ ਲਓ, ਵੀ ਲਓ ਕੱਪ ਇੱਥੇ ਮੈਂ ਵਿਕਾ ਦੇਵਾਂ ਵੱਡੇ ਦਿਨ 'ਤੇ, ਵੀ ਆਪਣੇ ਕੈਲੰਡਰਾਂ 'ਤੇ ਫੋਟੋ ਛਪਵਾ ਛੁਆ ਕੇ ਇੱਧਰ ਨੂੰ ਕਰਕੇ ਐਂ ਕਰਕੇ ਛਪਵਾ ਦੇਵਾਂ ਘਰਾਂ 'ਚ, ਕੰਧਾਂ 'ਤੇ ਲਾ ਦਿਓ ਮੇਰੇ ਪੋਸਟਰ। ਮੈਂ ਇੱਦਾਂ ਦਾ ਮਸੀਹ ਨਹੀਂ ਹਾਂ, ਮੈਂ ਯਿਸੂ ਮਸੀਹ ਦਾ ਨਾਮ ਆਪਣੇ ਲਈ ਨਹੀਂ, ਮੇਰਾ ਨਾਮ ਰਹੇ ਚਾਹੇ ਨਾ ਰਵੇ, ਯਿਸੂ ਮਸੀਹ ਦਾ ਨਾਮ ਰਹੇ ਚਾਹੀਦਾ, ਉਹਦੀ ਸੰਗਤੀ, ਉਹਦੀ ਮਹਿਮਾ ਹੋਣੀ ਚਾਹੀਦੀ ਆ। ਹਲੇਲੂਇਆ, ਉਹਦਾ ਯਿਸੂ ਮਸੀਹ ਦਾ ਨਾਮ ਕੀ, ਆਪਣੇ ਮਕਸਦ ਲਈ ਯਿਸੂ ਮਸੀਹ ਨੂੰ ਇਸਤੇਮਾਲ ਨਾ ਕਰੋ, ਨਾ ਕਰੋ।
ਜੇ ਤੁਹਾਡੇ ਵਿੱਚ ਮਸਾਂ ਨਾ ਮੈਨੂੰ ਪਰਮੇਸ਼ਵਰ ਨੇ ਦੱਸਣਾ ਵੀ ਆਹ ਭਾਈ ਲਾਇਕ ਬਣ ਗਿਆ ਵਾ, ਕਿਉਂਕਿ ਰਸੂਲਾਂ ਨੇ ਖੜੇ ਕੀਤੇ ਸੀ। ਸਟੀਫਨਸ ਨੂੰ ਰਸੂਲ ਨੇ ਖੜਾ ਕੀਤਾ, ਫਿਲਪਸ ਨੂੰ ਰਸੂਲ ਨੇ ਖੜਾ ਕੀਤਾ, ਰਸੂਲਾਂ ਨੇ ਚੁਣਿਆ ਉਹਨਾਂ ਨੂੰ। ਜਦੋਂ ਰਸੂਲਾਂ ਦੀ ਕਥਾ ਪੜ੍ਹਦੇ ਹਾਂ ਵੀ ਜਿਹੜੀਆਂ ਵਿਧਵਾ ਵਾ ਉਹਨਾਂ ਦੀ ਦੇਖਭਾਲ ਨਹੀਂ ਹੁੰਦੀ ਚੰਗੀ ਤਰ੍ਹਾਂ, ਉਹਨਾਂ ਨੇ ਖੜਾ ਕੀਤਾ ਨਾ, ਲੰਗਰ ਦਾ ਇੰਤਜ਼ਾਮ ਤੁਸੀਂ ਕਰਨਾ, ਖਾਣ ਪੀਣ ਦਾ ਇੰਤਜ਼ਾਮ ਤੁਸੀਂ ਕਰਨਾ, ਕਿਉਂਕਿ ਖਾਦਮ ਖੜਾ ਕਰੂਗਾ। ਮੂਸਾ ਨੂੰ ਜਦੋਂ ਪਰਮੇਸ਼ਰ ਨੇ ਜਿਹੜੇ ਮੂਸਾ ਨੇ ਖੜੇ ਕੀਤੇ, ਹੁਣ ਤੇਰੀ ਵਾਰੀ ਅੱਗੇ ਬੋਲਣ ਦੀ, ਹੁਣ ਤੇਰੀ ਵਾਰੀ ਇੱਧਰ ਜਾਣ ਦੀ। ਤੇ ਆਪਣੀ ਮਰਜ਼ੀ ਨਾਲ ਖੜੇ ਹੋ ਜਾਓਗੇ ਤੇ ਹਰ ਜਾਓਗੇ, ਕੀ ਹੋ ਜਾਓਗੇ, ਹਰ ਜਾਓਗੇ, ਹਰ ਜਾਓਗੇ। ਜਦੋਂ ਸੰਦੂਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਇਆ, ਸੰਗਤੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਈ ਆ, ਪਰ ਕੀ ਹੋ ਗਏ ਉਹ 30,000 ਵੱਡੇ ਗਏ। ਇੱਕ ਦਿਨ 'ਚ ਕਿੰਨੇ ਜਣੇ ਵੱਡੇ ਗਏ? 30,000 ਵੱਡੇ ਗਏ। ਕੀ ਕੀਤਾ ਉਹਨਾਂ ਨੇ? ਪਰਮੇਸ਼ਵਰ ਦੀ ਸੰਗਤ ਵੀ ਨਾਲ ਆ, ਪਰਮੇਸ਼ਵਰ ਦੀ ਸੰਗਤ ਵੀ ਨਾਲ ਆ, ਸੰਦੂਕ ਨਾਲ ਆ, ਫਿਰ ਵੀ ਹਾਰ ਗਏ। ਕਾਰਨ ਕੀ ਸੀਗਾ? ਪਰਮੇਸ਼ਵਰ ਦੀ ਹਜ਼ੂਰੀ ਨੂੰ ਇਸ ਲਈ ਲੈ ਕੇ ਵੀ ਅਸੀਂ ਕੀ ਜਿੱਤੀਏ, ਜੰਗ ਜਿੱਤੀਏ, ਉਹਨਾਂ ਲੋਕਾਂ ਨੂੰ ਮਾਰੀਏ, ਵੱਢੀਏ, ਕਿਉਂਕਿ ਉਹ ਪਰਮੇਸ਼ਵਰ ਵੱਲੋਂ ਨਹੀਂ ਸੀ ਉਹਨਾਂ ਨੂੰ ਜਿਤਾਉਣਾ, ਪਰਮੇਸ਼ਵਰ ਵੱਲੋਂ ਨਹੀਂ ਸੀਗਾ ਵੀ ਉਹ ਜਿੱਤਣ, ਪਰ ਇਹ ਲੋਕੀ ਚਾਹੁੰਦੇ ਸੀ ਇਸਨੂੰ ਜਾਣ ਬੁੱਝ ਕੇ ਤੰਗ ਕਰਦੇ, ਮਾਰਨਾ 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 ਫਿਲਿਸਤੀਨ ਨੂੰ ਤੰਗ ਕਰਨਾ, ਪਰ ਉਹ ਹਾਰ ਗਿਆ। ਕੀ ਹੋ ਗਿਆ? ਉਹ ਹਾਰ ਗਏ। ਸੰਗਤ ਨੂੰ ਗਲਤ ਕੰਮ ਲਈ ਇਸਤੇਮਾਲ ਕੀਤਾ, ਹਜ਼ੂਰੀ ਨੂੰ ਗਲਤ ਕੰਮ ਲਈ ਇਸਤੇਮਾਲ ਕੀਤਾ। ਸੁਣੋ, ਮਰੇ ਤਾਂ ਹੈਗੇ ਹੀ ਆ, ਸ਼ੈਤਾਨ ਨੇ ਕੀ ਕੀਤਾ? ਫਿਲਿਸਤੀਨੀਆਂ ਨੇ ਸੰਦੂਕ ਵੀ ਚੱਕ ਕੇ ਲੈ ਗਏ। ਬੋਲੋ ਜੀ ਭਾਈ ਨਾ, ਸੰਦੂਕ ਵੀ ਲੈ ਗਏ, ਸੰਦੂਕ ਵੀ ਚੱਕ ਕੇ ਲੈ ਗਏ। ਮੰਨ ਲਓ ਤੁਸੀਂ ਜਦੋਂ ਆਪਣੀ ਮਰਜ਼ੀ ਨਾਲ ਖੜੇ ਹੋ ਜਾਓਗੇ, ਆਪਣੀ ਮਰਜ਼ੀ ਨਾਲ ਪਰਮੇਸ਼ਵਰ ਦੇ ਨਾਮ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰ ਰਹੇ ਹਾਂ, ਗਲਤ ਤਰੀਕੇ ਨਾਲ ਪ੍ਰਚਾਰ ਕਰ ਰਹੇ ਹਾਂ, ਗਲਤ ਤਰੀਕੇ ਨਾਲ ਇਸਤੇਮਾਲ ਕਰੀ ਜਾਂਦੇ ਹਾਂ ਆਪਣੇ ਮਕਸਦ ਲਈ, ਇਸ ਮਸੀਹ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਸ਼ੈਤਾਨ ਨੇ ਆਉਣਾ, ਤੁਸੀਂ ਤਾਂ ਖਾਣੀਆਂ ਖਾਣੀਆਂ। ਅਕੀਲੀ ਗੱਲ ਤੁਸੀਂ ਬੋਲਦੇ ਹੋ, ਹਾਲੇ ਲੋਹੀਆ, ਜਿਹੜੀਆਂ ਤੁਹਾਨੂੰ ਬਰਕਤਾਂ ਮਿਲੀਆਂ ਹੋਣੀਆਂ ਸ਼ੈਤਾਨ ਨੇ, ਉਹ ਵੀ ਚੱਕ ਕੇ, ਉਹ ਵੀ ਚੱਕ ਕੇ ਲੈ ਜਾਣੀਆਂ। ਹਾਲੇ ਲੋਹੀਆ, ਹਾਲੇ ਲੋਹੀਆ। ਮੇਰੇ ਭੈਣੋ ਤੇ ਭਰਾਵੋ, ਜਿਹੜੀ ਚੀਜ਼ ਤੁਹਾਨੂੰ ਯਿਸੂ ਮਸੀਹ ਨੇ ਦਿੱਤੀ ਆ, ਉਹਦੀ ਸੰਭਾਲ ਕਰੋ। ਜੇ ਤੁਸੀਂ ਆਪਣੀ ਮਰਜ਼ੀ ਦੇ ਲਈ ਯਿਸੂ ਮਸੀਹ ਨੂੰ ਇਸਤੇਮਾਲ ਕਰ ਰਹੇ, ਆਪਣੇ ਮਕਸਦ ਲਈ ਯਿਸੂ ਮਸੀਹ ਨੂੰ ਮੰਨ ਰਹੇ ਆ, ਆਪਣੇ ਮਕਸਦ ਲਈ, ਤੇ ਉਹ ਮਕਸਦ ਥੋੜ੍ਹੀ ਦੇਰ ਦਾ ਹੀ ਆ, ਉਹ ਜਿੱਤ ਥੋੜ੍ਹੀ ਦੇਰ ਦੀ ਆ। ਆਪ ਵੀ ਹਰਨਾ, ਜਿਹੜੀਆਂ ਬਲੈਸਿੰਗਾਂ ਵਾ ਕਰਦੇ ਆ, ਉਹਨਾਂ ਨੇ ਵੀ ਨਾਲ ਕੀ ਹੋ ਜਾਣਾ? ਤੁਹਾਡੇ ਹਰ ਜਣਾ, ਪਰਮੇਸ਼ਵਰ ਦਾ ਸੰਦੂਕ ਲੁੱਟਿਆ ਗਿਆ। ਕੀ ਹੋ ਗਿਆ? ਲੁੱਟਿਆ ਗਿਆ, ਸੰਦੂਕ ਲੁੱਟਿਆ ਗਿਆ। ਏਲੀਆ ਦੇ ਦੋਨੇ ਬੇਟੇ ਮਰ ਗਏ। ਜਦੋਂ ਏਲੀ ਜਾਜਕ ਨੂੰ ਪਤਾ ਲੱਗਾ ਨਾ, ਏਲੀਆ ਨੂੰ ਏਲੀ ਜਾਜਕ ਨੂੰ ਪਤਾ ਲੱਗਾ ਵੀ ਮੇਰਾ ਸੰਦੂਕ ਲੁੱਟਿਆ ਗਿਆ। ਸੇਤ ਦਾ ਭਾਰਾ ਸੀਗਾ, 100 ਕੁਇੰਟਲ ਦੇ, 1 ਕੁਇੰਟਲ ਉਹਦਾ ਭਾਰ ਸੀਗਾ, 110 ਕਿਲੋ ਦੇ ਕਰੀਬ ਸੀਗਾ। ਜਦੋਂ ਉਹਨੂੰ ਪਤਾ ਲੱਗਾ ਵੀ ਸੰਦੂਕ ਲੁੱਟਿਆ ਗਿਆ, ਸੰਦੂਕ ਚਲਾ ਗਿਆ, ਉਹ ਧੌਣ ਭਰਨੇ ਪਿੱਛੇ ਨੂੰ ਡਿੱਗਾ, ਉਹਦੀ ਥਾਂ ਹੀ ਮੌਤ ਹੋ ਗਈ। ਉਹਦੀ ਕੀ ਹੋ ਗਈ? ਥਾਂ 'ਤੇ ਹੀ ਮੌਤ। ਜਦੋਂ ਤੁਹਾਡੀ ਜ਼ਿੰਦਗੀ 'ਚੋਂ ਹਜ਼ੂਰੀ ਚਲੇ ਜਾਂਦੀ ਆ, ਫਿਰ ਸਰਾਪ ਜ਼ਿੰਦਗੀ 'ਚ ਆ ਜਾਂਦੇ, ਮੌਤ ਐਂਟਰੀ ਕਰਦੀ ਹੈ ਲਾਈਫ ਦੇ ਵਿੱਚ, ਉਜਾੜ ਇਹ ਜ਼ਿੰਦਗੀ ਦੇ ਵਿੱਚ ਐਂਟਰੀ ਕਰਦੀ। ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੰਦੂਕ ਚਲਾ ਗਿਆ, ਪਾਸਟਰ ਮਾਰਿਆ ਗਿਆ, ਜਾਜਕ ਮਾਰਿਆ ਗਿਆ, ਜਾਜਕ ਦੇ ਬੇਟੇ ਮਾਰਿਆ ਗਿਆ, ਦੇਸ਼ ਲੁੱਟਿਆ ਗਿਆ, ਧਨ ਦੌਲਤਾਂ ਸ਼ੌਹਰਤਾਂ ਲੁੱਟੀਆਂ ਗਈਆਂ, ਜਦੋਂ ਤੁਹਾਡੀ ਜ਼ਿੰਦਗੀ 'ਚ ਹਜ਼ੂਰੀ ਅੱਡ ਹੋ ਜਾਊਗੀ, ਬਰਬਾਦੀ ਜ਼ਿੰਦਗੀ ਵਿੱਚ ਆ ਜਾਂਦੀ ਆ। ਇਸ ਲਈ ਮੇਰੇ ਭੈਣੋ ਤੇ ਭਰਾਵੋ, ਪਰਮੇਸ਼ਵਰ ਨਾਲ ਸੰਗਤੀ ਰੱਖੋ, ਪਰਮੇਸ਼ਵਰ ਨਾਲ ਮਿਲਾਪ ਰੱਖੋ, ਹਜ਼ੂਰੀ ਆਪਣੀ ਜ਼ਿੰਦਗੀ 'ਚ ਰੱਖੋ, ਸੰਗਤੀ ਰੱਖੋ ਆਪਣੀ ਜ਼ਿੰਦਗੀ 'ਚੋਂ, ਕਿ ਸ਼ੈਤਾਨ ਤੁਹਾਡੀ ਲਾਈਫ ਦੇ ਵਿੱਚੋਂ ਕੁਝ ਚੁਰਾ ਨਾ ਸਕੇ। ਹਾਲੇਲੂਇਆ, ਹਾਲੇਲੂਇਆ, ਹਾਂ ਖੁਦਾ ਨੇ ਬੋਲੋ ਹਾਲੇਲੂਇਆ, 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 ਹਾਲੇਲੂਇਆ। ਜਦੋਂ ਹਜ਼ੂਰੀ ਅੱਡ ਹੋ ਜਾਂਦੀ ਆ ਸਾਡੀ ਜ਼ਿੰਦਗੀ ਚੋਂ, ਕੀ ਆ ਜਾਂਦੀ ਆ ਲਾਈਫ ਦੇ ਵਿੱਚ? ਮੌਤ ਆ ਜਾਂਦੀ ਆ। ਕੀ ਆ ਜਾਂਦੀ ਆ? ਮੌਤ। ਜਦੋਂ ਸੰਦੂਕ ਲੁੱਟਿਆ ਗਿਆ, ਪਰਮੇਸ਼ਵਰ ਦੀ ਹਜ਼ੂਰੀ ਚਲੀ ਗਈ, ਤਾਂ ਜਾਜਕ ਮਰ ਗਿਆ, ਏਲੀ ਕੀ ਮਰ ਗਿਆ? ਮਰ ਗਿਆ। ਏਲੀ ਜਾਜਕ ਮਰ ਗਿਆ, ਮਰ ਗਿਆ, ਧੌਣ ਭਰ ਡਿੱਗਾ ਤੇ ਮਰ ਗਿਆ, ਉਹਦੇ ਦੋਨੇ ਬੇਟੇ ਵੀ ਮਰ ਗਏ, ਉਹਦੇ ਦੋਨੇ ਬੇਟੇ ਮਰ ਗਏ। ਸ਼ਹਿਰ ਨੂੰ ਕੀ ਕਰ ਲਿਆ ਵਾ? ਲੁੱਟ ਲਿਆ ਸ਼ਹਿਰ ਨੂੰ। ਕੀ ਕਰ ਲਿਆ? ਲੁੱਟ ਲਿਆ, ਲੁੱਟ ਲਿਆ। ਜਦੋਂ ਤੁਹਾਡੀ ਜ਼ਿੰਦਗੀ 'ਚ ਸੰਗਤੀ ਨਹੀਂ ਆ, ਪਰਮੇਸ਼ਵਰ ਦੀ ਹਜ਼ੂਰੀ ਨਹੀਂ ਆ, ਸ਼ੈਤਾਨ ਨੇ ਤੁਹਾਡੀਆਂ ਜ਼ਿੰਦਗੀਆਂ 'ਚ ਮੌਤ ਲੈ ਆਉਣੀ ਆ, ਆਤਮਕ ਮੌਤ, ਸਪਿਰਚੁਅਲ ਤਰੀਕੇ ਨਾਲ ਮਰ ਜਾਓਗੇ,
ਤੇ ਧਨ ਦੌਲਤਾਂ ਬਰਕਤਾਂ ਵੀ ਤੁਹਾਡੀ ਜ਼ਿੰਦਗੀ ਚੋਂ ਲੈ ਕੇ ਚਲ ਜਾਣੀਆਂ। ਫਿਰ ਕਹਿਣਾ ਮੈਨੂੰ ਯਿਸੂ ਮਸੀਹ ਨੇ ਦਿੱਤਾ ਹੀ ਕੁਛ ਨਹੀਂ, ਮੈਨੂੰ ਮਿਲਿਆ ਹੀ ਕੁਛ ਨਹੀਂ, ਮੇਰਾ ਸਭ ਕੁਛ ਹੀ ਬਰਬਾਦ ਹੋ ਗਿਆ। ਹਾਲੇਲੂਇਆ ਹਾਲੇਲੂਇਆ, ਕੁਛ ਵੀ ਬਰਬਾਦ ਨਹੀਂ ਹੋਇਆ ਤੇਰੀ ਆਪਣੀ ਗਲਤੀ ਦੇ ਨਾਲ, ਕਿਉਂਕਿ ਤੂੰ ਯਿਸੂ ਮਸੀਹ ਨੂੰ ਆਪਣੇ ਮਕਸਦ ਲਈ ਇਸਤੇਮਾਲ ਕਰਦੇ ਸੀਗੇ। ਪਰ ਜਿੱਦਣ ਤੁਸੀਂ ਇਹ ਕਹੋਗੇ ਪ੍ਰਭੂ ਜੀ ਮੈਂ ਤੈਨੂੰ ਆਪਣੇ ਮਕਸਦ ਲਈ ਨਹੀਂ, ਤੂੰ ਮੈਨੂੰ ਇਸਤੇਮਾਲ ਕਰ ਆਪਣੇ ਮਕਸਦ ਲਈ, ਆਪਣੇ ਕੰਮਾਂ ਲਈ ਇਸਤੇਮਾਲ ਕਰ, ਯਿਸੂ ਮਸੀਹ ਆਪਣੀ ਮਹਿਮਾ ਲਈ ਇਸਤੇਮਾਲ ਕਰ, ਬਦਲ ਜਾਓਗੇ, ਤੁਹਾਡੀ ਜ਼ਿੰਦਗੀ ਬਦਲੀ ਜਾਊਗੀ, ਤੁਹਾਡੇ ਪਰਿਵਾਰ ਬਦਲੇ ਜਾਣਗੇ, ਤੁਹਾਡਾ ਘਰਾਣਾ ਬਦਲਿਆ ਜਾਊਗਾ, ਤੁਹਾਡੀ ਆਤਮਿਕ ਲਾਈਫ ਬਦਲੀ ਜਾਊਗੀ, ਤੁਹਾਡੇ ਹਾਲਾਤ ਬਦਲੇ ਜਾਣਗੇ। ਯਿਸੂ ਮਸੀਹ ਦੇ ਨਾਮ ਫਿਰ ਦੇਖੋ ਸੰਗਤੀ ਗਈ ਬਰਬਾਦੀ ਜ਼ਿੰਦਗੀ ਚ ਆ ਗਈ। ਕੀ ਆ ਗਈ ਜ਼ਿੰਦਗੀ ਚ? ਬਰਬਾਦੀ। ਜਦ ਤੱਕ ਸਾਡੀ ਜ਼ਿੰਦਗੀ ਚ ਪਰਮੇਸ਼ਵਰ ਦੀ ਸੰਗਤੀ ਨਹੀਂ ਆ ਤਾਂ ਸਾਡੀ ਜ਼ਿੰਦਗੀ ਵਿੱਚ ਕੀ ਰਹਿਣੀ ਆ? ਬਰਬਾਦੀ। ਕੀ ਰਹਿਣੀ ਸਾਡੀ ਜ਼ਿੰਦਗੀ ਚ? ਬਰਬਾਦੀ ਰਹਿਣੀ ਆ। ਤੇ ਜਦੋਂ ਸਾਡੀ ਸੰਗਤ ਪਰਮੇਸ਼ਵਰ ਨਾਲ ਹੋ ਜਾਊਗੀ ਤਾਂ ਸਾਡੀ ਜ਼ਿੰਦਗੀ ਚੋਂ ਬਰਬਾਦੀ ਖਤਮ ਹੋ ਜਾਊਗੀ। ਯਿਸੂ ਦੇ ਸਮਰਥੀ ਨਾਮ ਮੈਂ ਆਮੇਨ। ਯਿਸੂ ਦੇ ਸਮਰਥੀ ਨਾਮ ਮੈਂ ਆਮੇਨ। ਪਰਮੇਸ਼ਵਰ ਦੀ ਤੁਸੀਂ ਸੰਗਤੀ ਨੂੰ ਹਲੇ ਤੱਕ ਸਮਝੇ ਨਹੀਂ ਆ, ਪਰਮੇਸ਼ਵਰ ਨਾਲ ਫੈਲੋਸ਼ਿਪ ਨੂੰ ਤੁਸੀਂ ਹਲੇ ਤੱਕ ਸਮਝੇ ਨਹੀਂ ਆ ਵੀ ਫੈਲੋਸ਼ਿਪ ਹੈ ਕੀ ਆ, ਪਰਮੇਸ਼ਵਰ ਨਾਲ ਕਰਨ ਦੀ ਸਮਰੱਥ ਕੀ ਆ। ਸੁਣੋ, ਜਦੋਂ ਸੰਦੂਕ ਲੈ ਗਏ ਲਿਜਾ ਕੇ ਉਹਨਾਂ ਨੇ ਮੰਦਰ ਦੇ ਵਿੱਚ ਰੱਖ ਦਿੱਤਾ, ਭਵਨ ਦੇ ਵਿੱਚ ਰੱਖਿਆ, ਇੱਕ ਦੇਵਤੇ ਦੀ ਮੂਰਤ ਦੇ ਮੂਹਰੇ, ਇੱਕ ਵੱਡੀ ਸਾਰੀ ਮੂਰਤ ਦੇ ਮੂਹਰੇ ਜਦੋਂ ਪਰਮੇਸ਼ਵਰ ਦਾ ਸੰਦੂਕ ਰੱਖਿਆ, ਸੰਦੂਕ ਰੱਖਣ ਤੋਂ ਬਾਅਦ ਉਹ ਕੀ ਹੋਇਆ? ਜਦੋਂ ਸਵੇਰ ਨੂੰ ਆਏ ਪੁਜਾਰੀ, ਸਵੇਰ ਨੂੰ ਆਏ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਹੈਕਲ ਦਾ, ਅਤੇ ਜਿਹੜੀ ਮੂਰਤੀ ਸੀਗੀ ਦਗਾਉਣ ਦੀ, ਦਗਾਉਣ ਦੀ ਮੂਰਤੀ ਸੀਗੀ, ਉਹ ਮੂੰਹ ਭਰਨੇ ਸੰਦੂਕ ਦੇ ਮੂਹਰੇ ਡਿੱਗੀ ਹੋਈ ਸੀਗੀ, ਮੂੰਹ ਭਰਨੇ ਪਰਮੇਸ਼ਵਰ ਦੇ ਮੂਹਰੇ ਡਿੱਗੀ ਹੋਈ ਸੀਗੀ। ਹਾਲੇਲੂਇਆ ਹਾਲੇਲੂਇਆ। ਜਦੋਂ ਤੁਹਾਡੇ ਨਾਲ ਸੰਗਤੀ ਹੋ ਜਾਊਗੀ ਪਰਮੇਸ਼ਵਰ ਦੀ, ਤੇ ਸ਼ੈਤਾਨ ਤੁਹਾਡੇ ਕਦਮਾਂ 'ਚ ਡਿੱਗੂਗਾ, ਤੁਹਾਡੇ ਪੈਰਾਂ 'ਚ ਡਿੱਗੂਗਾ, ਬਿਮਾਰੀ ਤੁਹਾਡੇ ਪੈਰਾਂ 'ਚ ਡਿੱਗੂਗੀ, ਹਾਲੇਲੂਇਆ ਡਿੱਗੂਗੀ। ਪਰਮੇਸ਼ਵਰ ਦੀ ਸੰਗਤੀ ਨਾਲ ਸਾਡੀ ਜ਼ਿੰਦਗੀ 'ਚ ਬੈਨੀਫਿਟ ਕੀ ਆ? ਸੰਦੂਕ ਹੀ ਗਿਆ ਇਕੱਲਾ,
ਤਾਂ ਮੂਰਤੀ ਕੀ ਹੋ ਗਈ ਉਹਦੇ ਮੂਹਰੇ? ਡਿੱਗ ਪਈ। ਡਿੱਗ ਪਈ ਉਹਦੇ ਮੂਹਰੇ ਕੀ ਹੋ ਗਈ ਮੂਰਤੀ? ਡਿੱਗ ਪਈ। ਉਹ ਜਦੋਂ ਸੰਗਤੀ ਤੁਹਾਡੇ ਨਾਲ ਹੋਊਗੀ, ਤੁਹਾਡੇ ਅੰਦਰ ਪਰਮੇਸ਼ਰ ਦੀ ਸੰਗਤ ਹੋਊਗੀ, ਫਿਰ ਜਿੱਥੇ ਤੁਸੀਂ ਜਾ ਕੇ ਖੜੇ ਹੋ ਜਾਓਗੇ, ਸ਼ੈਤਾਨ ਤੁਹਾਡੇ ਕਦਮਾਂ 'ਚ ਡਿੱਗੂਗਾ ਯਿਸੂ ਦਾ ਸਮਰਥੀ ਨਾਮ ਹੈ। ਆਮੇਨ। ਬਿਮਾਰੀ ਜਿਹੜੀ ਵੱਡੀ ਹੈ ਤੁਹਾਡੇ ਕਦਮਾਂ 'ਚ ਡਿੱਗੂਗੀ ਯਿਸੂ ਦਾ ਸਮਰਥੀ ਨਾਮ ਹੈ। ਆਮੇਨ। ਕਰਜ਼ੇ ਦੀਆਂ ਲਾਂਤਾਂ ਤੁਹਾਡੇ ਕਦਮਾਂ 'ਚ ਡਿੱਗਣਗੀਆਂ ਯਿਸੂ ਦਾ ਸਮਰਥੀ ਨਾਮ ਹੈ। ਆਮੇਨ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਦੇ ਨਾਲ ਸੰਗਤੀ ਜਦੋਂ ਤੁਹਾਡੀ ਹੋਊਗੀ, ਫਿਰ ਖੜ ਜਾਓ। ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਵੱਡੇ ਵੱਡੇ ਜਾਦੂ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਕਦਮਾਂ 'ਚ ਆ ਕੇ ਡਿੱਗਣਗੇ ਯਿਸੂ ਦੇ ਸਮਰਥੀ ਨਾਮ ਹੈ। ਆਮੇਨ। ਹਾਲੇਲੂਇਆ। ਹਾਲੇਲੂਇਆ। ਅੱਜ ਸੰਗਤ ਕਰਨੀ ਔਖੀ ਆ, ਅੱਜ ਸੰਗਤ ਕਰਨੀ ਔਖੀ ਔਖੀ ਆ। ਪਰਮੇਸ਼ਵਰ ਨਾਲ ਸੰਗਤ ਕਰਨੀ ਔਖੀ ਆ। ਟਾਈਮ ਸਪੈਂਡ ਕਰਨਾ ਪਰਮੇਸ਼ਵਰ ਨਾਲ ਔਖਾ, ਆਪਣੀ ਜ਼ਿੰਦਗੀ ਨੂੰ ਬਦਲਣਾ ਔਖਾ ਲੱਗਦਾ, ਪਰ ਜਿੱਦਣ ਬਦਲ ਜਾਓਗੇ, ਦੁਨੀਆ ਤੁਹਾਡੇ ਕਦਮਾਂ 'ਚ ਡਿੱਗੂਗੀ ਯਿਸੂ ਦੇ ਸਮਰਥੀ ਨਾਮ ਹੈ। ਆਮੇਨ। ਹਾਲੇਲੂਇਆ। 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 ਜੇ ਸਾਡੀ ਜ਼ਿੰਦਗੀ 'ਚ ਸੰਗਤ ਨਹੀਂ ਆ ਪਰਮੇਸ਼ਵਰ ਦੀ, ਤਾਂ ਮਸੀਹ ਅੱਕਿਆ ਰਹੂਗਾ। ਕੀ ਰਹੂਗਾ? ਮਸੀਹ ਅੱਕਿਆ ਹੋਇਆ ਰਹੂਗਾ, ਗੁੱਸੇ 'ਚ ਰਹੂਗਾ, ਕੜਪਿਆ ਹੋਇਆ ਰਹੂਗਾ। ਉਹਦੀ ਜ਼ਿੰਦਗੀ ਦਾ ਸੁਭਾਅ ਨਹੀਂ, ਉਹਦੇ ਬੋਲਣ ਦੇ ਵਿੱਚ ਮਿਠਾਸ ਨਹੀਂ ਹੋਊਗੀ, ਉਹਦੇ ਦੇਖਣ 'ਚ ਮਿਠਾਸ ਨਹੀਂ ਹੋਊਗੀ, ਉਹਦੇ ਸੁਣਨ ਦੇ ਵਿੱਚ ਵੀ ਬਹੁਤਾ ਧੀਰਜ ਨਹੀਂ ਹੋਊਗਾ, ਗੁੱਸੇ ਵਿੱਚ ਵੀ ਉਹ ਧੀਰਜ ਨਹੀਂ ਹੋ ਕਰੂਗਾ, ਕਿਉਂਕਿ ਉਹਦੀ ਜ਼ਿੰਦਗੀ 'ਚ ਅਕਾਉਣ ਵਾਲਾ ਆਤਮਾ ਆ ਗਿਆ। ਜਦੋਂ ਪਰਮੇਸ਼ਵਰ ਦੀ ਸੰਗਤੀ ਸ਼ੌਲ ਤੋਂ ਅੱਡ ਹੋਈ, ਤਾਂ ਸ਼ੌਲ ਦੇ ਉੱਤੇ ਅਕਾਉਣ ਵਾਲਾ ਆਤਮਾ, ਬੋਲੋ ਜੀਵਾਈ ਨਾ, ਦੁਸ਼ਟ ਆਤਮਾ, ਦੁਸ਼ਟ ਆਤਮਾ ਆ ਗਿਆ, ਜਿਹੜਾ ਕੀ ਕਰਦਾ ਸੀਗਾ, ਉਹਨੂੰ ਅਕਾਉਂਦਾ ਸੀਗਾ, ਹਰ ਵੇਲੇ ਗੁੱਸੇ 'ਚ ਰਹਿੰਦਾ ਸੀਗਾ, ਹਰ ਵੇਲੇ ਪਰਮੇਸ਼ਵਰ ਦੇ ਲੋਕਾਂ ਦੇ ਖਿਲਾਫ ਰਹਿੰਦਾ ਸੀ, ਦਾਊਦ ਨਹੀਂ ਮਾਰਨ ਦੀ ਕੋਸ਼ਿਸ਼ ਕਰਦਾ ਸੀ, ਪਰ ਜਦੋਂ ਦਾਊਦ ਮਹਿਮਾ ਕਰਦਾ ਸੀ, ਵਰਸ਼ਿਪ ਕਰਦਾ ਸੀ, ਪਰਮੇਸ਼ਵਰ ਦੀ ਸੰਗਤੀ ਉਤਰਦੀ ਸੀਗੀ, ਉਹਦੀ ਆਤਮਾ ਉਤਰਦੀ ਸੀਗੀ, ਉਸ ਟਾਈਮ ਉਹ ਜਿਹੜਾ ਅਕਾਉਣ ਵਾਲਾ ਆਤਮਾ ਕੀ ਹੋ ਜਾਂਦਾ ਸੀਗਾ, ਛੱਡ ਤੇ ਹੋ ਜਾਂਦਾ ਸੀ, ਛੱਡ ਕੇ ਚਲਾ ਜਾਂਦਾ ਸੀ। ਅੱਜ ਮਸੀਹੀ ਆ ਜਿਹਨਾਂ ਦੀ ਸੰਗਤ ਪਰਮੇਸ਼ਵਰ ਨਾਲ ਨਹੀਂ ਆ, ਅੱਕੇ ਹੋਏ ਰਹਿੰਦੇ ਆ, ਗਾਲਾਂ ਕੱਢਦੇ ਆ, ਕੜਪੇ ਹੋਏ ਰਹਿੰਦੇ ਆ, ਗੁੱਸੇ ਨਾਲ ਭਰੇ ਹੋਏ ਰਹਿੰਦੇ ਆ, ਉਹਨਾਂ ਦੇ ਦਿਲ ਦੇ ਵਿੱਚ ਸ਼ਾਂਤੀ ਨਹੀਂ ਆ, ਤੇ ਉਹਨਾਂ ਨੂੰ ਅੱਜ ਪਰਮੇਸ਼ਵਰ ਦੀ ਸੰਗਤ ਦੀ ਜ਼ਰੂਰਤ ਆ, ਅੱਜ ਉਹਨਾਂ ਨੂੰ ਪਰਮੇਸ਼ਵਰ ਦੀ ਹਜ਼ੂਰੀ ਦੀ ਜ਼ਰੂਰਤ ਆ, ਅੱਜ ਉਹਨਾਂ ਨੂੰ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੀ ਜ਼ਰੂਰਤ ਆ। ਜਦੋਂ ਸੰਗਤ ਪਰਮੇਸ਼ਵਰ ਨਾਲ ਕਰੂਗੇ, ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਆ ਜਾਊਗੀ ਯਿਸੂ ਦੇ ਸਮਰਥੀ ਨਾਮ ਵਿੱਚ। ਆਮੇਨ। ਤਾਰੀਫ ਕਰੋ ਯਿਸੂ ਮਸੀਹ ਲਈ। ਓ ਜੀਸਸ, 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 ਥੈਂਕ ਯੂ ਲਾਰਡ ਜੀਸਸ, ਥੈਂਕ ਯੂ ਲਾਰਡ ਜੀਸਸ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ ਯਿਸੂ, ਧੰਨਵਾਦ ਹੋ ਤੇਰੀ ਸਾਮਰਥ ਤੇਰੇ ਖਿਲਾਫ ਦੀ ਗਲੋਰੀ ਸੀ ਤੇਰੀ ਅਨੋਇੰਟਿੰਗ ਸ਼ੂਏ ਖਿਲਾਫ। ਹਾਲੇਲੂਇਆ, ਹਾਲੇਲੂਇਆ। ਜਦੋਂ ਸੰਗਤ ਕਰਦੇ ਆ, ਸਾਡੀ ਜ਼ਿੰਦਗੀ ਦੇ ਵਿੱਚੋਂ ਅਕਾਉਣ ਵਾਲੇ ਦੁਸ਼ਟ ਆਤਮਾ ਛੱਡ ਕੇ ਚਲੇ ਜਾਣਗੇ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ। ਗੁੱਸੇ ਵਾਲਾ ਆਤਮਾ ਛੱਡ ਕੇ ਚਲਾ ਜਾਊਗਾ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ। ਗਾਲਾਂ ਕੱਢਣ ਵਾਲਾ, ਸ਼ਰਾਬ ਪੀਣ ਵਾਲਾ, ਨਸ਼ੇ ਕਰਨ ਵਾਲਾ, ਹਰੇਕ ਬੁਰੀ ਆਦਤ ਤੁਹਾਨੂੰ ਛੱਡ ਕੇ ਜਾਵੇਗੀ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ। ਜਦੋਂ ਕੀ ਕਰੂੰਗੇ ਪਰਮੇਸ਼ਵਰ ਨਾਲ? ਸੰਗਤ। ਕੀ ਕਰੂੰਗੇ ਪਰਮੇਸ਼ਵਰ ਨਾਲ? ਕੀ ਕਰੂੰਗੇ ਪਰਮੇਸ਼ਵਰ ਨਾਲ? ਸੰਗਤ ਕਰੂੰਗੇ। ਜਦ ਤੱਕ ਤੁਹਾਡੀ ਸੰਗਤ ਪਰਮੇਸ਼ਵਰ ਦੇ ਨਾਲ ਨਹੀਂ ਆ, ਸ਼ੈਤਾਨ ਨੇ ਤੰਗ ਕਰਨਾ ਹੀ ਕਰਨਾ। ਘਰ ਦੇ ਵਿੱਚ ਬੇਰੁਜ਼ਗਾਰੀ ਆਉਣੀ ਆ, ਗਰੀਬੀ ਵੀ ਆਉਣੀ ਆ, ਮੌਤ ਵੀ ਆਉਣੀ ਆ, ਪਰੇਸ਼ਾਨੀਆਂ ਵੀ ਆਉਣੀਆਂ, ਕਿਉਂਕਿ ਤੁਹਾਡੀ ਸੰਗਤੀ ਪਰਮੇਸ਼ਵਰ ਦੇ ਨਾਲ ਨਹੀਂ ਆ। ਜਦੋਂ ਤੁਹਾਡੀ ਸੰਗਤੀ ਪਰਮੇਸ਼ਵਰ ਦੇ ਨਾਲ ਹੋਊਗੀ, ਸੰਗਤੀ ਯਿਸੂ ਮਸੀਹ ਦੇ ਨਾਲ ਹੋਊਗੀ, ਤੁਹਾਡੇ ਹਾਲਾਤ ਬਦਲਣਗੇ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ। ਉੱਚੀ ਆਵਾਜ਼ ਨਾਲ ਬੋਲ ਦਿਓ ਆਮੇਨ। ਹਾਲੇਲੂਇਆ, ਹਾਲੇਲੂਇਆ। ਸੰਦੂਕ ਜਦੋਂ ਉਸ ਮੰਦਿਰ ਦੇ ਵਿੱਚ ਗਿਆ, ਭਵਨ ਦੇ ਵਿੱਚ ਗਿਆ,
ਤਾਂ ਦੀ ਮੂਰਤੀ ਕੀ ਹੋ ਗਈ ਆ ਮੂੰਹ ਭਰਨੇ ਡਿੱਗ ਪਈ। ਦੂਜੇ ਦਿਨ ਫੇਰ ਖੜੀ ਕੀਤੀ ਹੈ ਤੇ ਦੂਜੇ ਦਿਨ ਉਹਦੀ ਮੂਰਤੀ ਦਾ ਸਿਰ ਧੜ ਨਾਲੋਂ ਕੀ ਹੋ ਗਿਆ, ਅੱਡ ਹੋ ਗਿਆ। ਪਰਮੇਸ਼ਵਰ ਦੀ ਸੰਗਤੀ ਜਦੋਂ ਤੁਹਾਡੀ ਜ਼ਿੰਦਗੀ 'ਚ ਆਊਗੀ, ਸ਼ੈਤਾਨ ਨੂੰ ਉਹ ਮਾਰੂਗਾ ਨਹੀਂ, ਉਹਦਾ ਧੜ ਸਿਰ ਤੇ ਅੱਡ ਕਰਕੇ ਰੱਖ ਦੂਗਾ ਵੀ ਦੁਬਾਰਾ ਜੁੜ ਨਾ ਸਕੇ, ਖੜਾ ਨਾ ਹੋ ਸਕੇ। ਏਦਾਂ ਦੀ ਸੰਗਤ ਹੈ ਪਰਮੇਸ਼ਵਰ ਦੀ, ਏਦਾਂ ਦੀ ਸੰਗਤੀ ਹੈ ਪਰਮੇਸ਼ਵਰ ਦੀ ਵੀ ਸ਼ੈਤਾਨ ਤੁਹਾਡੇ ਮੋਹਰੇ ਖੜ ਨਹੀਂ ਸਕਦਾ, ਬਿਮਾਰੀ ਤੁਹਾਡੇ ਮੋਹਰੇ ਖੜ ਨਹੀਂ ਸਕਦੀ। ਅੱਜ ਤੋਂ ਸੰਗਤ ਕਰੋ ਪਰਮੇਸ਼ਵਰ ਦੇ ਨਾਲ, ਕਿਉਂਕਿ ਯਿਸੂ ਮਸੀਹ ਨੇ ਤੁਹਾਨੂੰ ਸੱਦਿਆ ਹੀ ਇਸੇ ਲਈ ਆ। ਕਾਹਦੇ ਵਾਸਤੇ ਸੱਦਿਆ? ਪੜ੍ਹ ਦਿਓ ਫਿਰ ਉਹੀ ਐਤ ਦੁਬਾਰਾ, ਉਸੇ ਐਤ ਆਓ। ਪਹਿਲਾ ਗ੍ਰੰਥੀਆ ਪਹਿਲਾ ਭਾਗ 9 ਐਤ, ਪਰਮੇਸ਼ਵਰ ਵਫਾਦਾਰ ਹੈ ਜਿਹਦੇ ਰਾਹੀਂ ਤੁਸੀਂ ਉਹਦੇ ਪੁੱਤਰ ਯਿਸੂ ਮਸੀਹ ਸਾਡੇ ਪ੍ਰਭੂ ਦੀ ਸੰਗਤ ਲਈ ਸੱਦੇ ਗਏ ਹੋ। ਕਾਹਦੇ ਵਾਸਤੇ ਸੱਦੇ ਗਏ ਹੋ? ਪ੍ਰਭੂ ਦੀ ਸੰਗਤ ਲਈ। ਕਾਹਦੇ ਵਾਸਤੇ? ਜਦੋਂ ਸੰਗਤ ਕਰੂੰਗੇ ਯਿਸੂ ਮਸੀਹ ਨੇ ਤੁਹਾਡੀ ਜ਼ਿੰਦਗੀਆਂ ਵਿੱਚੋਂ ਵੱਡੀਆਂ ਵੱਡੀਆਂ ਮੁਸੀਬਤਾਂ ਤੁਹਾਡੇ ਕਦਮਾਂ ਦੇ ਵਿੱਚ ਲੈ ਆਉਣੀਆਂ, ਡਿੱਗਣਗੀਆਂ। ਕੀ ਹੋ ਜਾਣਗੀਆਂ? ਡਿੱਗਣਗੀਆਂ ਮੁਸੀਬਤਾਂ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਡਿੱਗਣਗੀਆਂ। ਤੇ ਜਦੋਂ ਸੰਗਤੀ ਤੋਂ ਬਾਹਰ ਹੋ ਜਾਓਗੇ ਤੇ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਆਉਣੀ ਆ? ਮੌਤ। ਕੀ ਆਉਣੀ ਆ? ਮੌਤ। ਫਿਰ ਲੁੱਟੇ ਜਾਓਗੇ ਸ਼ੈਤਾਨ ਦੇ ਕੋਲੋਂ, ਲੁੱਟੇ ਜਾਓਗੇ। ਫਿਰ ਜਦੋਂ ਸੰਗਤ ਅੱਡ ਹੋ ਜਾਂਦੀ ਹੈ, ਸ਼ੌਲ ਦੇ ਉੱਤੇ ਅਕਾਉਣ ਵਾਲਾ ਆਤਮਾ ਆ ਗਿਆ। ਸ਼ੌਲ ਦੇ ਉੱਤੇ ਕੀ ਆ ਗਿਆ? ਅਕਾਉਣ ਵਾਲਾ ਆਤਮਾ। ਤਾਂ ਹਰ ਵੇਲੇ ਫਿਰ ਗੁੱਸੇ 'ਚ ਰਹੂਗਾ ਮਸੀਹ, ਕਾਹਦੇ ਵਿੱਚ ਰਹੂਗਾ? ਚੱਲ ਜਾ ਮੇਰੇ ਤੋਂ, ਮੈਨੂੰ ਗੁੱਸਾ ਬੜਾ ਹੁੰਦਾ ਹੀ। ਉਹ ਇਹ ਅਕਾਉਣ ਵਾਲਾ ਆਤਮਾ ਆ ਚੁੱਕਾ ਹੁਣ। ਕਈ ਦੁਆ ਕਰਦੇ ਕਰਦੇ ਨੂੰ ਗੁੱਸਾ ਆ ਜਾਂਦਾ, ਦੁਆ ਕਰਦੇ ਕਰਦੇ ਨੂੰ ਕੀ ਆ ਜਾਂਦਾ? ਹੁਣ ਤੁਸੀਂ ਦੁਆ ਕਰਨ ਡਿਆ, ਨਿਆਣੇ ਨੇ ਕਿਤੇ ਉਦਾਂ ਹੀ ਸ਼ਰਾਰਤ ਕਰਤੀ ਤੇ ਉੱਥੇ ਜੁੱਤੀ ਜਾ ਕੇ ਦੁਆ ਕਰਦੇ ਕਰਦੇ ਤਾਰੀਫ ਧੰਨਵਾਦ ਹੀ ਹੈ ਸੁਣਸੀ, ਲਾਠਾਂ ਪਾ ਦਿੰਦੀਆਂ ਦਿੰਦੇ ਮੈਂ, ਚੱਲ ਦੌੜ ਜਾ ਬਾਹਰ। ਦੁਆ ਕਰਦੇ ਕਰਦੇ ਨੂੰ ਇੰਨਾ ਗੁੱਸਾ ਆ ਗਿਆ ਜੇ ਤੁਸੀਂ ਵੀ ਕਹਿੰਦੇ ਨਾ ਪਰਾਏ ਤੋਂ ਪਰੇ ਰਵਾਂ, ਇਹਦਾ ਕੀ ਪਤਾ ਕਦੇ ਛੱਡਵੀਂ ਨਾ ਚੱਪਲ ਛੱਡ ਦੇਵੇ ਇੱਧਰ ਨੂੰ। ਅੱਜ ਸਮਝੋ ਜਿਨ੍ਹਾਂ ਨੂੰ ਗੁੱਸਾ ਆ ਰਿਹਾ ਦੁਆ ਕਰਦੇ ਹੋਏ ਵੀ, ਵਚਨ ਪੜ੍ਹਦੇ ਹੋਏ ਵੀ, ਤੁਸੀਂ ਅੱਕੇ ਹੋਏ ਮਸੀਹ ਆ, ਤੁਸੀਂ ਸੰਗਤੀ ਤੋਂ ਬਾਹਰ ਆ। ਸੰਗਤੀ ਤੋਂ ਕੀ ਆ ਤੁਸੀਂ? ਬਾਹਰ ਆ। ਜੇ ਅੱਜ ਸੰਗਤੀ ਤੋਂ ਬਾਹਰ ਆ ਨਾ, ਸੰਗਤੀ ਦੇ ਵਿੱਚ ਆਓ, ਪਰਮੇਸ਼ਵਰ ਨਾਲ ਜੁੜੋ, ਪਰਮੇਸ਼ਵਰ ਦੇ ਨਾਲ ਰਿਲੇਸ਼ਨ ਬਣਾਓ, ਪਰਮੇਸ਼ਵਰ ਨਾਲ ਫੈਲੋਸ਼ਿਪ ਕਰੋ, ਤਾਂ ਤੁਹਾਡੀਆਂ ਜ਼ਿੰਦਗੀਆਂ ਬਦਲਣਗੀਆਂ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ। ਹਾਲਾਤ ਬਦਲਣਗੇ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਮਤੀ 18:20 ਦੇ ਵਿੱਚ ਤੁਸੀਂ ਕੀ ਪੜਿਆ? ਜਿੱਥੇ 2 ਜਾਂ 3 ਮੇਰੇ ਨਾਮ ਤੇ ਇਕੱਠੇ ਹੋਣਗੇ, ਮੈਂ ਵਾਅਦੇ ਮੁਤਾਬਕ ਉਹਨਾਂ ਦੇ ਵਿਚਕਾਰ ਹੋਵਾਂਗਾ। ਸਮਝ ਲੱਗ ਰਹੀ ਆ ਗੱਲ ਦੀ? ਯਿਸੂ ਮਸੀਹ ਕਹਿੰਦਾ ਤੁਸੀਂ ਇਕੱਠੇ ਤਾਂ ਹੋਵੋ, ਮੇਰੀ ਸੰਗਤ ਤਾਂ ਕਰਨ ਦੀ ਕੋਸ਼ਿਸ਼ ਕਰੋ, ਤਾਂ ਮੈਂ ਤੁਹਾਡੇ ਵਿੱਚ ਕੀ ਹੋ ਜਾਊਂਗਾ? ਬੋਲੋ ਜੀ ਵਾਈ ਨਾ, ਹਾਜ਼ਰ ਹੋ ਜਾਊਂਗਾ ਤੁਹਾਡੇ ਨਾਲ ਸੰਗਤ ਕਰਨ ਲਈ। ਯਿਸੂ ਮਸੀਹ ਖੁਦ ਸਵਰਗ ਨੂੰ ਛੱਡ ਕੇ, ਆਪਣੀ ਕੁਰਸੀ, ਆਪਣੇ ਸਿੰਘਾਸਨ ਨੂੰ ਛੱਡ ਕੇ ਤੁਹਾਡੇ ਘਰ ਵਿੱਚ ਉਤਰ ਆਊਗਾ, ਤੁਹਾਡੇ ਕੋਲ ਸੰਗਤ ਕਰਨ ਲਈ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ, ਸੰਗਤੀ ਕਰਨ ਲਈ। ਪਰਮੇਸ਼ਵਰ ਉਤਰ ਆਉਂਦਾ ਸਵਰਗ ਨੂੰ ਛੱਡ ਕੇ, ਜਦੋਂ ਬਹਿੰਦੇ ਆ ਸੰਗਤ ਕਰਨ ਲਈ, ਜਦੋਂ ਬਹਿੰਦੇ ਆ ਯਿਸੂ ਮਸੀਹ ਨਾਲ ਸੰਗਤੀ ਕਰਨ ਲਈ, ਸੰਗਤੀ ਕਰਨ ਲਈ। ਹਾਲੇਲੂਇਆ। ਜਦੋਂ ਸੰਗਤੀ ਕਰਨ ਲਈ ਬੈਠੋਗੇ,
ਵੀ ਇਹ ਸੁਨਸੀ ਜੀ ਅੱਜ ਮੈਂ ਤੇਰੇ ਨਾਲ ਕੀ ਕਰਨੀ ਆ, ਬੋਲੋ ਜੀ ਬਾਈ ਨਾ ਸੰਗਤੀ ਕਰਨੀ ਆ। ਮੰਨ ਲਓ ਤਿੰਨ ਚਾਰ ਦੋਸਤ ਬੈਠੇ ਹੋਣਾ, ਇੱਕ ਨਾਂ ਆਵੇ ਤੁਹਾਨੂੰ ਫੋਨ ਕਰ ਕਰਕੇ ਸੱਦਦੇ ਜਾਂ ਨਹੀਂ ਸੱਦਦੇ? ਸੱਦਦੇ। ਬੋਲੋ ਜੀ ਬਾਈ ਨਾ ਫੋਨ ਕਰ ਕਰਕੇ ਦੋਸਤ ਨੂੰ, ਯਾਰ ਕਿੱਥੇ ਰਹਿ ਗਿਆ, ਠੰਡੀ ਹੋਣ ਡਈ ਆ ਸ਼ਰਾਬ ਤੇਰੀ, ਆ ਜਾ ਯਾਰ ਬਰਫ਼ ਵੀ ਪਿਘਲ ਗਈ ਆ, ਆ ਜਾ ਹੁਣ ਚਾਹ ਠੰਡੀ ਹੋ ਗਈ, ਆ ਜਾ ਪੀਣੀ ਨਹੀਂ ਆ। ਫੋਨ ਕਰ ਕਰਕੇ ਸੱਦਦੇ ਆ ਤੇ ਕਦੀ ਸੰਗਤੀ ਕਰਦੇ ਆ, ਯਿਸੂ ਮਸੀਹ ਨੂੰ ਬਹਿੰਦੇ ਆ, ਬਹਿੰਦੇ ਪ੍ਰਾਰਥਨਾ ਦੇ ਵਿੱਚ ਵੀ ਤਿੰਨ ਚਾਰ ਜਣੇ ਤੋਂ ਇਕੱਠੇ ਹੋ ਕੇ ਤੁਸੀਂ ਬੈਠੋਗੇ, ਕਾਲ ਕਰੋ ਯਿਸੂ ਮਸੀਹ ਨੂੰ, ਐ ਪਰਮੇਸ਼ਰ ਮੈਂ ਤੈਨੂੰ ਪੁਕਾਰਦਾ, ਮੇਰੀ ਦੁਆ ਦਾ ਉੱਤਰ ਦੇ, ਤਾਂ ਯਿਸੂ ਮਸੀਹ ਤੁਹਾਡੀ ਕਾਲ ਸੁਣ ਕੇ ਧਰਤੀ ਤੋਂ ਤੁਹਾਡੇ ਸਾਹਮਣੇ ਆ ਕੇ ਬੈਜੂਗਾ। ਬੋਲ ਬੋਲ ਮੇਰੀ ਧੀਆ, ਬੋਲ ਤੇਰਾ ਪੁੱਤਰ, ਕੀ ਕਰਾਂ ਮੈਂ ਤੇਰੇ ਲਈ? ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਅੱਜ ਸੰਗਤੀ ਨਹੀਂ ਆ ਸਾਡੇ ਮਸੀਹਾਂ ਦੀ ਪਰਮੇਸ਼ਵਰ ਦੇ ਨਾਲ, ਜਦੋਂ ਬੈਠ ਜਾਓਗੇ ਦੋ ਜਾਂ ਤਿੰਨ, ਪ੍ਰਭੂ ਕਹਿੰਦਾ ਮੇਰੇ ਨਾਮ ਤੇ ਇਕੱਠੇ ਹੋਣਗੇ, ਮੈਂ ਵਾਅਦੇ ਦੇ ਮੁਤਾਬਕ ਵਿਚਕਾਰ ਕੀ ਹੋਵਾਂਗਾ ਉਹਨਾਂ ਦੇ, ਵਿਚਕਾਰ ਕੀ ਹੋਵਾਂਗਾ ਉਹਨਾਂ ਦੇ, ਹਾਜ਼ਰ ਹਾਜ਼ਰ ਯਿਸੂ ਦੀ ਤੁਹਾਡੇ ਵਿੱਚ ਆ ਕੇ ਬਹਿ ਜਾਊਗਾ, ਤੁਹਾਡੇ ਨਾਲ ਸੰਗਤ ਕਰਨ ਲਈ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ। ਯਿਸੂ ਮਸੀਹ ਨੇ ਕਿਸੇ ਪੱਥਰ ਦੀ ਮੂਰਤ ਵਿੱਚ ਨਹੀਂ ਆਉਣਾ, ਫੋਟੋ ਵਿੱਚ ਨਹੀਂ ਗੱਲ ਕਰਨੀ, ਯਿਸੂ ਮਸੀਹ ਨਾ ਤਾਂ ਮੂਰਤੀ ਵਿੱਚ ਆਉਂਦਾ ਨਾ ਹੀ ਫੋਟੋ ਵਿੱਚ ਆਉਂਦਾ, ਯਿਸੂ ਮਸੀਹ ਤੁਹਾਡੇ, ਮੈਨੂੰ ਆਵਾਜ਼ ਨਹੀਂ ਸੁਣੀ, ਨਾ ਤਾਂ ਯਿਸੂ ਮਸੀਹ ਮੂਰਤੀ ਵਿੱਚ ਆਉਂਦਾ ਨਾ ਹੀ ਫੋਟੋ ਵਿੱਚ ਆਉਂਦਾ, ਯਿਸੂ ਮਸੀਹ ਕਿੱਥੇ ਆਉਂਦਾ ਵਾ? ਮੈਨੂੰ ਆਵਾਜ਼ ਨਹੀਂ ਸੁਣੀ, ਅੰਦਰ ਵਿਚਕਾਰ ਆਉਂਦਾ ਯਿਸੂ ਮਸੀਹ ਕਿੱਥੇ ਆਉਂਦਾ ਸਾਡੇ ਵਿਚਕਾਰ? ਪੜ੍ਹੀ ਦਿਓ ਮੱਤੀ ਦੀ ਅੰਜੀਲ, ਤਿੰਨ ਜਣੇ ਆ ਜਾਓ, ਤੁਸੀਂ ਖੜੇ ਹੋ ਜਾਓ ਬ੍ਰਦਰ ਜੀ, ਤਿੰਨ ਜਣੇ, ਤੂੰ ਟੈਟੂ ਵਾਲੇ ਭਾਈ ਬਹਿ ਜਾ, ਸੇਠ ਸਾਹਿਬ ਆ ਜਾਓ, ਸੁਣੋ ਪੜੋ ਪਤਰਸ ਜੀ ਆਇਤ ਨੂੰ। ਫਿਰ ਮੈਂ ਤੁਹਾਨੂੰ ਆਖਦਾ ਹਾਂ, ਮੱਤੀ 18:20, ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਉੱਤੇ ਇਕੱਠੇ ਹੋਣ, ਉੱਥੇ ਮੈਂ ਉਹਨਾਂ ਦੇ ਵਿਚਕਾਰ ਹਾਂ। ਹਾਲੇਲੂਇਆ। ਕਿਹਦੇ ਨਾਮ ਉੱਤੇ ਬੋਲਦੇ ਆ ਕਰੋ ਯਾਰ? ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਸਮਝੋ ਇਸ ਚੀਜ਼ ਨੂੰ, ਯਿਸੂ ਮਸੀਹ ਨਾਲ ਸੰਗਤੀ ਵੀ ਉਹੀ ਕਰ ਸਕਦਾ ਜਿਹੜਾ ਉਹਦੇ ਨਾਮ ਦੇ ਉੱਤੇ ਕੀ ਹੋਊਗਾ। ਹੁਣ ਨਾਮ ਤੁਸੀਂ ਕੁਛ ਹੋਰ ਹੀ ਲਈ ਜਾਓ, ਤੂੰ ਤਾਂ ਯਿਸੂ ਮਸੀਹ ਨੇ ਨਹੀਂ ਆਉਣਾ, ਉੱਥੇ ਭੂਤਾਂ ਨੇ ਆਉਣਾ, ਉੱਥੇ ਕਿਹਨਾਂ ਨੇ ਆਉਣਾ? ਆ ਜਾ ਚੁੰਬੜ ਜਾ, ਫਿਰ ਉਹਨੂੰ ਚੁੰਬੜਨਾ, ਫਿਰ ਸਿਰ ਘੁੰਮਣਾ, ਫਿਰ ਗੰਦੀਆਂ ਵੱਢਣੀਆਂ ਤੁਸੀਂ। ਪਰ ਇੱਥੇ ਲਿਖਿਆ ਵੀ ਜੇ ਤੁਸੀਂ ਮੇਰੇ ਨਾਮ ਦੇ ਵਿੱਚ ਇਕੱਠੇ ਹੋਵੋਗੇ। ਕਦੀ ਯਿਸੂ ਮਸੀਹ ਦੇ ਨਾਮ ਤੇ ਇਕੱਠੇ ਹੁੰਦੇ ਆ? ਚੁਗਲੀਆਂ ਕਰਨ ਲਈ ਇਕੱਠੇ ਹੋ ਜਾਓ। ਏ ਕਿਹਦੀ ਕਰਨੀ? ਪਾਸਟਰ ਦੀ ਕਰਦੇ, ਹੋਰ ਤਾਂ ਕੋਈ ਲੱਭਿਆ ਨਹੀਂ ਅੱਜ, ਪਾਸਟਰ ਨੂੰ ਢੋਣੇ ਅੱਜ। ਉਹ ਇਕੱਠੇ ਹੋ ਜਾਓ, ਚੁਗਲੀ ਕਰਨੀ ਕਿਹਦੀ? ਉਹ ਫਲਾਨੇ ਦੀ ਨੌਂ ਦੌੜ ਗਈ ਸੀ, ਉਹਦੇ ਬਾਰੇ ਕਰਦੇ ਗੱਲਾਂ ਜੋ। ਉਹ ਕਦੀ ਯਿਸੂ ਮਸੀਹ ਦੇ ਨਾਮ ਤੇ ਇਕੱਠੇ ਹੋਏ ਆ? ਕਿਉਂ ਇਕੱਠੇ ਹੋਏ ਆ? ਅੱਜ ਆਪਾਂ ਇਕੱਠੇ ਹੋ ਕੇ ਦੁਆ ਕਰਨੀ ਆ ਵੀ ਪ੍ਰਭੂ ਤੇਰੀ ਸਮਰਥ ਉਤਰੇ ਸਾਡੇ ਵਿਚਕਾਰ, ਵੀ ਜਦੋਂ ਅਸੀਂ ਅੱਡ ਹੋਈਏ ਤੇਰੇ ਮਸੇ ਨਾਲ ਭਰ ਕੇ ਅੱਡ ਹੋਈਏ, ਜਿੱਥੇ ਜਿੱਥੇ ਜਾਈਏ ਤੇਰੇ ਨਾਂ ਦੇ ਝੰਡੇ ਲਾਉਂਦੇ ਜਾਈਏ। ਹਾਲੇਲੂਇਆ 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 ਹਾਲੇਲੂਇਆ। ਹੁਣ ਜਦੋਂ ਤਿੰਨੇ ਜਣੇ ਹੱਥ ਫੜ ਲੈਣਗੇ, ਇੱਕ ਦੱਸੋ, ਤੁਹਾਨੂੰ ਮੈਂ ਦੱਸ ਰਿਹਾ ਜੀ, ਦੋ ਜਾਂ ਤਿੰਨ, ਇਹ ਫਿਜ਼ੀਕਲ ਸਰੀਰਕ ਤੌਰ ਤੇ ਐਗਜ਼ਾਮਪਲ ਦੇ ਰਿਹਾ ਤੁਹਾਨੂੰ, ਦੋ ਜਾਂ ਤਿੰਨ ਬਣਾਓ ਘੇਰਾ, ਖੁੱਲ ਜਾਓ ਥੋੜਾ ਥੋੜਾ। ਦੋ ਜਾਂ ਤਿੰਨ ਜਦੋਂ ਇਕੱਠੇ ਹੋਣਗੇ ਕਿਹਦੇ ਨਾਮ ਦੇ ਉੱਤੇ? ਯਿਸੂ ਮਸੀਹ ਦੇ ਨਾਮ ਉੱਤੇ। ਕਿਹਦੇ ਨਾਮ ਦੇ ਉੱਤੇ? ਕਿਹਦੇ ਨਾਮ ਦੇ ਉੱਤੇ? ਲੋਕੀ ਪੁੱਛਦੇ ਨੇ ਦੁਆ ਕਿਹਦੀ ਕਰਨੀ ਆ, ਮੈਂ ਕਿਹਾ ਪਰਮੇਸ਼ਵਰ ਦੀ ਕਰਨੀ। ਪਰਮੇਸ਼ਵਰ ਕੌਣ ਆ? ਗੋਡ। ਗੋਡ ਕੌਣ ਆ? ਯਿਸੂ ਮਸੀਹ। ਯਿਸੂ ਮਸੀਹ ਕਹਿੰਦਾ ਮੈਂ ਤੇ ਪਿਤਾ, ਉਹ ਇੱਕੋ ਹੀ ਆ, ਮੈਂ ਤੇ ਪਿਤਾ ਇੱਕੋ ਹੀ ਆ। ਹਾਲੇਲੂਇਆ। ਜਦੋਂ ਤੁਸੀਂ
ਇਹ ਸਰੀਰਕ ਦਿੱਤੀ ਐਗਜ਼ਾਮਪਲ ਦੋ ਜਾਂ ਤਿੰਨ, ਹੁਣ ਤੁਹਾਨੂੰ ਮੈਂ ਦੱਸਿਆ ਤਿੰਨ ਜਣੇ ਕੌਣ ਆ, ਤੁਸੀਂ ਇਕੱਲੇ ਵੀ ਕਿੰਨੇ ਜਣੇ ਆ? ਸਰੀਰ, ਆਤਮਾ ਅਤੇ ਪ੍ਰਾਣ, ਕਿੰਨੇ ਜਣੇ ਆ? ਤੁਹਾਡਾ ਖੂਨ ਨਿਕਲ ਜਾਵੇ, ਨਾੜ ਵੱਢੀ ਜਾਵੇ ਤੇ ਬੰਦੇ ਦੀ ਕੀ ਹੋ ਜਾਂਦੀ ਆ? ਮੌਤ ਹੋ ਜਾਂਦੀ ਆ। ਸਿਰ ਵੱਢਿਆ ਜਾਵੇ ਤੇ ਕੀ ਹੋ ਜਾਂਦੀ ਬੰਦੇ ਦੀ? ਮੌਤ। ਤੇ ਰੂਹ ਨਿਕਲ ਜਾਵੇ, ਸਰੀਰ ਸਰੀਰ ਵੀ ਹੈਗਾ, ਲਹੂ ਵੀ ਹੈਗਾ, ਇਕੱਲੀ ਜਾਨ ਹੀ ਆਤਮਾ ਹੀ ਨਿਕਲ ਜਾਵੇ ਤੇ ਕੀ ਹੋ ਜਾਣੀ ਬੰਦੇ ਦੀ? ਤਿੰਨਾਂ ਦੇ ਵਿੱਚ ਕੀ ਆ? ਜਾਨ ਆ। ਤਿੰਨਾਂ ਵਿੱਚ ਕੀ ਆ? ਜਾਨ ਹੈ। ਇਸ ਲਈ ਰੂਹ ਜਿਸਮ ਜਾਨ, ਜੇ ਇੱਕ ਬੰਦਾ ਵੀ ਇਕੱਠਾ ਹੁੰਦਾ ਨਾ ਯਿਸੂ ਮਸੀਹ ਦੇ ਨਾਮ ਵਿੱਚ, ਮਤਲਬ ਕਿ ਤੁਹਾਡਾ ਆਤਮਾ ਵੀ ਤੇ ਤੁਹਾਡਾ ਲਹੂ ਵੀ ਤੇ ਤੁਹਾਡਾ ਸਰੀਰ ਵੀ, ਜੋ ਤਿੰਨੇ ਇੱਕ ਹੋ ਜਾਓਗੇ, ਇਕੱਠੇ ਹੋ ਜਾਓਗੇ, ਉਦੋਂ ਵੀ ਯਿਸੂ ਮਸੀਹ ਨੇ ਉਤਰੇ ਹੋਣਾ। ਜੇ ਦੂਸਰੀ ਗੱਲ ਸਰੀਰਕ ਤੌਰ ਤੇ, ਜੇ ਤੁਸੀਂ ਤਿੰਨ ਚਾਰ ਜਣੇ ਇਕੱਠੇ ਆ, ਤਿੰਨ ਚਾਰ ਜਣੇ ਪਰਿਵਾਰ ਦੇ ਚਾਰ ਮੈਂਬਰ, ਤਿੰਨ ਮੈਂਬਰ, ਪੰਜ ਮੈਂਬਰ, ਛੇ ਮੈਂਬਰ ਇਕੱਠੇ ਹੱਥ ਫੜ ਕੇ ਬਹਿ ਗਏ ਆ ਵੀ ਅੱਜ ਕੋਈ ਰੋਟੀ ਦੀ ਗੱਲ ਨਹੀਂ, ਕੋਈ ਗੱਡੀ ਨਹੀਂ ਮੰਗਣੀ, ਕੋਈ ਬੰਗਲਾ ਨਹੀਂ ਮੰਗਣਾ, ਕੋਈ ਬਿਜਨਸ ਨਹੀਂ ਮੰਗਣਾ, ਕੋਈ ਮੰਗਣਾ, ਪ੍ਰਭੂ ਤੇਰੀ ਸੰਗਤ ਚਾਹੀਦੀ। ਜਦੋਂ ਦੁਆ ਕਰੂੰਗੇ ਤੇ ਯਿਸੂ ਮਸੀਹ ਸੈਂਟਰ ਜਾ ਕੇ ਖੜਾ ਹੋ ਜਾਊਗਾ, ਸੈਂਟਰ ਜਾ ਕੇ ਖੜਾ ਹੋ ਜਾਊਗਾ, ਯਿਸੂ ਮਸੀਹ ਉੱਤਰ ਆਊਗਾ ਤੁਹਾਡੇ ਵਿਚਕਾਰ, ਯਿਸੂ ਮਸੀਹ ਉੱਤਰ ਆਊਗਾ ਤੁਹਾਡੇ ਵਿਚਕਾਰ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਕੌਣ ਉਤਰੇ ਆਊਗਾ ਤੁਹਾਡੇ ਵਿਚਕਾਰ? ਪ੍ਰਭੂ ਯਿਸੂ ਮਸੀਹ। ਜਦੋਂ ਯਿਸੂ ਮਸੀਹ ਤੁਹਾਡੇ ਵਿਚਕਾਰ ਉਤਰੇ ਆਊਗਾ, ਤੁਹਾਡੀਆਂ ਜ਼ਿੰਦਗੀਆਂ ਨੂੰ ਕੀ ਕਰੂਗਾ? ਉਹ ਬਲੈਸ ਕਰੂਗਾ, ਤੁਹਾਡੀ ਲਾਈਫ ਉੱਨਤੀ ਕਰੂਗੀ, ਤੁਹਾਡੀ ਜ਼ਿੰਦਗੀ ਬਲੈਸ ਹੋ ਜਾਊਗੀ, ਤੁਹਾਡੀਆਂ ਜ਼ਿੰਦਗੀਆਂ ਵਿੱਚ ਅਨੋਇੰਟਿੰਗ ਮਸਾ ਕੰਮ ਕਰੂਗਾ। ਕਿਉਂਕਿ ਸੰਗਤ ਤੁਹਾਡੀ ਕਿਹਦੇ ਨਾਲ ਹੋ ਗਈ ਆ ਹੁਣ? ਪ੍ਰਭੂ ਯਿਸੂ ਮਸੀਹ ਨਾਲ। ਕਿਹਦੇ ਨਾਲ ਹੋ ਗਈ ਆ? ਪ੍ਰਭੂ ਯਿਸੂ ਮਸੀਹ ਨਾਲ। ਤੇ ਜੇ ਤੁਹਾਡੀ ਸੰਗਤ ਹੀ ਪਰਮੇਸ਼ਵਰ ਦੇ ਨਾਲ ਨਹੀਂ ਤੇ ਤੁਸੀਂ ਕਿੱਦਾਂ ਪ੍ਰਭੂ ਦਾ ਨਾਮ ਉੱਚਾ ਕਰੋਗੇ? ਕਿੱਦਾਂ ਜਿੱਤੋਗੇ ਤੁਸੀਂ ਸ਼ੈਤਾਨ ਤੇ? ਸਮਝ ਲੱਗੀ ਵਚਨ ਦੀ ਜਾਂ ਨਹੀਂ? ਕੀ ਕਰਨੀ ਪਰਮੇਸ਼ਵਰ ਨਾਲ? ਦੋ ਜਾਂ ਤਿੰਨ ਜਿੱਥੇ ਇਕੱਠੇ ਹੋਣ ਕਿਹਦੇ ਨਾਮ ਵਿੱਚ, ਤੇ ਯਿਸੂ ਮਸੀਹ ਕੀ ਕਰਦਾ ਉਹਨਾਂ ਦੇ? ਤੁਹਾਨੂੰ ਪਰਮੇਸ਼ਵਰ ਨੇ ਕਿਉਂ ਸੱਦਿਆ? ਕੀ ਕਰਨ ਲਈ? ਸੰਗਤੀ ਕਰਨ ਲਈ। ਕਿਹਦੇ ਨਾਲ? ਪਰਮੇਸ਼ਵਰ ਦੇ ਨਾਲ। ਸਮਝ ਰਹੇ? ਸਾਰਿਆਂ ਵਚਨ ਸਮਝ ਆ ਗਿਆ ਨਾ ਇੰਨਾ ਕੁ? ਵੀ ਅੱਜ ਜੇ ਤੁਹਾਡੀ ਸੰਗਤ ਯਿਸੂ ਮਸੀਹ ਦੇ ਨਾਲ ਨਹੀਂ ਆ, ਤੁਸੀਂ ਕਦੀ ਵੀ ਜਿੱਤ ਨਹੀਂ। ਮੰਨ ਲਓ ਹੁਣ ਬੈਠੇ ਤਿੰਨੇ ਦੁਆ ਕਰਨੀ ਆ, ਹੱਥ ਫੜੇ ਹੋਏ ਆ, ਤੇ ਨਾਮ ਯਿਸੂ ਮਸੀਹ ਦਾ ਲੈਂਦੇ ਨਹੀਂ, ਗੱਲਾਂ ਹੀ ਕਰੀ ਜਾਣ, ਕੀ ਕਰੇ? ਬੋਲੋ, ਤਿੰਨੇ ਨੇ ਗੱਲਾਂ ਕਰੀ ਜਾਓ, ਬੋਲੀ ਜਾਓ, ਬੋਲੀ ਜਾਓ, ਕੁਛ ਨਾ ਕੋਈ ਬੋਲੋ, ਊੜਾ ਐੜਾ ਬੋਲੀ ਜਾਓ, ਊੜਾ ਐੜਾ ਈੜੀ ਸੱਸਾ ਹਾ ਹਾ, ਅੱਗੇ ਮੈਨੂੰ ਨਹੀਂ ਹੁੰਦਾ, ਅੱਗੇ ਆਪੇ ਗਾਈਓ। ਮੰਨ ਲਓ ਤਿੰਨੇ ਦੁਆ ਕਰਨ ਬੈਠੇ ਆ, ਪਰ ਕਰ ਕੀ ਰਹੇ ਆ ਤਿੰਨੇ ਜਣੇ ਗੱਲਾਂ? ਕਿਉਂ ਕੀ ਕਰਦੇ ਆ? ਕੀ ਕਰਦੇ ਆ? ਬੈਠੇ ਕੀ ਕਰਨ ਨੂੰ ਸੀਗੇ? ਬੈਠੇ ਕੀ ਕਰਨ ਨੂੰ ਸੀਗੇ? ਕਈ ਪਰਿਵਾਰ ਦੁਆ ਕਰਨ ਨੂੰ ਬਹਿੰਦੇ ਆ, ਦੁਆ ਕਰਨ ਜਦੋਂ ਬੈਠੇ ਨੇ, ਚਾਰੇ ਪੰਜੇ ਕੋਈ ਗੱਲ ਹੋ ਗਈ, ਚਾਰੇ ਖੜੀ ਫਿਰਦੇ ਆ, ਜੁੱਤਾਂ ਵਿੱਚ ਜੁੱਤੀ ਹੋ ਗਿਆ, ਇਹ ਕੀ ਖੇਡਦੇ? ਛਿੱਤਰ ਮਾਰ, ਛਿੱਤਰ ਮਾਰ ਖੇਡਦੇ ਆ। ਕਈ ਹੈਗੇ ਮਸੀਹ ਏਦਾਂ ਦੇ ਵੀ, ਬੈਠੇ ਦੁਆ ਕਰਨੇ ਆ ਤਾਂ ਆਪਸ 'ਚ ਕੀ ਹੋ ਗਿਆ? ਲੜ ਪਏ, ਕਿਉਂਕਿ ਤੁਸੀਂ ਨਾਮ ਨਹੀਂ ਯਿਸੂ ਮਸੀਹ ਦਾ ਲੈ ਕੇ ਬੈਠੇ। ਤੇ ਜਦੋਂ ਬੈਠੂਗੇ ਕਹਿ ਕੇ ਵੀ ਪ੍ਰਭੂ ਜੀ ਅੱਜ ਕੋਈ ਦੁਨੀਆਂ ਦੀ ਗੱਲ ਨਹੀਂ ਕਰਨੀ, ਕੋਈ ਵੀ ਗੱਲ ਨਹੀਂ ਕਰਨੀ, ਇੱਕੋ ਹੀ ਗੱਲ ਕਰਨੀ, ਤੇਰੇ ਨਾਲ ਕਰਨੀ ਆ। ਕਿਹਦੇ ਨਾਲ ਕਰਨੀ ਆ? ਕਿਹਦੇ ਨਾਲ ਕਰਨੀ ਆ? ਕਿਹਦੇ ਨਾਲ ਕਰਨੀ ਆ? ਕਿਉਂਕਿ ਸੈਮੂਅਲ ਕਹਿੰਦਾ, ਬੋਲ ਪਰਮੇਸ਼ਵਰ ਬੋਲ, ਤੇਰਾ ਬੰਦਾ ਸੁਣਦਾ ਹੈ। ਪਰਮੇਸ਼ਵਰ ਸੁਣਾਊਗਾ ਤੁਹਾਨੂੰ, ਪਰਮੇਸ਼ਵਰ ਤੁਹਾਡੇ ਗੱਲਾਂ ਦੇ ਵਿੱਚ, ਤੁਹਾਡੇ ਦਿਲ ਦੇ ਵਿੱਚ, ਦਿਮਾਗ 'ਚ ਗੱਲਾਂ ਬਾਤਾਂ ਕਰੂਗਾ, ਸੰਗਤੀ ਕਰੂਗਾ ਤੁਹਾਡੇ ਨਾਲ, ਫਿਰ ਤੁਸੀਂ ਜਿਹੜੇ ਡਾਊਨ ਆ ਅਪ ਕੀਤੇ ਜਾਓਗੇ ਯਿਸੂ ਦੇ ਸਮਰਪਿਤ ਨਾਮ ਮੇਂ। ਆਮੇਨ। ਤਾਰੀਫ ਕਰੋ ਯਿਸੂ ਮਸੀਹ ਲਈ। ਓ ਜੀਸਸ, ਜੀਸਸ, ਤੇਰੀ ਤਾ
ਤਾਰੀਫ ਹੋ, ਤੇਰੀ ਤਾਰੀਫ ਹੋ। ਹਾਲੇਲੂਇਆ ਹਾਲੇਲੂਇਆ। ਜਦੋਂ ਸੰਗਤ ਵੀ ਕਰਨੀ ਹੈ ਤਾਂ ਕਿਹਦੇ ਨਾਮ ਤੇ ਕਰਨੀ ਹੈ? ਯਿਸੂ ਮਸੀਹ ਦੇ ਨਾਮ। ਤਿੰਨ ਚਾਰ ਜਣੇ ਬਹਿ ਕੇ ਤੁਸੀਂ ਗੱਲਾਂ ਕਰੀ ਜਾਓ, ਮੀਟਿੰਗਾਂ ਕਰੀ ਜਾਓ। ਕਈ ਪਤਾ ਕੀ ਕਹਿੰਦੇ ਸੁਣੋ, ਤਿੰਨ ਚਾਰ ਜਣੇ ਜਦੋਂ ਬੈਠੇ ਹੁੰਦੇ ਨਾ, ਵਚਨ ਦੀਆਂ ਗੱਲਾਂ ਕਰੀ ਗਿਆ ਬੈਠੇ ਦੁਆ ਕਰਨ ਨੂੰ ਸੀਗੇ। ਜਦੋਂ ਦੇਖਿਆ ਘੰਟਾ ਹੋ ਗਿਆ, ਫਿਰ ਦੁਆ ਕਰ ਲੈਂਦੇ ਪਵਿੱਤਰ। ਧੰਨਵਾਦ। ਉਹ ਦੇਖੋ ਨਾਲੇ ਦੁਆ ਹੋ ਗਈ, ਨਾਲੇ ਬੈਠੇ ਬੈਠੇ ਆਪਾਂ ਕਿੰਨੀਆਂ ਪ੍ਰਭੂ ਦੀਆਂ ਗੱਲਾਂ ਕਰ ਲਈਆਂ। ਆਪਣੀ ਇਹੀ ਬੰਦਗੀ, ਆਪਣੀ ਕੀ ਹੈ ਇਹੀ? ਇਹ ਬੰਦਗੀ ਨਹੀਂ ਆ, ਬੰਦਗੀ ਨੂੰ ਵਿਗਾੜੋ ਨਾ। ਕਈ ਲੋਕ ਕਹਿੰਦੇ ਨਾ, ਜਦੋਂ ਚਾਰ ਪੰਜ ਖੜੇ ਹੋ ਜਾਣ ਗੱਲਾਂ ਪਤਾ, ਜੇ ਸੁਣਦੀ ਦੀਆਂ ਕਦੇ ਕਰਨੀਆਂ, ਜੇ ਸੁਣਦੀ ਦੀਆਂ ਗੱਲਾਂ ਕਰ ਕਰਕੇ ਮੁੜ ਕੇ ਕਹਿਣਾ ਉਹ ਆਪਣੀ। ਦੇਖੋ ਇਹੀ ਬੰਦਗੀ ਹੋ ਗਈ, ਆਪਣੀ ਕੀ ਹੋ ਗਈ ਇਹ? ਇਹ ਬੰਦਗੀ ਨਹੀਂ ਆ, ਇਹ ਡਿਸਕਸ਼ਨ ਆ। ਬੰਦਗੀ ਤੈਨੂੰ ਪਤਾ ਉਦੋਂ ਲੱਗਣਾ ਜਦੋਂ ਤੇਰਾ ਰਿਲੇਸ਼ਨ ਯਿਸੂ ਮਸੀਹ ਨਾਲ ਜੁੜਨਾ ਵਾ। ਹਾਲੇਲੂਇਆ ਹਾਲੇਲੂਇਆ। ਉਹ ਅਸਲੀ ਬੰਦਗੀ ਹਾਲੇਲੂਇਆ ਹਾਲੇਲੂਇਆ। ਵੀ ਤਿੰਨ ਚਾਰ ਜਣੇ ਬਹਿ ਕੇ ਜਦੋਂ ਗੱਲਾਂ ਬਾਤਾਂ ਕਰ ਲਈਆਂ, ਉਹਨੇ ਆਪਣੀ ਦੱਸੀ, ਉਹਨੇ ਆਪਣੀ ਦੱਸੀ, ਉਹਨੇ ਆਪਣੇ ਵਿਚਾਰ ਦੱਸੇ, ਮੈਂ ਆਪਣੇ ਦੱਸੇ, ਬਾਈਬਲ ਦੇ ਅਕੋਰਡਿੰਗ ਵਿਚਾਰ ਦੱਸਣ ਡਿਆ ਇੱਕ ਦੂਜੇ ਨੂੰ, ਤੇ ਮੁੜ ਕੇ ਕਹਿ ਦਈਏ ਉਹ ਆਪਣੀ। ਦੇਖੋ ਬੰਦਗੀ ਹੋ ਗਈ, ਕਿੰਨਾ ਵਧੀਆ ਰੱਬ ਦਾ ਨਾਮ ਹੋ ਗਿਆ। ਇਹ ਬੰਦਗੀ ਨਹੀਂ ਆ, ਇਹ ਬੰਦਗੀ ਨਹੀਂ ਆ, ਇਹਨੂੰ ਬੰਦਗੀ ਨਾ ਸਮਝੋ। ਬੰਦਗੀ ਜਦੋਂ ਤੁਸੀਂ ਪਰਮੇਸ਼ਵਰ ਦੇ ਨਾਲ ਜੁੜਦੇ ਆ, ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰਦਾ, ਇਹ ਆ ਬੰਦਗੀ, ਇਹ ਆ ਰੂਹਾਨੀ ਬੰਦਗੀ। ਪਰਮੇਸ਼ਵਰ ਦੇ ਨਾਲ ਜਦੋਂ ਗੱਲਬਾਤ ਕਰਦੇ ਆ, ਪਰਮੇਸ਼ਵਰ ਨਾਲ ਸੰਗਤੀ ਕਰਦੇ ਆ, ਪਰਮੇਸ਼ਵਰ ਨਾਲ ਜੋੜ ਦੀ ਫੈਲੋਸ਼ਿਪ ਕਰਦੇ ਆ। ਹਾਲੇਲੂਇਆ ਹਾਲੇਲੂਇਆ। ਇਹ ਆ ਬੰਦਗੀ, ਇਹ ਆ ਬੰਦਗੀ। ਜਦੋਂ ਪਰਮੇਸ਼ਵਰ ਨਾਲ ਕੀ ਕਰਦੇ ਆ ਅਸੀਂ? ਸੰਗਤ ਕਰਦੇ ਆ, ਫੈਲੋਸ਼ਿਪ ਕਰਦੇ ਆ। ਹਾਲੇਲੂਇਆ ਹਾਲੇਲੂਇਆ। ਤੇ ਜਦੋਂ ਇਕੱਠੇ ਹੋਣਾ, ਦੋ ਤੇ ਤਿੰਨ ਜਣਿਆਂ ਨੇ ਕਿਹਦੇ ਨਾਮ ਤੇ ਹੋਣਾ? ਉਦੋਂ ਗੱਲਾਂ ਕਰਨੀਆਂ, ਵਚਨ ਦੀ ਡਿਸਕਸ਼ਨ ਕਰਨੀ ਆ। ਬੋਲੋ, ਡਿਸਕਸ ਕਰਨਾ ਵਚਨ ਦੇ ਬਾਰੇ। ਉਦੋਂ ਕੀ ਕਰਨੀ ਆ? ਕੀ ਕਹਿਣਾ ਪਰਮੇਸ਼ਵਰ ਨੂੰ? ਹੁਣੇ ਮੈਂ ਦੱਸ ਕੇ ਹਟਿਆ, ਬੋਲ ਪਰਮੇਸ਼ਵਰ ਬੋਲ। ਕਦੀ ਕਿਹਾ ਜੀ ਸੁਣਦੀ ਨੂੰ, ਬੋਲ ਪਰਮੇਸ਼ਵਰ ਬੋਲ। ਅੱਜ ਮੈਂ ਸੁਣਦਾ ਨਾ, ਤੁਸੀਂ ਪਤਾ ਕਿਹਨੇ ਯੇ ਸੁਣਦੇ ਜੀ? ਤੂੰ ਕਰ ਜਾ ਚੁੱਪ, ਮੂੰਹ ਤੇ ਰੱਖ ਲਾ। ਉਹ ਅੱਜ ਮੈਨੂੰ ਹੀ ਬੋਲਣ ਦੇ, ਮੇਰਾ ਬੰਦਾ ਨਹੀਂ ਸੁਧਰੇ, ਮੇਰਾ ਮੁੰਡਾ ਨਹੀਂ ਸੁਧਰੇ, ਮੇਰੀ ਕੁੜੀ ਵਿਗੜੀ ਹੋਈ, ਮੇਰੇ ਘਰ 'ਚ ਰੋਟੀ ਨਹੀਂ, ਮੇਰੇ ਘਰ 'ਚ ਦਾਲ ਨਹੀਂ, ਮੇਰੀ ਪੱਤੀ ਮੌਕੀ, ਮਿਰਚਾਂ ਮੌਕੀ, ਲਸਣ ਹੈ ਨਹੀਂ, ਗੰਢੇ ਹੈ ਨਹੀਂ, ਬਿੱਲ ਇੱਦਾਂ ਆ ਗਿਆ, ਘਰ ਚੋਣ ਡਿਆ, ਤਰਪਾਲ ਪਾਉਣ ਵਾਲੀ ਆ, ਘਰ ਦੇ ਵਿੱਚੋਂ ਕੀੜੀਆਂ ਨਿਕਲਦੀਆਂ ਪਈਆਂ, ਉੱਥੇ ਲਕਸ਼ਮਣ ਰੇਖਾ ਮਾਰਨ ਵਾਲੀ ਆ, ਦਰਵਾਜ਼ੇ 'ਚ ਤੇਲ ਪਾ ਪਾ ਕੇ ਮੈਂ ਥੱਲੇ ਭੁੱਖ ਦੁਆਰੀ ਡੇਗੀ, ਮੇਰਾ ਚੂੜਾ ਹਿੱਲਿਆ ਹੋਇਆ। ਵਧੀਆ ਸੁਣਦੀ ਕਹਿੰਦਾ, ਮਾਈ ਕਿੱਡੀ ਕੁ ਲਿਸਟ ਆ ਤੇਰੀ, ਕਿੱਡੀ ਕੁ ਲਿਸਟ ਬਣਾਈ ਹੋਈ ਆ ਤੇਰੀ। ਕਦੀ ਇਹ ਕਹਿੰਦੇ ਹੋ ਪਰਮੇਸ਼ਵਰ ਅੱਜ ਮੈਂ ਕੁਛ ਨਹੀਂ ਬੋਲਣਾ? ਅੱਜ ਤੂੰ ਹੀ ਬੋਲ, ਤੇ ਜਦੋਂ ਯਿਸੂ ਮਸੀਹ ਬੋਲੂਗਾ ਇੱਕੋ ਗੱਲ ਕਹੂਗਾ, ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ, ਚੰਗੇ ਹੋ ਜਾਊਗਾ ਯਿਸੂ ਦੇ ਨਾਮ ਵਿੱਚ, ਆਮੇਨ, ਆਜ਼ਾਦ ਹੋ ਜਾਊਗਾ ਯਿਸੂ ਦੇ ਨਾਮ ਵਿੱਚ, ਆਮੇਨ। ਹੱਥ ਉਠਾ ਕੇ ਤਾੜੀ ਦਿਓ ਜੋਸ਼ ਦੇ ਨਾਲ, ਹਾਲੇਲੂਇਆ
ਅੱਜ ਤੋਂ ਜਦੋਂ ਤੁਸੀਂ ਯਿਸੂ ਮਸੀਹ ਦੀ ਸੰਗਤੀ ਕਰੋਗੇ ਤੁਹਾਡੇ ਪਰਿਵਾਰਾਂ 'ਚ, ਤੁਹਾਡੇ ਮੁਹੱਲੇ 'ਚ, ਤੁਹਾਡੇ ਬਿਜ਼ਨਸ 'ਚ ਜਿੱਤ ਨੂੰ ਪ੍ਰਾਪਤ ਕਰੋਗੇ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ। ਜਿਹੜੇ ਹਿੱਸੇ ਤੋਂ ਤੁਸੀਂ ਹਾਰਦੇ ਸੀਗੇ ਅੱਜ ਉਹ ਹਿੱਸੇ ਤੋਂ ਜਿੱਤ ਪ੍ਰਾਪਤ ਕਰੋਗੇ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ। ਅੱਜ ਤੁਸੀਂ ਵਿਨਰ ਆ, ਵਿਨਰ ਆ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ। ਬਿਮਾਰੀਆਂ ਤੁਹਾਡੇ ਪਰਿਵਾਰਾਂ 'ਚੋਂ, ਤੁਹਾਡੇ ਘਰਾਂ ਨੂੰ ਛੱਡ ਕੇ ਜਾ ਚੁੱਕੀਆਂ ਯਿਸੂ ਦੇ ਸਮਰਥੀ ਨਾਮ ਮੈਂ। ਆਮੇਨ। ਕਿਉਂਕਿ ਪਰਮੇਸ਼ਵਰ ਦੀ ਸੰਗਤੀ ਤੁਹਾਡੇ, ਪਰਮੇਸ਼ਵਰ ਦੀ ਸੰਗਤੀ ਤੁਹਾਡੇ ਤਾਂ ਜਿੱਥੇ ਜਿੱਥੇ ਤੂੰ ਜਾਊਂਗਾ ਤਾਂ ਪਰਮੇਸ਼ਵਰ ਦੀ ਸੰਗਤੀ ਤੇਰੇ ਤੇਰੇ ਨਾਲ ਜਾਵੇ। ਮੂਸਾ ਚੱਲਦਾ ਸੀ ਤਾਂ ਪਰਮੇਸ਼ਵਰ ਉਹਦੇ ਨਾਲ, ਮੂਸਾ ਬੋਲਦਾ ਸੀ ਪਰਮੇਸ਼ਵਰ ਉਹਦੇ ਨਾਲ ਬੋਲਦਾ ਸੀ। ਜਿੱਥੇ ਮੂਸਾ ਜਾਂਦਾ ਸੀ ਪਰਮੇਸ਼ਵਰ ਉਹਦੇ ਨਾਲ ਜਾਂਦਾ ਸੀ। ਜਿੱਥੇ ਤੁਸੀਂ ਜਾਓਗੇ ਪਰਮੇਸ਼ਵਰ ਤੁਹਾਡੇ ਨਾਲ ਜਾਵੇਗਾ। ਜਿੱਥੇ ਤੁਸੀਂ ਖੜ ਜਾਓਗੇ ਪਰਮੇਸ਼ਵਰ ਤੁਹਾਡੇ ਨਾਲ ਖੜੇਗਾ। ਜਿੱਥੇ ਤੁਸੀਂ ਬੋਲੋਗੇ ਪਰਮੇਸ਼ਵਰ ਤੁਹਾਡੇ ਨਾਲ ਹੋਵੇਗਾ। ਤੇ ਸ਼ੈਤਾਨ ਦੀ ਤਾਕਤ ਮੋਰੇ ਖੜ ਸਕਦੀ ਆ ਨਹੀਂ? ਅੱਜ ਜਿਹੜਾ ਲਾਲ ਸਮੁੰਦਰ ਹੈ ਤੁਹਾਡੇ ਮੋਰੇ, ਬਿਮਾਰੀ ਦਾ, ਕਰਜ਼ੇ ਦਾ, ਗਰੀਬੀ ਦਾ, ਅੱਜ ਦੋ ਭਾਗ ਹੋ ਜਾਊ ਯਿਸੂ ਦੇ ਸਮਰਥੀ। ਆਪਣੇ ਹੱਥਾਂ ਨੂੰ ਉਠਾਓ, ਦੁਆ ਕਰੋ ਕਿ ਖੁਦਾਵੰਦ ਅੱਜ ਤੋਂ ਮੈਨੂੰ ਤੇਰੀ ਸੰਗਤੀ ਚਾਹੀਦੀ ਆ। ਅੱਜ ਕਿਸੇ ਮਾੜੇ ਬੰਦੇ ਦੀ ਸੰਗਤ ਨਹੀਂ ਚਾਹੀਦੀ, ਮੈਨੂੰ ਸ਼ੈਤਾਨ ਦੀ ਸੰਗਤ ਨਹੀਂ ਚਾਹੀਦੀ, ਅੱਜ ਪ੍ਰਭੂ ਯਿਸੂ ਮਸੀਹ ਤੇਰੀ ਸੰਗਤੀ ਚਾਹੀਦੀ ਆ। ਅੱਜ ਤੇਰੀ ਸੰਗਤੀ, ਅੱਜ ਤੇਰੀ ਪ੍ਰੈਜੈਂਸ ਮੇਰੀ ਲਾਈਫ ਦੇ ਵਿੱਚ ਹੋਵੇ। ਜਿਹੜੇ ਆਨਲਾਈਨ ਵੀ ਮੈਨੂੰ ਦੇਖਦੇ ਆ, ਅੱਜ ਪਰਮੇਸ਼ਵਰ ਦੀ ਸੰਗਤੀ ਨੂੰ ਮੰਗੋ। ਅੱਜ ਖੁਦਾਵੰਦ ਤੁਹਾਨੂੰ ਬਲੈਸ ਕਰਨ ਜਾ ਰਿਹਾ, ਅੱਜ ਤੁਸੀਂ ਜਿੱਤਣ ਜਾ ਰਹੇ ਹੋ, ਅੱਜ ਖੁਦਾਵੰਦ ਦੀ ਪ੍ਰੈਜੈਂਸ ਤੁਹਾਡੀ ਲਾਈਫ ਦੇ ਵਿੱਚ ਆ, ਅੱਜ ਉਹਦੀ ਸੰਗਤ ਤੁਹਾਡੀ ਜ਼ਿੰਦਗੀ ਦੇ ਵਿੱਚ ਆ, ਅੱਜ ਦਾ ਮਸਾ ਤੁਹਾਡੀ ਜ਼ਿੰਦਗੀ ਦੇ ਵਿੱਚ ਆ, ਅੱਜ ਅਭਿਸ਼ੇਕ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਰਿਹਾ, ਅੱਜ ਉਹਦੀ ਸੰਗਤ ਤੁਹਾਡੀ ਜ਼ਿੰਦਗੀ 'ਚ ਉਤਰ ਰਹੀ ਆ, ਅੱਜ ਪ੍ਰੈਜੈਂਸ ਉਤਰ ਰਹੀ ਆ ਤੁਹਾਡੀ ਲਾਈਫ ਦੇ ਵਿੱਚ, ਅੱਜ ਮੌਤ ਛੱਡ ਕੇ ਜਾ ਰਹੀ ਆ, ਬਰਬਾਦੀ ਤੁਹਾਨੂੰ ਛੱਡ ਕੇ ਜਾ ਰਹੀ ਆ, ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀ ਆ, ਦੋ ਚਾਰ ਮਾਂ ਤੁਹਾਨੂੰ ਛੱਡ ਕੇ ਜਾ ਰਹੀ ਆ। ਪ੍ਰਭੂ ਯਿਸੂ ਦੇ ਸਮਰਥੀ ਨਾਮ ਮੈਂ ਪਿਤਾ ਪਰਮੇਸ਼ਵਰ ਸੇ ਮੰਗ ਲੇਤੇ ਹੈਂ। ਆਮੇਨ। ਉੱਚੀ ਆਵਾਜ਼ ਨਾ ਬੋਲੋ, ਆਮੇਨ। ਤਾਰੀਫ ਕਰੋ ਯਿਸੂ ਮਸੀਹ ਦੇ ਲਈ। ਹਾਲੇਲੂਇਆ। ਕੀ ਸੁਣਿਆ ਵਚਨ ਅੱਜ ਤੁਸੀਂ? ਪਰਮੇਸ਼ਵਰ ਨਾਲ ਸੰਗਤ ਕਰਨੀ। ਪਰਮੇਸ਼ਵਰ ਨਾਲ ਕੀ ਕਰਨੀ ਆ? ਸੰਗਤ। ਸੰਗਤ ਤੁਹਾਨੂੰ ਯਿਸੂ ਮਸੀਹ ਨੇ ਸੱਦਿਆ ਕਿਉਂ ਵਾ? ਸੰਗਤ ਲਈ। ਸੰਗਤ ਕਰਨ ਲਈ। ਕਾਦੇ ਲਈ? ਸੰਗਤ ਕਿਹਦੇ ਨਾਲ ਕਰਨੀ ਆ? ਪਰਮੇਸ਼ਵਰ ਦੇ ਨਾਲ, ਯਿਸੂ ਮਸੀਹ ਦੇ ਨਾਲ। ਕਿਹਦੇ ਨਾਲ? ਜਦੋਂ ਤੁਸੀਂ ਇਕੱਠੇ ਹੋਣਾ, ਕਿਹਦੇ ਨਾਮ 'ਚ ਇਕੱਠੇ ਹੋਣਾ? ਕੋਈ ਦੂਜਾ ਨਾਮ ਦੇ ਵਿੱਚ ਇਕੱਠੇ ਨਹੀਂ ਹੋਣਾ ਵੀ ਮੈਂ ਉਹਦੇ ਨਾਮ 'ਚ, ਇਹਦੇ ਨਾਮ 'ਚ, ਉਹਦੇ ਨਾਮ 'ਚ, ਇੱਧਰ ਦੇ ਨਾਮ 'ਚ, ਉੱਧਰਲੇ ਨਾਮ 'ਚ। ਨਹੀਂ, ਸਿਰਫ ਯਿਸੂ ਮਸੀਹ ਦੇ ਨਾਮ ਦੇ ਵਿੱਚ ਕੀ ਹੋਣਾ ਵਾ? ਇਕੱਠੇ ਹੋਣਾ, ਤਾਂ ਫਿਰ ਯਿਸੂ ਮਸੀਹ ਤੁਹਾਡੇ ਵਿਚਕਾਰ ਆਵੇਗਾ, ਉਤਰੇਗਾ ਤੁਹਾਡੇ ਵਿੱਚ। ਫਿਰ ਤੁਹਾਡਾ ਵਹਿਮ, ਤੁਹਾਡਾ ਸ਼ੱਕ, ਤੁਹਾਡੀ ਬਿਮਾਰੀ ਤੁਹਾਡੇ ਵਿੱਚੋਂ ਕੀ ਹੋ ਜਾਵੇਗੀ? ਦੂਰ ਹੋਵੇਗੀ, ਖਤਮ ਹੋਵੇਗੀ। ਕਈ ਲੋਕਾਂ ਨੂੰ ਡਰ ਰਹਿੰਦਾ, ਜੇ ਮੈਂ ਯਿਸੂ ਮਸੀਹ ਨੂੰ ਮੰਨਣ ਲੱਗ ਪਿਆ ਸ਼ਾਇਦ ਮੈਨੂੰ ਕੋਈ ਤੰਗ ਨਾ ਕਰੇ, ਸ਼ਾਇਦ ਮੈਨੂੰ ਕੋਈ ਤੰਗ ਨਾ ਕਰੇ, ਪਰੇਸ਼ਾਨ ਨਾ ਕਰੇ, ਕੋਈ ਮੈਨੂੰ ਤੰਗ ਨਾ ਕਰੇ, ਇੱਧਰਲਾ ਉੱਧਰਲਾ ਕੋਈ ਮੈਨੂੰ ਜ਼ਿੰਦਗੀ ਬਰਬਾਦ ਕਰੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਯਿਸੂ ਮਸੀਹ ਦੀਆਂ ਔਲਾਦਾਂ ਵਾਂ, ਯਿਸੂ ਮਸੀਹ ਦੇ ਧੀਆਂ ਅਤੇ ਪੁੱਤਰ ਆ। ਜੇ ਆਪਣੇ ਬਾਪ ਤੋਂ ਅਸੀਂ ਜਾਵਾਂਗੇ ਤਾਂ ਜਦੋਂ ਮੇਰਾ ਬਾਪ ਮੇਰੇ ਨਾਲ ਖੜਾ ਹੋਊਗਾ ਤਾਂ ਕੋਈ ਮੇਰੇ ਮਾਰ ਸਕਦਾ? ਬੋਲੋ, ਮੇਰਾ ਬਾਪ ਮੇਰੇ ਨਾਲ ਖੜਾ ਹੋਵੇ ਕੋਈ ਮੇਰੇ 'ਤੇ ਉਂਗਲ ਕਰ ਸਕਦਾ?
ਤੇ ਜਦੋਂ ਤੁਸੀਂ ਆਪਣੇ ਬਾਪ ਕੋਲ ਖੜੇ ਹੋਵੋਗੇ ਯਿਸੂ ਮਸੀਹ ਤੋਂ ਕੋਈ ਸ਼ੈਤਾਨ ਟੱਡਿਆ ਲੂੰਗਲ ਵੀ ਨਹੀਂ ਕਰ ਸਕਦਾ। ਹਾਲੇਲੂਇਆ 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 ਤਾਰੀਫ ਕਰੋ ਯੇ ਤਾਰੀਫ ਕਰੋ ਯੇ ਜਿਹੜੇ ਬਿਮਾਰ ਆ ਪਰਮੇਸ਼ਵਰ ਨੇ ਤੁਹਾਨੂੰ ਛੂਹਿਆ ਅੱਜ ਵਚਨ ਦੇ ਦੁਆਰਾ, ਕਿਉਂਕਿ ਬਿਮਾਰੀ ਜਿਹੜੀ ਤੁਹਾਨੂੰ ਬਹੁਤ ਵੱਡੀ ਲੱਗਦੀ ਸੀ ਅੱਜ ਉਹ ਤੁਹਾਡੇ ਕਦਮਾਂ 'ਚ ਆ ਯਿਸੂ ਦੇ ਸਮਰਥੀ ਨਾਮ ਮੈਂ ਤੁਸੀਂ ਬਿਮਾਰੀ ਨੂੰ ਹਰਾ ਦਿੱਤਾ ਵਾ ਯਿਸੂ ਦੇ ਸਮਰਥੀ ਨਾਮ ਮੈਂ ਤੁਸੀਂ ਜਿੱਤ ਚੁੱਕੇ ਹੋ ਯਿਸੂ ਦੇ ਸਮਰਥੀ ਨਾਮ ਮੈਂ ਤੁਹਾਡੀਆਂ ਰਿਪੋਰਟਾਂ ਨੋਰਮਲ ਹੈ ਯਿਸੂ ਦੇ ਸਮਰਥੀ ਨਾਮ ਮੈਂ ਤੁਹਾਡੀਆਂ ਰਸੌਲੀਆਂ ਪੱਥਰੀਆਂ ਕੈਂਸਰ ਥਾਈਰੋਇਡ ਯੂਰਿਕ ਐਸਿਡ ਦੀ ਪ੍ਰੋਬਲਮ ਫਿਨਿਸ਼ ਹੈ ਯਿਸੂ ਦੇ ਸਮਰਥੀ ਨਾਮ ਮੈਂ ਤੁਹਾਡਾ ਬੀਪੀ ਸ਼ੂਗਰ ਨੋਰਮਲ ਹੈ ਯਿਸੂ ਦੇ ਸਮਰਥੀ ਨਾਮ ਮੈਂ ਸਰਵਾਈਕਲ ਮਾਈਗ੍ਰੇਨ ਦੀ ਪ੍ਰੋਬਲਮ ਗਿਲਟੀਆਂ ਦੀ ਪ੍ਰੋਬਲਮ ਕੰਨਾਂ ਦੀ ਨੱਕ ਦੀ ਅੱਖ ਦੀ ਗਲੇ ਦੀ ਪ੍ਰੋਬਲਮ ਅੱਜ ਇਸੇ ਸਮੇਂ ਤੁਹਾਨੂੰ ਛੱਡ ਕੇ ਜਾ ਚੁੱਕੀ ਹੈ ਯਿਸੂ ਦੇ ਸਮਰਥੀ ਨਾਮ ਮੈਂ ਤੁਸੀਂ ਆਜ਼ਾਦ ਹੈ ਯਿਸੂ ਦੇ ਸਮਰਥੀ ਨਾਮ ਮੈਂ ਹਰੇਕ ਘੁਟਨਿਆਂ ਦੀ ਪ੍ਰੋਬਲਮ ਡਿਸਕ ਦੀ ਪ੍ਰੋਬਲਮ ਅੱਜ ਇਸੇ ਸਮੇਂ ਤੁਹਾਨੂੰ ਛੱਡ ਕੇ ਚਲੀ ਜਾਵੇ ਯਿਸੂ ਦੇ ਸਮਰਥੀ ਨਾਮ ਮੈਂ ਆਮੇਨ ਤੁਸੀਂ ਬਿਲਕੁਲ ਫ੍ਰੀ ਹੋ ਯਿਸੂ ਦੇ ਸਮਰਥੀ ਨਾਮ ਮੈਂ ਬਿਲਕੁਲ ਫ੍ਰੀ ਹੋ ਯਿਸੂ ਦੇ ਸਮਰਥੀ ਨਾਮ ਮੈਂ ਆਜ਼ਾਦ ਹੋ ਯਿਸੂ ਦੇ ਸਮਰਥੀ ਨਾਮ ਮੈਂ ਆਮੇਨ ਆਜ਼ਾਦ ਹੋ ਯਿਸੂ ਦੇ ਸਮਰਥੀ ਨਾਮ ਮੈਂ ਆਮੇਨ ਹਾਰਟ ਦੀ ਪ੍ਰੋਬਲਮ ਦਮੇ ਦੀ ਪ੍ਰੋਬਲਮ ਇਸੇ ਸਮੇਂ ਤੁਹਾਨੂੰ ਛੱਡ ਕੇ ਚਲੀ ਜਾਵੇ ਯਿਸੂ ਦੇ ਸਮਰਥੀ ਨਾਮ ਮੈਂ ਹਰੇਕ ਗਿਲਟੀ ਪਿਗਲ ਜਾਏ ਯਿਸੂ ਦੇ ਸਮਰਥੀ ਨਾਮ ਮੈਂ ਲੀਵਰ ਦੀ ਪ੍ਰੋਬਲਮ ਕਿਡਨੀਆਂ ਦੀ ਪ੍ਰੋਬਲਮ ਇਸੇ ਸਮੇਂ ਤੁਹਾਨੂੰ ਛੱਡ ਕੇ ਚਲੀ ਜਾਵੇ ਯਿਸੂ ਦੇ ਸਮਰਥੀ ਨਾਮ ਮੈਂ ਹਰੇਕ ਸਾਹ ਦੀ ਪ੍ਰੋਬਲਮ ਜੋ ਤੁਹਾਨੂੰ ਪਰੇਸ਼ਾਨ ਕਰ ਰਹੀ ਆ ਖਾਣੇ ਵਾਲੀ ਨਾਲੀ ਦੀ ਪ੍ਰੋਬਲਮ ਚੱਲਣ ਜਿਹੜੀ ਤੁਹਾਡੇ ਅੰਦਰ ਹੋ ਰਹੀ ਆ ਉਹ ਇਸੇ ਸਮੇਂ ਛੱਡ ਕੇ ਚਲੀ ਜਾਵੇ ਯਿਸੂ ਦੇ ਸਮਰਥੀ ਨਾਮ ਮੈਂ ਤੁਹਾਡੇ ਹੱਥਾਂ ਪੈਰਾਂ ਦੀ ਪ੍ਰੋਬਲਮ ਛੱਡ ਕੇ ਚਲੀ ਜਾਵੇ ਯਿਸੂ ਦੇ ਸਮਰਥੀ ਨਾਮ ਮੈਂ ਆਮੇਨ ਜਿਹੜੇ ਚੱਲ ਨਹੀਂ ਸਕਦੇ ਅੱਜ ਤੋਂ ਚੱਲੂਗੇ ਦੌੜੂਗੇ ਯਿਸੂ ਦੇ ਸਮਰਥੀ ਨਾਮ ਮੈਂ ਆਮੇਨ ਤੁਹਾਡੀਆਂ ਹਰੇਕ ਅੱਖਾਂ ਦੀ ਪ੍ਰੋਬਲਮ ਅੱਜ ਬਿਲਕੁਲ ਨੋਰਮਲ ਹੋ ਜਾਵੇ ਯਿਸੂ ਦੇ ਸਮਰਥੀ ਨਾਮ ਮੈਂ ਆਮੇਨ ਜਿਹੜੇ ਨਸ਼ੇ ਦੇ ਵਿੱਚ ਜਕੜੇ ਹੋਏ ਅੱਜ ਨਸ਼ੇ ਤੋਂ ਆਜ਼ਾਦ ਹੋ ਜਾਣ ਯਿਸੂ ਦੇ ਸਮਰਥੀ ਨਾਮ ਮੈਂ ਆਮੇਨ ਗੰਦੀਆਂ ਬਦਰੂਆਂ ਤੁਹਾਨੂੰ ਛੱਡ ਕੇ ਜਾਣ ਯਿਸੂ ਦੇ ਸਮਰਥੀ ਨਾਮ ਮੈਂ ਤੁਸੀਂ ਪਾਕ ਤੇ ਸਾਫ਼ ਕੀਤੇ ਜਾਓ ਯਿਸੂ ਦੇ ਸਮਰਥੀ ਨਾਮ ਮੈਂ ਤਾਰੀਫ ਕਰੋ ਇੱਕ ਮਿੰਟ ਹੱਥ ਉਠਾ ਕੇ ਸਭ ਜਣ ਸਮਾਂ ਜੇ ਕੋਈ ਗਵਾਹੀ ਦੇਣਾ ਚਾਹੁੰਦਾ ਕਿ ਆ ਕੇ ਗਵਾਹੀ ਦੇ ਸਕਦਾ ਜਿਨ੍ਹਾਂ ਨੇ ਲਿਖਵਾਈ ਔਰ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਅੱਜ ਛੂਹਿਆ ਹਜ਼ੂਰੀ ਦੇ ਵਿੱਚ ਉਹ ਵੀ ਅੱਗੇ ਅੱਗੇ ਗਵਾਹੀ ਦੇ ਸਕਦੇ ਜਿਨ੍ਹਾਂ ਨੇ